ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਬੀਏ ਸੈਮੈਸਟਰ ਆਫ ਫਸਟ ਦੇ ਲਈ ਹਿਸਟਰੀ ਸਬਜੈਕਟ ਦੇ ਵਿੱਚ ਸ਼ਾਰਟ ਕੁਐਸਚਨ ਲੈ ਕੇ ਆਇਆ ਤੇ ਸਟੂਡੈਂਟਸ ਤੇ ਇਹ ਵਾਲੀ ਵੀਡੀਓ ਰੈਗੂਲਰ ਸਟੂਡੈਂਟਸ ਤੇ ਪ੍ਰਾਈਵੇਟ ਦੋਨੋਂ ਤਰ੍ਹਾਂ ਦੇ ਸਟੂਡੈਂਟਸ ਦੇ ਲਈ ਹੈ ਰੈਗੂਲਰ ਚਾਹੇ ਬੱਚੇ ਵੀ ਇਹ ਕਰ ਰਹੇ ਨੇ ਚਾਹੇ ਪ੍ਰਾਈਵੇਟ ਕਰ ਰਹੇ ਨੇ ਚਾਹੇ ਡਿਸਟੈਂਸ ਐਜੂਕੇਸ਼ਨ ਦੇ ਰਾਹੀਂ ਕਰ ਰਹੇ ਨੇ ਠੀਕ ਹੈ 올 ਸਟੂਡੈਂਟਸ ਦੇ ਲਈ ਇਹ ਵੀਡੀਓ ਹੈ ਜਿਹਦੇ ਵਿੱਚ ਆਪਾਂ ਸ਼ਾਰਟ ਕੁਐਸਚਨ ਕਰਾਂਗੇ ਮੌਰੀਆ ਕਾਲ ਤੋਂ ਲੈ ਕੇ ਰਾਜਪੂਤ ਰਾਜਪੂਤ ਤੱਕ ਠੀਕ ਹੈ ਰਾਜਪੂਤਾਂ ਦੇ ਸਮੇਂ ਤੱਕ ਆਪਾਂ ਜਿਹੜੇ ਕਿ ਜਿੰਨੇ ਵੀ ਸ਼ਾਰਟ ਕੁਐਸਚਨ ਬਣਨਗੇ ਆਪਾਂ ਕਰਾਂਗੇ ਮੌਰੀਆ ਕਾਲ ਤੋਂ ਲੈ ਕੇ ਰਾਜਪੂਤ ਸਮੇਂ ਤੱਕ ਠੀਕ ਹੈ ਰਾਜਪੂਤ ਕਾਲ ਤੱਕ ਤੇ ਇਸ ਤੋਂ ਪਹਿਲਾਂ ਆਪਾਂ ਨੇ ਜਿਹੜੇ ਪ੍ਰਾਚੀਨ ਕਾਲ ਤੋਂ ਲੈ ਕੇ ਜਨ ਤੇ ਬੁੱਧਰ ਵਾਲੇ ਚੈਪਟਰ ਤੱਕ ਜਿਹੜੇ ਕਿ ਸ਼ਾਰਟ ਕੁਐਸਚਨ ਨੇ ਹੁਣ ਇਹ ਸੈਕੰਡ ਪਾਰਟ ਵੀਡੀਓ ਤਾਂ ਉਹ ਪਹਿਲੀ ਦਾ ਲਿੰਕ ਆ ਜਿਹੜੇ ਕਿ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਅਗਰ ਤੁਸੀਂ ਨਹੀਂ ਵਾਚ ਕੀਤਾ ਤਾਂ ਜ਼ਰੂਰ ਵਾਚ ਕਰੋ ਹਾਂਜੀ ਮੈਗਸਥੀਨ ਕੌਣ ਸੀ ਮੈਗਸਥੀਨ ਕੌਣ ਸੀ ਜਾਂ ਇੰਡੀਕਾ ਜਾਂ ਇੰਡੀਕਾ ਪਾ ਕੇ ਆ ਸਕਦਾ ਕੁਐਸਚਨ ਠੀਕ ਹੈ ਆਪਾਂ ਇੰਪੋਰਟੈਂਟ ਕੁਐਸਚਨ ਹੀ ਕਰਾਂਗੇ ਹਾਂਜੀ ਮੈਗਸਥੀਨ ਇੱਕ ਜਨਾਨੀ ਸ਼ਾਸਕ ਜਨਾਨੀ ਸੀ ਠੀਕ ਹੈ ਜਨਾਨੀ ਰਾਈਟਰ ਸੀ ਲੇਖਕ ਸੀ ਮੈਗਸਥੀਨ ਤੇ ਮੈਗਸਥੀਨ ਨੂੰ ਜਿਹੜਾ ਜਨਾਨੀ ਸ਼ਾਸਕ ਸੀ ਸੈਲੂਕਸ ਸੈਲੂਕਸ ਨੇ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਇੱਕ ਰਾਜਦੂਤ ਦੇ ਵਜੋਂ ਭੇਜਿਆ ਸੀ ਠੀਕ ਹੈ ਤਾਂ ਸੈਲੂਕਸ ਜਿਹੜਾ ਕਿ ਚੰਦਰਗੁਪਤ ਮੌਰੀਆ ਦਾ ਸੌਰਾ ਸੀ ਤੇ ਇਹਨੇ ਜਿਹੜਾ ਕਿ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਭੇਜਿਆ ਸੀ ਮੈਗਸਥੀਨ ਨੂੰ ਤਾ ਮੈਗੈਸਿਨ ਅਫਰ 302 ਈਸਵੀ ਪੂਰਵ ਤੋਂ ਲੈ ਕੇ 300 302 ਈਸਵੀ ਪੂਰਵ ਤੋਂ ਲੈ ਕੇ 298 ਈਸਵੀ ਪੂਰਵ ਤੱਕ ਜਿਹੜਾ ਕਿ ਪਾਟਲੀਪੁੱਤਰ ਦੇ ਵਿੱਚ ਰਹਾ ਤੇ ਉਹਨੇ ਇਸ ਸਮੇਂ ਦੇ ਦੌਰਾਨ ਜੋ ਵੀ ਦੇਖਿਆ ਉਹਨੇ ਆਪਣੀ ਪੁਸਤਕ ਦੇ ਵਿੱਚ ਲਿਖਿਆ ਪੁਸਤਕ ਦਾ ਨਾਮ ਸੀ ਇੰਡਿਕਾ ਠੀਕ ਹੈ ਇੰਡਿਕਾ ਦੇ ਵਿੱਚ ਉਹਨੇ ਦੱਸਿਆ ਕਿ ਮੌਰੀਆ ਕਾਲ ਦੇ ਵਿੱਚ ਜਿਹੜਾ ਕਿ ਪਾਟਲੀਪੁੱਤਰ ਦੇ ਬਹੁਤ ਜ਼ਿਆਦਾ ਪ੍ਰਸ਼ੰਸਾ ਕੀਤੀ ਕਿ ਪਾਟਲੀਪੁੱਤਰ ਜਿਵੇਂ ਰਾਜਧਾਨੀ ਸੀ ਉਹਨੂੰ ਕਿਵੇਂ ਜਿਹੜਾ ਕਿ ਬਣਾ ਕੇ ਰੱਖਿਆ ਹੋਇਆ ਸੀ ਤੇ ਨੋ ਇਸ ਤੋਂ ਇਲਾਵਾ ਜਿਹੜੇ ਕਿ ਸੈਨਾ ਪ੍ਰਬੰਧ ਕਿਵੇਂ ਦਾ ਸੀ ਤੇ ਨਾਲ ਦੀ ਨਾਲੇ ਦੱਸਿਆ ਕਿ ਉਸ ਸਮੇਂ ਸਮਾਜ ਜਿਹੜੇ ਕਿ ਸੱਤ ਵਰਗਾਂ ਵਿੱਚ ਵੰਡਿਆ ਹੋਇਆ ਸੀ ਠੀਕ ਹੈ ਇਹ ਸਾਰਾ ਕੁਝ ਮੈਗੈਜ਼ੀਨ ਦੇ ਇੰਡੀਕਾ ਦੇ ਵਿੱਚ ਤੇ ਮੌਰੀਆ ਕਾਲ ਦੇ ਸਮਾਜਿਕ ਧਾਰਮਿਕ ਆਰਥਿਕ ਰਾਜਨੀਤਿਕ ਸਮੇ ਨੂੰ ਜਾਣਨ ਲਈ ਬਹੁਮੁੱਲਾ ਸੋਮਾ ਅੱਗੇ ਪਾਟਲੀਪੁੱਤਰ ਹੈ ਹਾਂਜੀ ਪਾਟਲੀਪੁੱਤਰ ਪਾਟਲੀਪੁੱਤਰ ਮੌਰੀਆ ਸਾਮਰਾਜ ਦੀ ਰਾਜਧਾਨੀ ਸੀ ਮੈਗੈਜ਼ੀਨ ਲਿਖ ਲੱਗਦੇ ਕਿ ਉਸ ਸਮੇਂ ਭਾਰਤ ਦਾ ਸਭ ਤੋਂ ਵੱਡਾ ਨਗਰ ਸੀ ਪਾਟਲੀਪੁੱਤਰ ਮੈਗੈਜ਼ੀਨ ਨੇ ਕਿਹਾ ਤੇ ਗੰਗਾ ਤੇ ਸੋਨ ਨਦੀਆਂ ਦੇ ਜਿਹੜੇ ਕਿ ਤੱਟ ਤੇ ਕਿਨਾਰੇ ਤੇ ਸਥਿਤ ਸੀ ਇਸ ਨਗਰ ਦੀ ਜਿਹੜੀ ਲੰਬਾਈ 80 ਸਟੇਡੀਆ ਤੇ ਚੜਾਈ 15 ਸਟੇਡੀਆ ਸੀ ਤੇ ਇਸ ਨਗਰ ਦੇ ਚਾਰੇ ਪਾਸੇ ਇੱਕ ਲੱਕੜ ਦੀ ਦੀਵਾਰ ਬਣਾਈ ਗਈ ਸੀ ਜਿਹਦੇ ਵਿੱਚ 64 ਦਰਵਾਜ਼ੇ ਸੀ ਤੇ 570 ਦੇ ਵਿੱਚ ਬੁਰਜ ਸੀ ਤੇ ਇਸ ਦੇ ਦੀਵਾਰ ਦੇ ਨਾਲ-ਨਾਲ ਇੱਕ ਚੌੜੀ ਜਿਹੜੀ ਖਾਈ ਪੱਟੀ ਗਈ ਸੀ ਜਿਹੜੀ ਹਮੇਸ਼ਾ ਪਾਣੀ ਨਾਲ ਢੱਕੀ ਰਹਿੰਦੀ ਸੀ ਤਾਂ ਕਿ ਜਿਹੜੇ ਕਿ ਕੋਈ ਵੀ ਮਤਲਬ ਕਿ ਦੁਸ਼ਮਣਾਂ ਤੋਂ ਸੁਰੱਖਿਆ ਹੋ ਸਕੇ ਦੁਸ਼ਮਣ ਇਹਦੇ ਤੇ ਜਿਹੜੇ ਕਿ ਅੱਗੇ ਪ੍ਰਵੇਸ਼ ਨਾ ਕਰ ਸਕਣ ਤੇ ਇਸ ਦੇ ਪ੍ਰਬੰਧ ਲਈ 6 ਸਮਿਤੀਆਂ ਰਾਹੀ ਕੀਤਾ ਜਾਂਦਾ ਸੀ ਜਿਹਦੇ ਵਿੱਚ ਹਰ ਸਮੇਤੀ ਦੇ ਵਿੱਚ ਪੰਜ-ਪੰਜ ਮੈਂਬਰ ਹੁੰਦੇ ਸੀ ਮਤਲਬ ਕਿ ਟੋਟਲ 30 ਮੈਂਬਰ ਸੀ 6 ਸਮਿਤੀਆਂ ਸੀ ਹਰ ਇੱਕ ਦੇ ਵਿੱਚ ਜਿਹੜੇ ਕਿ ਪੰਜ-ਪੰਜ ਮੈਂਬਰ ਸੀ ਅੱਗੇ ਹੈਗਾ ਕੁਟੱਲਿਆ ਹਾਂਜੀ ਕੁਟੱਲਿਆ ਜਾਂ ਅਰਥਸ਼ਾਸਤਰ ਕੁਟੱਲਿਆ ਦਾ ਨਾਂ ਚਾਨਕਿਆ ਤੇ ਵਿਸ਼ਣੁਗੁਪਤ ਵੀ ਕਿਹਾ ਜਾਂਦਾ ਕੁਟੱਲਿਆ ਨੂੰ ਆਪਾਂ ਨੇ ਪਹਿਲਾਂ ਕੋਰਸਨ ਕਰ ਵੀ ਚੁੱਕੇ ਹਾਂ ਕੁਟੱਲਿਆ ਨੂੰ ਚਾਨਕਿਆ ਤੇ ਵਿਸ਼ਣੁਗੁਪਤ ਕਿਹਾ ਜਾਂਦਾ ਠੀਕ ਹੈ ਤੇ ਕੁਟੱਲਿਆ ਚੰਦਰਗੁਪਤ ਮੌਰੀਆ ਦਾ ਸਲਾਹਕਾਰ ਪ੍ਰਧਾਨ ਮੰਤਰੀ ਸੀ ਚੰਦਰਗੁਪਤ ਮੌਰੀਆ ਨੇ ਜਿਹੜੇ ਕਿ ਕੁਟੱਲਿਆ ਦੀ ਹੈਲਪ ਦੇ ਨਾਲ ਹੀ ਮੌਰੀਆ ਸਾਮਰਾਜਾ ਜਿਹੜੇ ਕਿ ਕਾਇਮ ਰੱਖਿਆ ਸੀ ਸਥਾਪਨਾ ਕੀਤੀ ਸੀ ਤੇ ਕੁਟੱਲਿਆ ਨੇ ਜਿਹੜੇ ਕਿ ਅਰਥਸ਼ਾਸਤਰ ਨਾਮਕ ਗ੍ਰੰਥੀ ਰਚਨਾ ਕੀਤੀ ਸੀ ਤੇ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਸੀ ਤੇ ਇਸ ਜਿਹੜੇ ਕਿ ਗ੍ਰੰਥ ਦੇ ਵਿੱਚ ਤੇ ਕੁਟੱਲਿਆ ਦੇ ਅਰਥਸ਼ਾਸਤਰ ਨੂੰ ਜਿਹੜੇ ਕਿ 15 ਜਿਹੜੇ ਕਿ ਖੰਡਾਂ ਦੇ ਵਿੱਚ ਵੰਡਿਆ ਗਿਆ 15 ਖੰਡਾਂ ਦੇ ਵਿੱਚ ਠੀਕ ਹੈ ਤੇ 180 ਪ੍ਰਕਰਨਾ ਦੇ ਵਿੱਚ ਵੰਡਿਆ ਗਿਆ ਤੇ ਇਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ ਗ੍ਰੰਥ ਠੀਕ ਹੈ ਇਸ ਦੇ ਵਿੱਚ ਕੁਟੱਲਿਆ ਨੇ ਜਿਹੜੇ ਕਿ ਇਕ ਰਾਜੇ ਦੇ ਕੀ ਕੀ ਕਰਤੱਬ ਹੋਣੇ ਚਾਹੀਦੇ ਨੇ ਮੰਤਰੀ ਦੇ ਜਿਹੜੇ ਕੀ ਕੀ ਗੁਣ ਹੋਣੇ ਚਾਹੀਦੇ ਨੇ ਜੁਦਦ ਕਰਨ ਦੇ ਕੀ ਢੰਗ ਹੋਣੇ ਚਾਹੀਦੇ ਨੇ ਕੂਟਨੀਤੀ ਦੇ ਨਿਯਮ ਕੁਸ਼ਲ ਪ੍ਰਬੰਧ ਤੇ ਹੋਰ ਰਾਜਨੀਕ ਸਿਧਾਂਤਾਂ ਬਾਰੇ ਜਿਹੜੇ ਇਸ ਇਸ ਪੁਸਤਕ ਦੇ ਵਿੱਚ ਜਾਣਨਾ ਚਾਹਣਾ ਪਾਇਆ ਤੇ ਇਸ ਪੁਸਤਕ ਦੇ ਰਾਹੀਂ ਅਰਥ ਸ਼ਾਸਤਰ ਤੋਂ ਸਾਨੂੰ ਇਸ ਤੋਂ ਇਲਾਵਾ ਜਿਹੜੇ ਕਿ ਮੌਰੀਆ ਦਾ ਕਿਵੇਂ ਦਾ ਸ਼ਾਸਨ ਪਰ ਉਹਨਾਂ ਸੀ ਠੀਕ ਹੈ ਮੌਰੀਆ ਰਾਜ ਦੇ ਵਿੱਚ ਕਿਵੇਂ ਦਾ ਸਮਾਜਿਕ ਧਾਰਮਿਕ ਆਰਥਿਕ ਹਾਲਾਤਾਂ ਬਾਰੇ ਵੀ ਜਾਣਕਾਰੀ ਮਿਲਦੀ ਹੈ ਤੇ ਇੱਕ ਸਟੂਡੈਂਟਸ ਇਹ ਆਪਾਂ ਨੇ ਪਹਿਲਾਂ ਉਹਨਾਂ ਚ ਵੀ ਕੀਤਾ ਸੀ ਕਿ ਇਤਿਹਾਸਿਕ ਸਰੋਤਾਂ ਦੇ ਵਿੱਚ ਇਤਿਹਾਸਿਕ ਸਰੋਤਾਂ ਦੇ ਵਿੱਚ ਉਹਨਾਂ ਜਾਤਕ ਜਾਤਕ ਜਿਹੜੇ ਕਿ ਬੁੱਧ ਧਰਮ ਦੇ ਜੀਵਨ ਦੇ ਨਾਲ ਸੰਬੰਧਿਤ ਬੁੱਧ ਧਰਮ ਦੇ ਪੂਰਵ ਜਨਮ ਪਹਿਲਾਂ ਦੇ ਜਿਹੜੇ ਕਿ ਜਨਮ ਤੋਂ ਪਹਿਲਾਂ ਦੀਆਂ ਕਥਾਵਾਂ ਸ਼ਾਮਲ ਨੇ ਜਾਤਕ ਤੇ ਵਿੱਚ ਤੇ ਉਹ ਹੈਗੇ ਨੇ 549 ਠੀਕ ਹੈ 549 ਹਾਂਜੀ ਅੱਗੇ ਹੈ ਮੂ드ਰਾ ਰਕਸ਼ ਮੂ드ਰਾ ਰਕਸ਼ ਜਿਹੜਾ ਕਿ ਵਿਸ਼ਾਖਾਦੱਤ ਵਿਸ਼ਾਖਾਦੱਤ ਦਾ ਨਾਟਕ ਸੀ ਠੀਕ ਹੈ ਮੂ드ਰਾ ਰਕਸ਼ ਦੀ ਰਚਨਾ ਗੁਪਤ ਕਾਲ ਦੇ ਵਿੱਚ ਪ੍ਰਸਿੱਧ ਨਾਟਕਕਾਰ ਜਿਹੜਾ ਵਿਸ਼ਾਖਾਦੱਤ ਉਹਨੇ ਕੀਤੀ ਸੀ ਗੁਪਤ ਕਾਲ ਦਾ ਪ੍ਰਸਿੱਧ ਸੀ ਇਹ ਵਿਸ਼ਾਖਾਦੱਤ ਤੇ ਇਸ ਗ੍ਰੰਥ ਦੇ ਵਿੱਚ ਵਿਸ਼ਾਖਾਦੱਤ ਨੇ ਚੰਦਰਗੁਪਤ ਮੌਰੀਆ ਦੇ ਨੰਦ ਵੰਸ਼ ਦੇ ਵਿਨਾਸ਼ ਤੇ ਮੌਰੀਆ ਸਾਮਰਾਜ ਦੀ ਸਥਾਪਨਾ ਦਾ ਵਰਣਨ ਕੀਤਾ ਭਾਵ ਕਿ ਜਿਹੜਾ ਮੂ드ਰਾ ਰਕਸ਼ ਨਾਟਕ ਆ ਜਿਸ ਦੇ ਵਿੱਚ ਜਿਹੜੇ ਕਿ ਮੁੱਖ ਜਿਹੜਾ ਕਿ ਨਾਇਕੇ ਦੇ ਵਿੱਚ ਕੁਟੱਲਿਆ ਨੂੰ ਮੰਨਿਆ ਜਾਂਦਾ ਕਿਉਂਕਿ ਚੰਦਰਗੁਪਤ ਮੌਰੀਆ ਨੂੰ ਜਿਹੜੇ ਕਿ ਰਾਜ ਕਾਇਮ ਕਰਨ ਦੇ ਵਿੱਚ ਸਭ ਤੋਂ ਵੱਡਾ ਹੱਥ ਆ ਜਿਹੜੇ ਕਿ ਉਹਨੂੰ ਜਿਤਾਉਣ ਦੇ ਵਿੱਚ ਕੁਟੱਲਿਆ ਦਾ ਸੀ ਠੀਕ ਹੈ ਤਾਂ ਚੰਦਰਗੁਪਤ ਮੌਰੀਏ ਨੇ ਕਿਵੇਂ ਅਨੰਦ ਵੰਸ਼ ਦਾ ਖਾਤਮਾ ਕੀਤਾ ਕਿਵੇਂ ਉਸ ਵੰਸ਼ ਦਾ ਵਿਨਾਸ਼ ਕਰਕੇ ਆਪਣਾ ਮੌਰੀਆ ਸਾਮਰਾਜ ਕਾਇਮ ਕੀਤਾ ਸੀ ਉਹ ਸਾਰਾ ਜਿਹੜੇ ਕਿ ਮੂ드ਰਾ ਰਕਸ਼ਾ ਨਾਟਕ ਦੇ ਵਿੱਚ ਵਰਣਨ ਕੀਤਾ ਹੋਇਆ ਵਿਸ਼ਾਖਾ ਦਾਤ ਨੇ ਤੇ ਇਸ ਤੋਂ ਇਲਾਵਾ ਸਾਨੂੰ ਉਸ ਸਮੇਂ ਦੇ ਭਾਰਤ ਦੀ ਸਮਾਜਿਕ ਤਾਂ ਆਰਥਿਕ ਧਾਰਮਿਕ ਦਸ਼ਾ ਦਾ ਵੀ ਵਿਅਰਮਾ ਮਿਲਦਾ ਤੇ ਇਸ ਦੇ ਵਿੱਚ ਕੁਝ ਕਲਪਿਤ ਘਟਨਾਵਾਂ ਦਾ ਵਿਵਰਣ ਕੀਤਾ ਪਰ ਫਿਰ ਵੀ ਇਤਿਹਾਸਿਕ ਪੱਖ ਤੋਂ ਇਹ ਮਹੱਤਵਪੂਰਨ ਹੈ ਅੱਗੇ ਹੈਗਾ ਚੰਦਰਗੁਪਤ ਮੌਰੀਆ ਖੁਦਾ ਹਾਂਜੀ ਚੰਦਰਗੁਪਤ ਮੌਰੀਆ ਮੌਰੀਆ ਸਾਮਰਾਜ ਦਾ ਸੰਸਥਾਪਕ ਸੀ ਤੇ 322 ਇਸਵੀ ਪੂਰਵ ਦੇ ਵਿੱਚ ਉਹਨੇ ਪੰਜਾਬ ਤੇ ਜਿੱਤ ਪ੍ਰਾਪਤ ਕਰਕੇ ਆਪਣੀ ਜਿੱਤਾਂ ਦਾ ਆਗਾਜ਼ ਕੀਤਾ ਤੇ 321 ਇਸਵੀ ਪੂਰਵ ਦੇ ਵਿੱਚ ਉਹਨੇ ਮਗਧ ਦੀ ਜਿੱਤ ਤੋਂ ਬਾਅਦ ਆਪਣੀ ਸੁਤੰਤਰਤਾ ਦਾ ਘੋਸ਼ਣਾ ਕੀਤਾ ਸੁਤੰਤਰਤਾ ਦੀ ਜਿਹੜਾ ਕੀ ਐਲਾਨ ਕੀਤਾ ਤੇ 305 ਇਸਵੀ ਦੇ ਵਿੱਚ ਸਿਕੰਦਰ ਦੇ ਮਹਾਨ ਸਨਾਪਤੀ ਸਲੁਕਸ ਨੂੰ ਵੀ ਇਹਨੇ ਹਰਾਇਆ ਸੀ 305 ਇਸਵੀ ਦੇ ਵਿੱਚ ਤੇ ਇੱਕ ਉਚਕੋਟੀ ਦਾ ਸ਼ਾਸਨਪ੍ਰੰਧ ਵੀ ਲਾਗੂ ਕੀਤਾ ਨੇ ਤੇ 298 ਇਸਵੀ ਪੂਰਵ ਦੇ ਵਿੱਚ ਇਹਦੀ ਮੌਤ ਹੋ ਗਈ ਚੰਦਰਗੁਪਤ ਮੌਰੀਆ ਦੀ ਤੇ ਜਦੋਂ ਜਿਹੜੇ ਕਿ ਚੰਦਰਗੁਪਤ ਮੌਰੀਆ ਨੇ ਸਲੈਕਸ ਨੂੰ ਹਰਾਇਆ ਸੀ ਤਾਂ 305 ਈਸਵੀ ਦੇ ਵਿੱਚ ਤਾਂ ਸਲੈਕਸ ਨੂੰ ਹਰਾ ਕੇ ਜਿਹੜੇ ਕਿ ਚੰਦਰਗੁਪਤ ਅ ਇਨਾਂ ਦੇ ਵਿਚਕਾਰ ਜਿਹੜੇ ਕਿ ਸਲੂਕਸ ਦੇ ਵਿਚਕਾਰ ਸੰਧੀ ਹੋਈ ਸੀ ਤੇ ਕਾਬਲ ਕੰਦਾਰ ਹਿਰਾਤ ਬਲੂਚਿਸਤਾਨ ਇਹ ਚੰਦਰਗੁਪਤ ਨੂੰ ਦਿੱਤੇ ਗਏ ਸੀ ਇਲਾਕੇ ਤੇ ਨਾਲ ਦੀ ਨਾਲ ਜਿਹੜੀ ਕਿ ਸਲੂਕਸ ਨੇ ਆਪਣੀ ਲੜਕੀ ਦਾ ਵਿਆਹ ਵੀ ਜਿਹੜੀ ਕਿ ਚੰਦਰਗੁਪਤ ਮੌਰੀਆ ਦੇ ਨਾਲ ਕੀਤਾ ਸੀ ਠੀਕ ਹੈ ਫਿਰ ਤਾਂ ਹੀ ਜਿਹੜੇ ਕਿ ਸਲੂਕਸ ਨੇ ਮੌਰੀਆ ਦਰਬਾਰ ਦੇ ਵਿੱਚ ਚੰਦਰਗੁਪਤ ਮੌਰੀਆ ਦਰਬਾਰ ਦੇ ਵਿੱਚ ਮੈਗਸਥੀਨ ਨੂੰ ਇੱਕ ਰਾਜਦੂਤ ਦੇ ਵਿੱਚੋਂ ਭੇਜਿਆ ਸੀ ਠੀਕ ਹੈ ਰਾਜਦੂਤ ਬਣਾ ਕੇ ਤੇ ਚੰਦਰਗੁਪਤ ਮੌਰੀਆ ਨੇ ਸਨਵਾਨ ਵਜੋਂ ਜਿਹੜੇ ਕਿ 500 ਹਾਥੀ ਭੇਟ ਕੀਤੇ ਸੀ ਸਲੂਕਸ ਨੂੰ ਠੀਕ ਹੈ ਤੇ ਇਸ ਤੋਂ ਇਲਾਵਾ ਤੁਸੀਂ ਇਹਦੇ ਵਿੱਚ ਜਿਹੜੇ ਕਿ ਇਹਦੇ ਸ਼ਾਸਨ ਪ੍ਰਣ ਬਾਰੇ ਵੀ ਜਿਹੜੇ ਕਿ ਵਰਣ ਕਰ ਸਕਦੇ ਹੋ ਕੁਝ ਕਿਉਂਕਿ ਖੁੱਲਾ ਕੁਐਸਚਨ ਹੁੰਦਾ ਤੇ ਇਹਦੀ ਮੌਤ ਤੋਂ ਬਾਅਦ ਇਹਦਾ ਪੁੱਤਰ ਜਿਹੜੇ ਕਿ ਬਿੰਦੂਸਰ ਜਿਹੜੇ ਕਿ ਰਾਜਗਦੀ ਤੇ ਬੈਠਿਆ ਸੀ ਅੱਗੇ ਹੈਗਾ ਸਲੂਕਸ ਹਾਂਜੀ ਸਲੂਕਸ ਬਾਰੇ ਤਾਂ ਹੁਣ ਤੁਹਾਨੂੰ ਨੌਲੇਜ ਹੋਈ ਗਈ ਹੋਣੀ ਕਿ ਚੰਦਰਗੁਪਤ ਮੌਰੀ ਦੇ ਸਭ ਤੋਂ ਮਹੱਤਵਪੂਰਨ ਲੜਾਈ ਸਲੂਕਸ ਦੇ ਨਾਲ ਹੋਈ ਸੀ ਤਾਂ ਇਹ ਲੜਾਈ ਹੋਈ ਸੀ 305 ਈਸਵੀ ਪੂਰਬ ਦੇ ਵਿੱਚ 305 ਈਸਵੀ ਪੂਰਬ ਦੇ ਵਿੱਚ ਠੀਕ ਹੈ ਤੇ ਚੰਦਰਗੁਪਤ ਮੌਰੀ ਨੇ ਸਿਲੈਕਸ਼ਨ ਨੂੰ ਹਰਾ ਕੇ ਮੈਂ ਤੁਹਾਨੂੰ ਹੁਣੇ ਦੱਸਦੇ ਇਹ ਸਾਰੀ ਚੀਜ਼ ਜਿਹੜੀ ਮੈਂ ਹੁਣ ਆਈ ਐ ਤੇ ਮੈਂ ਤੁਹਾਨੂੰ ਪਹਿਲਾਂ ਦੱਸਦਾ ਠੀਕ ਹੈ ਅੱਗੇ ਹੈ ਬਿੰਦੂਸਰ ਚੰਦਰਗੁਪਤ ਮੌਰੀ ਦੀ ਮੌਤ ਤੋਂ ਬਾਅਦ ਬਿੰਦੂਸਰ ਜਿਹੜਾ ਕਿ ਉਹਦਾ ਪੁੱਤਰ ਸੀ ਚੰਦਰਗੋਤਮਔਰੀਆ ਦਾ ਉਹ ਰਾਜਗਦੀ ਤੇ ਬੈਠੇ ਤੇ ਉਹਨੇ 273 ਸਈ ਪੂਰਵ ਤੱਕ ਰਾਜ ਕੀਤਾ ਤੇ ਇਸ ਦੇ ਸ਼ਾਸਨ ਕਾਲ ਬਾਰੇ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਮਿਲਦੀ ਬਟ ਉਹਨੇ ਵਿਦੇਸ਼ੀ ਰਾਜਾਂ ਨਾਲ ਆਪਣਾ ਮੁਤਰ ਦਾ ਬਹੁਣ ਸੰਬੰਧ ਬਣਾ ਕੇ ਰੱਖੇ ਤੇ ਜਨਾਨੀ ਸ਼ਾਸਕ ਐਂਟਿਓਕਸ ਨੇ ਉਹਦੇ ਦਰਬਾਰ ਦੇ ਵਿੱਚ ਡਿਮਿਕਸ ਨੂੰ ਰਾਜਦੂਤ ਬਣਾ ਕੇ ਭੇਜਿਆ ਸੀ ਤੇ ਮਿਸਰ ਦਾ ਬਾਦਸ਼ਾ ਟਾਲਮੀ ਫਿਲਾਡੈਸ ਠੀਕ ਹੈ ਉਹਦੇ ਦਰਬਾਰ ਦੇ ਵਸੇ ਇਹਨਾਂ ਕੋਈ ਖਾਸ ਇੰਪੋਰਟੈਂਟ ਇਸ ਨੂੰ ਇੱਕ ਵਾਰ ਰੀਡ ਕਰ ਲੈਣਾ ਅੱਗੇ ਹੈਗਾ ਕਲਿੰਗ ਦੀ ਜਿੱਤ ਕਲਿੰਗ ਦਾ ਜਿਹੜਾ ਕਿ ਉਹ ਯੁੱਧ ਹਾਂਜੀ ਅਸ਼ੋਕ ਨੇ ਆਪਣੇ ਸਾਮਰਾਜ ਦਾ ਵਿਸਥਾਰ ਕਰਨ ਦੇ ਲਈ ਕਿਉਂਕਿ ਜਿਹੜਾ ਚੰਦਰਗੁਪਤ ਮੌਰੀਏ ਸੀ ਉਹਨੇ ਉਹਦੇ ਸਮੇਂ ਪ੍ਰਾਂਤਾਂ ਦੀ ਗਿਣਤੀ ਸੀ 4 ਫਿਰ ਅਸ਼ੋਕ ਨੇ ਜਿਹੜੇ ਕਿ ਪੰਜਵਾਂ ਪ੍ਰਾਂਤ ਸ਼ਾਮਿਲ ਕੀਤਾ ਸੀ ਕਲਿੰਗ ਨੂੰ ਜਿੱਤ ਕੇ ਠੀਕ ਹੈ ਤੇ ਕਲਿੰਗ ਅਸ਼ੋਕ ਨੇ ਆਪਣਾ ਕਲਿੰਗ ਦਾ ਵਿਸਥਾਰ ਕਰਨ ਦੇ ਲਈ 261 ਈਸਵੀ ਪੂਰਵ ਦੇ ਵਿੱਚ ਕਲਿੰਗ ਤੇ ਹਮਲਾ ਕੀਤਾ ਤੇ ਬਹੁਤ ਭਿਆਨਕ ਹਮਲਾ ਸੀ ਇਹਦੇ ਵਿੱਚ 1 ਲੱਖ ਤੋਂ ਵੱਧ ਲੋਕ ਜਿਹੜੇ ਕਿ ਮਾਰੇ ਗਏ ਸੀ ਤੇ 1.5 ਲੱਖ ਜਿਹੜੇ ਕਿ ਲੋਕਾਂ ਨੂੰ ਕੈਦੀ ਕਰ ਲਿਆ ਸੀ ਤੇ ਇਸ ਜੁਦ ਦੇ ਨਾਲ ਅਸ਼ੋਕ ਦੇ ਮਨ ਤੇ ਜਿਹੜੇ ਕਿ ਬਹੁਤ ਜ਼ਿਆਦਾ ਅਸਰ ਹੋਇਆ ਸੀ ਠੀਕ ਹੈ ਕਲਿੰਗ ਨੂੰ ਤਾਂ ਜਿੱਤ ਲਿਆਗਾ ਬਟ ਜਿਹੜੇ ਕਿ ਮੌਰੀ ਸਮਰੇ ਵੀ ਸ਼ਾਮਲਾ ਕਰ ਲਿਆਗਾ ਪਰ ਫਿਰ ਵੀ ਇਸ ਖੂਨ ਖਰਾਬੇ ਦਾ ਅਸ਼ੋਕ ਦੇ ਦਿਲ ਤੇ ਡੂੰਘਾ ਅਸਰ ਹੋਇਆ ਜਿਸ ਕਰਕੇ ਉਹਨੇ ਹਮੇਸ਼ਾ ਲਈ ਜੁੱਦੰਗ ਤਿਆਗਤਾ ਸੀ ਤੇ ਉਹਨੇ ਬੁੱਧ ਧਰਮ ਨੂੰ ਬਾਅਦ ਵਿੱਚ ਅਪਣਾ ਲਿਆ ਸੀ ਹਾਂਜੀ ਅੱਗੇ ਹੈਗਾ ਮੌਰੀਆ ਸਾਮਰਾਜ ਦਾ ਨਗਰ ਪ੍ਰਬੰਧ ਹਾਂਜੀ ਮੌਰੀਆ ਸਾਮਰਾਜ ਵਿੱਚ ਵੱਡੇ ਵੱਡੇ ਨਗਰ ਜਿਵੇਂ ਪਾਟਲੀਪੁੱਤਰ ਤਕਸ਼ੀਲਾ ਉਜੇਨ ਇਹਨਾਂ ਦਾ ਵਿਸ਼ੇਸ਼ ਪ੍ਰਬੰਧ ਸੀ ਹਰ ਇੱਕ ਨਗਰ ਦੇ ਮੁਖੀ ਨੂੰ ਹਰ ਇੱਕ ਨਗਰ ਦਾ ਜਿਹੜਾ ਮੁਖੀ ਹੁੰਦਾ ਸੀ ਉਹਨੂੰ ਨਗਰ ਅਧਿਐਕਸ਼ਕ ਕਿਹਾ ਜਾਂਦਾ ਸੀ ਤੇ ਨਗਰ ਮੁਖੀ ਦੇ ਜਿਹੜਾ ਕਿ ਨਗਰ ਅਧਿਐਕਸ਼ਕ ਦੀ ਹੈਲਪ ਦੇ ਲਈ 30 ਮੈਂਬਰਾਂ ਦੀ ਕਮੇਟੀ ਹੁੰਦੀ ਸੀ ਠੀਕ ਹੈ ਤੇ ਜਿਹਦੇ ਵਿੱਚ 6 ਸਮਿਤੀਆਂ ਸੀ ਹਰ ਇੱਕ ਕਮੇਟੀ ਦੇ ਵਿੱਚ ਜਿਹੜੇ ਕਿ 5-5 ਮੈਂਬਰ ਹੁੰਦੇ ਸੀ ਠੀਕ ਹੈ ਤਾਂ ਇਸ ਜਿਸ ਕਰਕੇ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ 30 ਹੋ ਗਈ ਤੇ ਇਹ ਸਮਿਤੀਆਂ ਸ਼ਿਲਪਕਾਰ کارਖਾਨੇ ਵਿਦੇਸ਼ੀ ਦੇ ਹਿੱਤਾਂ ਜਨਮ ਮਰਨ ਦਾ ਵੇਰਵਾ ਵਪਾਰ ਸੰਬੰਧੀ ਨਿਯਮ ਵਿਕਰੀ ਸੰਬੰਧੀ ਕਾਰ ਇਕੱਠਾ ਕਰਨ ਦਾ ਇਹ ਸਾਰਾ ਕੰਮ ਕਰਦੇ ਹੁੰਦੇ ਸੀ ਅੱਗੇ ਹੈਗਾ ਪੂਲਗਾਨ ਸੰਬੰਧੀ ਵੇਸ਼ਕ ਆਪਾਂ ਤੁਸੀਂ ਛੱਡ ਸਕਦੇ ਹੋ ਕਿ ਲੌਂਗ ਦੇ ਵਿੱਚ ਕਰੂੰਗੀ ਠੀਕ ਹੈ ਲੌਂਗ ਦੇ ਵਿੱਚ ਆ ਜਾਊਗਾ ਇਹ ਅਗ੍ਯ ਹੈਗਾ ਜਾਸੂਸੀ ਪ੍ਰਬੰਧ ਮੌਰੀਆ ਕਾ ਸ਼ਾਸਕਾਂ ਦੀ ਸਫਲਤਾ ਦਾ ਆਧਾਰ ਹੁੰਦਾ ਜਿਹੜੇ ਕਿ ਜਾਸੂਸੀ ਪ੍ਰਬੰਧ ਸੀ ਚੰਦਰਗੁਪਤ ਮੌਰੀਨ ਸਾਰੇ ਸਾਮਰਾਜ ਦੇ ਵਿੱਚ ਜਾਸੂਸਾਂ ਦਾ ਜਾਲ ਵਿਛਾਇਆ ਹੋਇਆ ਸੀ ਰਾਜਕੁਮਾਰ ਸਰਕਾਰੀ ਅਫਸਰ ਤੇ ਆਮ ਜਨਤਾ ਦੇ ਕੰਮਾਂ ਤੇ ਵਿਦੇਸ਼ਾਂ ਦੇ ਘਟਨਾਵਾਂ ਦੇ ਸੰਬੰਧੀ ਖੂਫੀਆ ਸੂਚਨਾਵਾਂ ਜਿਹੜੇ ਕਿ ਸਮਰਾਟ ਨੂੰ ਭੇਜਦੇ ਸੀ ਤੇ ਜਿਹੜੇ ਜਾਸੂਸੀ ਇੱਕ ਥਾਂ ਤੇ ਰਹਿ ਕੇ ਕੰਮ ਕਰਦੇ ਸੀ ਉਹਨਾਂ ਨੂੰ ਸੰਸਥਾਨ ਕਹਿੰਦੇ ਸੀ ਤੇ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਜਿਹੜੇ ਕਿ ਸੂਚਨਾ ਦਿੰਦੇ ਸੀ ਉਹਨਾਂ ਨੂੰ ਸੰਚਾਰ ਕਿਹਾ ਜਾਂਦਾ ਸੀ ਠੀਕ ਹੈ ਸੰਚਾਰ ਉਹ ਜਾਸੂਸ ਸੀ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਜਾ ਕੇ ਜਿਹੜੇ ਕਿ ਘੁੰਮਦੇ ਫਿਰਕੇ ਜਿਹੜੇ ਕਿ ਸੂਚਨਾਵਾਂ ਦਿੰਦੇ ਸੀ ਤੇ ਜਿਹੜੇ ਇੱਕ ਥਾਂ ਤੇ ਹੀ ਰਹਿ ਕੇ ਉਸੇ ਉਹਨੇ ਕੇ ਏਰੀਆ ਦੀ ਸੂਚਨਾ ਦਿੰਦੇ ਸੀ ਉਹਨਾਂ ਨੂੰ ਕਹਿੰਦੇ ਸੰਸਥਾਨ ਤੇ ਜਾਸੂਸੀ ਭਾਗ ਵਿੱਚ ਇਸ ਤਰ੍ਹਾਂ ਵੀ ਨੁਕਤ ਸੀ ਤੇ ਜਾਣਕਾਰੀ ਇਕੱਠਾ ਕਰਨ ਦੇ ਵਿੱਚ ਪੁਰਸ਼ਾਂ ਨਾਲੋਂ ਵਧੇਰੇ ਮਾਹਿਰ ਸੀ ਸੈਨਿਕ ਪ੍ਰਬੰਧ ਇਹਨਾਂ ਦੇ ਵਿੱਚ ਸੈਨਿਕਾਂ ਦਾ ਪ੍ਰਬੰਧ ਜਿਹੜੇ ਕਿ ਕੁੱਲ ਗਿਣਤੀ ਸੀ 6 ਲੱਖ 90 ਹਜ਼ਾਰ ਠੀਕ ਹੈ ਪੈਦਲ ਘੋੜਸਵਾਰ ਹਾਥੀ ਤੇ ਰੱਥ ਸੀ ਮੌਰੀਆ ਸੈਨਾ ਦੇ ਵਿੱਚ ਤੇ ਸੈਨਿਕਾਂ ਨੂੰ ਚੰਗੇ ਤਨਖਾਹ ਦਿੱਤੇ ਜਾਂਦੇ ਸਨ ਤੇ ਮੌਰੀਆ ਸ਼ਾਸਕਾਂ ਨੇ 30 ਮੈਂਬਰਾਂ ਦੀ ਕਮੇਟੀ ਬਣਾਈ ਹੋਈ ਸੀ ਤੇ ਕਮੇਟੀ ਸਮੁੰਦਰੀ ਜਹਾਜ਼ਾਂ ਆਵਾਜਾਈ ਆਵਾਜਾਈ ਦੇ ਸਾਧਨ ਪੈਦਲ ਸੈਨਿਕ ਘੋੜਸਵਾਰ ਸੈਨਿਕ ਹਾਥੀ ਅਤੇ ਰੱਥਾਂ ਦਾ ਪ੍ਰਬੰਧ ਕਰਦੀ ਸੀ ਹਾਂਜੀ ਅਸ਼ੋਕ ਨੇ ਰਾਜ ਪ੍ਰਬੰਧ ਦੇ ਵਿੱਚ ਕੀ ਕਿਸ ਤਰ੍ਹਾਂ ਕਿਤੇ ਨੇ ਅਸ਼ੋਕ ਆਪਣੀ ਜਨਤਾ ਨੂੰ ਪਰਜਾ ਨੂੰ ਸੰਤਾਨ ਦੀ ਤਰ੍ਹਾਂ ਮੰਨਦਾ ਸੀ ਤੇ ਆਪਣੇ ਰਾਜਦਾਰ ਨੂੰ ਇਹ ਦੇਸ਼ ਦਿੱਤਾ ਹੋਇਆ ਸੀ ਕਿ ਉਹ ਪਰਜਾ ਦੀ ਹਰ ਜਿਹੜੇ ਕਿ ਜੀਵਨ ਨੂੰ ਹਰ ਤਰੀਕੇ ਨਾਲ ਖੁਸ਼ਹਾਲ ਬਣਾਉਣ ਦੇ ਲਈ ਯਤਨ ਕਰਨ ਪ੍ਰਦੇਸ਼ਿਕ ਰਾਜ ਨੂੰ ਜੁਗਤ ਮਹਾਮਤ ਮਹਾਮਾਤਰ ਨਾ ਦੇ ਸਾਰੇ ਅਧਿਕਾਰੀਆਂ ਨੂੰ ਜਿਹੜੇ ਕਿ ਨਿਯੁਕਤ ਕੀਤਾ ਜਾਂਦਾ ਸੀ ਨਵੇਂ ਰਾਜ ਅਧਿਕਾਰੀ ਨੁਕਤੇ ਕੀਤੇ ਗਏ ਉਹਦੇ ਉਹਨੇ ਚੰਦਰਗੁਪਤ ਮੌਰੇ ਦੇ ਸ਼ਾਸਨ ਕਾਲ ਦੇ ਵਿੱਚ ਜਿਹੜੇ ਦੰਡ ਪ੍ਰਣਾਲੀ ਪਰਚੱਲੇ ਸੀ ਉਹਨੂੰ ਵੀ ਥੋੜਾ ਢਿੱਲਾ ਕੀਤਾ ਨਰਮ ਕੀਤਾ ਤੇ ਨੈਤਿਕਤਾ ਨੂੰ ਤੇ ਜ਼ੋਰ ਦਿੱਤਾ ਤੇ ਇਸ ਤੋਂ ਇਲਾਵਾ ਅਸ਼ੋਕ ਨੇ ਜਿਹੜੇ ਕਿ ਆਪਣਾ ਧਰਮ ਵੀ ਚਲਾਇਆ ਸੀ ਠੀਕ ਹੈ ਤੇ ਅਸ਼ੋਕ ਪਰਜਾ ਦੀ ਭਲਾਈ ਦੇ ਜਾਣਨ ਦੇ ਲਈ ਜਿਹੜੇ ਕਿ ਭੇਸ ਬਦਲ ਕੇ ਸਾਮਰਾਜ ਦੇ ਵੱਖ-ਵੱਖ ਭਾਗਾਂ ਦਾ ਦੌਰਾ ਕਰਦਾ ਸੀ ਤੇ ਅਸ਼ੋਕ ਦਾ ਧੰਮ ਹਾਂਜੀ ਅਸ਼ੋਕ ਨੇ ਅਲੱਗ-ਅਲੱਗ ਧਰਮਾਂ ਤੇ ਜਾਤੀਆਂ ਵਿਚਾਲੇ ਏਕਤਾ ਤੇ ਲੋਕਾਂ ਦੇ ਵਿੱਚ ਨੈਤਿਕਤਾ ਦੇ ਲਈ ਇੱਕ ਧਰਮ ਦੀਪ ਸਥਾਪਨਾ ਕੀਤੀ ਸੀ ਜਿਹਦੇ ਵਿੱਚ ਸਾਰੇ ਧਰਮਾਂ ਦੇ ਜਿਹੜੇ ਕਿ ਨੈਤਿਕ ਸਿਧਾਂਤ ਸ਼ਾਮਿਲ ਸੀ ਜਿਦੇ ਵਿੱਚ ਵੱਡਿਆਂ ਦਾ ਦਾ ਵੱਡਿਆਂ ਦਾ ਸਤਿਕਾਰ ਛੋਟਿਆਂ ਨਾਲ ਪ੍ਰੇਮ ਪਿਆਰ ਸੱਚ ਬੋਲਣਾ ਅਹਿੰਸਾ ਦਾਨ ਦੇਣਾ ਪਵਿੱਤਰ ਜੀਵਨ ਬਤੀਤ ਕਰਨਾ ਦੂਸਰਾ ਪ੍ਰਤੀ ਸਹਿਣਸ਼ੀਲਤਾ ਨੀਤੀ ਬਣਾਉਣਾ ਇਹ ਸਾਰੇ ਅਸ਼ੋਕ ਦੇ ਧਰਮ ਦੇ ਸਿਧਾਂਤ ਸੀ ਤੇ ਅਸ਼ੋਕ ਨੇ ਧਰਮ ਦੇ ਪ੍ਰਚਾਰ ਲਈ ਸੀ ਇਹਦਾਤਾ ਨੂੰ ਸ਼ਿਲਾ ਲੇਖਾਂ ਤੇ ਉਕਾਰਿਆ ਤੇ ਧਰਮ ਦੇ ਮਹਾਮਾਤਰ ਨਿਯੁਕਤ ਕੀਤੇ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਸੀ ਤੇ ਇਹਦੇ ਸਿਧਾਂਤ ਅਸ਼ੋਕ ਦੇ ਧੰਮ ਦੇ ਜ਼ਾਂ ਤਾਂ ਆਪਣ ਨੇ ਹੁਣੇ ਕਿਤੇ ਨੇ ਇਹੀ ਸਿਧਾਂਤ ਆ ਜਾਣਗੇ ਠੀਕ ਹੈ ਅਸ਼ੋਕਾ ਨੇ ਬੁੱਧ ਧਰਮ ਦੇ ਪ੍ਰਸਾਰ ਲਈ ਕੀ ਕੀ ਯਤਨ ਕੀਤੇ ਸੀ ਅਸ਼ੋਕ ਨੇ ਬੁੱਧ ਧਰਮ ਦੇ ਪ੍ਰਸਾਰ ਲਈ ਉਹਨੂੰ ਰਾਜ ਧ ਤੇ ਖੁਦ ਵੀ ਉਹਨੇ ਇਸ ਧਰਮ ਨੂੰ ਅਪਣਾਇਆ ਸੀ ਤੇ ਧਰਮ ਮਹਾਮਾਤਰ ਨੁਕਤ ਕੀਤੇ ਸੀ ਬੋਧ ਵਿਹਾਰ ਮੱਠਾਂ ਦਾ ਨਿਰਮਾਣ ਕੀਤਾ ਸੀ ਪਾਟਲੀਪੁੱਤਰ ਦੇ ਵਿੱਚ ਤੀਜੀ ਮਹਾਸਭਾ ਦਾ ਆਯੋਜਨ ਕੀਤਾ ਸੀ ਤੇ ਵਿਦੇਸ਼ਾਂ ਵਿੱਚ ਆਪਣੀ ਬੇਟੀ ਜਿਹੜੀ ਕਿ ਤੇ ਪੁੱਤਰ ਨੂੰ ਸੰਗ ਮਿੱਤਰਾ ਤੇ ਤੇ ਬੇਟਾ ਸੀ ਮਹਿੰਦਰ ਉਹਨਾਂ ਨੂੰ ਜਿਹੜਾ ਕਿ ਭੇਜਿਆ ਸੀ ਠੀਕ ਹੈ ਸ਼੍ਰੀਲੰਕਾ ਦੇ ਵਿੱਚ ਤੇ ਅੱਗੇ ਹੈਗਾ ਅਸ਼ੋਕ ਦੀ ਮਹਾਨ ਬੋਧਿਆ ਦੀ ਤੀਜੀ ਸਭਾ 251 ईसा पूर्व ਦੇ ਵਿੱਚ ਹਾਂਜੀ ਬੋਧਿਆ ਦੀ ਜਿਹੜੀ ਤੀਜੀ ਸਭਾ ਸੀ ਉਹਦਾ ਅਸ਼ੋਕ ਨੇ ਯੋਜਨ ਕੀਤਾ ਸੀ ਠੀਕ ਹੈ ਉਹਨਾਂ ਦੇ ਵਿੱਚ ਜਿਹੜੇ ਆਪਸੀ મતਭੇਦਾਂ ਨੂੰ ਦੂਰ ਕਰਨ ਦੇ ਲਈ 251 ਈਸਵੀ ਪੂਰਬ ਦੇ ਵਿੱਚ ਪਟਲੇਪੁੱਤਰ ਦੇ ਵਿੱਚ ਤੀਜੀ ਮਹਾਸਭਾ ਹੋਈ ਸੀ ਤੇ ਇਸ ਮਹਾਸਭਾ ਦੀ ਪ੍ਰਧਾਨਗੀ ਮੋਗਲੀ ਪੁੱਤ ਇਸ ਨੇ ਕੀਤੀ ਸੀ ਤੇ 9 ਮਹੀਨੇ ਤੱਕ ਚੱਲਦੀ ਰਹੀ ਸੀ ਇਸ ਮਹਾਸਭਾ ਦੇ ਵਿੱਚ ਕਥਾਵਤੂ ਨਾਮਕ ਗ੍ਰੰਥ ਤਿਆਰ ਕੀਤਾ ਗਿਆ ਸੀ ਠੀਕ ਹੈ ਤੇ ਬੋਧ ਭਿਖਸ਼ ਨੂੰ ਵਿਦੇਸ਼ਾਂ ਵਿੱਚ ਭੇਜਣ ਦਾ ਨਿਰਣਣਾ ਲਿਆ ਗਿਆ ਸੀ ਤੇ ਅੱਗੇ ਹੈਗਾ ਅਸ਼ੋਕ ਦੀ ਮਹਾਨਤਾ ਦੇ ਕਾਰਨ ਕੀ ਸੀ ਹਾਂਜੀ ਅਸ਼ੋਕ ਨੇ ਜਿਹੜੇ ਕਿ ਪਰਜਾ ਦੀ ਭਲਾਈ ਲਈ ਹਮੇਸ਼ਾ ਯਤਨ ਕੀਤੇ ਬੁੱਧ ਧਰਮ ਦਾ ਪ੍ਰਸਾਰ ਕੀਤਾ ਤੇ ਜਿਹੜੇ ਕਿ ਧਰਮ ਚਲਾਇਆ ਸੀ ਤੇ ਕਲਾ ਸਾਇ ਸਿੱਖਿਆ ਦੇ ਵਿੱਚ ਉਹ ਦੁੱਤੀ ਜਿਹੜਾ ਕਿ ਯੋਗਦਾਨ ਦਿੱਤਾ ਤੇ ਇਹਦੇ ਵਿੱਚ ਇਹਦਾ ਸਾਰਾ ਕੁਝ ਯੋਗਦਾਨ ਆ ਜਾਣਾ ਇਸ ਤਰ੍ਹਾਂ ਦੀ ਦਸ਼ਾ ਕੀ ਹੋ ਜੀ ਸੀ ਮੌਰੀਆ ਕਾਲ ਦੇ ਵਿੱਚ ਸੰਤੋਖਜਨਕ ਨਹੀਂ ਸੀ ਲੜਕੀਆਂ ਨੇ ਜਨਮ ਤੇ ਘਰ ਜਨਮ ਤੇ ਘਰ ਦੇ ਵਿੱਚ ਸ਼ੋਗ ਜਿਹੜੇ ਕਿ ਹੋ ਜਾਂਦਾ ਸੀ ਤੇ ਸਟੱਡੀ ਵੱਲ ਕੋਈ ਧਿਆਨ ਨਹੀਂ ਸੀ ਛੋਟੀ ਉਮਰ ਦੇ ਵਿੱਚ ਵਿਆਹ ਹੁੰਦਾ ਸੀ ਤੇ ਅਮੀਰ ਲੋਕ ਕਈ ਸਤਿਨਾਂ ਦਾ ਵਿਆਹ ਕਰਾਉਂਦੇ ਸੀ ਸਮਾਜ ਦੇ ਵਿੱਚ ਵੇਸ਼ਵਾ ਪ੍ਰਥਾ ਵੀ ਬਰਚਲ ਰਹੀ ਸੀ ਤਰਸਯੋਗ ਹਾਲਤ ਸੀ ਭਾਵ ਦੀ ਤੇ ਵਿਧਵਾ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇਜਾਜ਼ਤ ਨਹੀਂ ਸੀ ਅ ਹੁਣ ਰੰਜਨ ਦੇ ਸਾਧਨ ਜਿਹੜੇ ਕਿ ਇਹ ਤਾਂ ਸਿੰਪਲ ਜਿਹੇ ਪੁਆਇੰਟ ਨੇ ਠੀਕ ਹੈ ਨਾਚ ਗਾਣਾ ਜੂਆ ਖੇਡਣਾ ਚੋਪੜ ਇਹ ਨਾਟਕ ਦੇਖਣ ਇਹਨਾਂ ਦੇ ਮਨੋਰੰਜਨ ਦੇ ਸਾਧਨ ਸੀ ਸਮਾਜਿਕ ਜੀਵਨ ਕਿਵੇਂ ਸੀ ਮੋਰੀਆ ਕਾਲ ਦੇ ਵਿੱਚ ਸਾਂਝਾ ਪਰਿਵਾਰ ਪ੍ਰਣਾਲੀ ਪਰਚਲ ਰਹੀ ਸੀ ਇਸ ਤਰ੍ਹਾਂ ਦਸ਼ਾ ਬទਰੇ ਚੰਗੀ ਨਹੀਂ ਸੀ ਠੀਕ ਹੈ ਜਾਤੀ ਪ੍ਰਥਾ ਪਹਿਲਾਂ ਨਾਲੋਂ ਕਠੋਰ ਹੋ ਗਈ ਸੀ ਲੋਕਾਂ ਦਾ ਨੈਤਿਕ ਪੱਧਰ ਉੱਚਾ ਸੀ ਪੜ੍ਹੇ ਲਿਖੇ ਲੋਕ ਸੀ ਤੇ ਸਮਾਜ ਦੇ ਵਿੱਚ ਦਾਸ ਪ੍ਰਥਾ ਪਰਚਲ ਰਹੀ ਸੀ ਠੀਕ ਹੈ ਬਟ ਉਹਨਾਂ ਨਾਲ ਜਿਹੜੇ ਕਿ ਚੰਗਾ سلوਕ ਹੁੰਦਾ ਸੀ ਦਾਸ ਦਾਸ ਭਾਵ ਕਿ ਗੁਲਾਮ ਬਣਾ ਕੇ ਰੱਖਦੇ ਸੀ ਇਸ ਤਰ੍ਹਾਂ ਦੇ ਪੁਰਸ਼ਾਂ ਦੋਵੇਂ ਤਰ੍ਹਾਂ ਦੇ ਦੋਵੇਂ ਗਹਿਣੇ ਪਾਉਂਦੇ ਸੀ ਤੇ ਕਈ ਟੰਗਾਂ ਨਾਲ ਆਪਣਾ ਮਨੋਰੰਜਨ ਕਰਦੇ ਸੀ ਤਕਸ਼ੀਲਾ ਵਿਸ਼ਵ ਵਿਦਿਆਲਾ ਮੋਰੀਆ ਹਮਲਾਪ ਦੇ ਵਿੱਚ ਹਾਂਜੀ ਤਕਸ਼ੀਲਾ ਤਕਸ਼ੀਲਾ ਵਿਸ਼ਵਵਿਦਾਲਾ ਮੌਰੀਸ ਸਮਰਾ ਦੇ ਵਿੱਚ ਉੱਚ ਸਿੱਖਿਆ ਦਾ ਕੇਂਦਰ ਸੀ ਜਿਵੇਂ ਵਰਦਨ ਸਮਾਜ ਦੇ ਵਿੱਚ ਨਲੰਦਾ ਯੂਨੀਵਰਸਿਟੀ ਸੀ ਐਵੇਂ ਠੀਕ ਹੈ ਇੱਥੇ ਸਿੱਖਿਆ ਪ੍ਰਾਪਤ ਕਰਨ ਲਈ ਵਿਦੇਸ਼ਾਂ ਤੋਂ ਲੋਕ ਵਿਦਿਆਰਥੀ ਆਉਂਦੇ ਸੀ ਤੇ ਦਾਖਲਾ ਬੜੀ ਮੁਸ਼ਕਲ ਨਾਲ ਮਿਲਦਾ ਸੀ ਕਿ ਵਿਗਿਆਨ ਚਿਕਿਤਸਾ ਰਾਜਨੀਤਿਕ ਸ਼ਾਸਤਰ ਜੋਤਿਸ਼ ਸ਼ਾਸਤਰ ਵਿਆਕਰਨ ਗਣਿਤ ਤੇ ਪੜ੍ਹਾਏ ਜਾਂਦੇ ਸੀ ਵਿਸ਼ੇ ਆਰਥਿਕ ਜੀਵਨ ਜਿਹੜਾ ਕਿ ਮੁੱਖ ਤੌਰ 'ਤੇ ਖੇਤੀਬਾੜੀ ਸੀ ਖੇਤੀਬਾੜੀ ਨੂੰ ਸਰਕਾਰ ਨੇ ਲਈ ਕਿਸਾਨਾਂ ਲਈ ਇੱਕ ਸਿੰਚਾਈ ਦਾ ਸਹੂਲਤਾ ਸੀ ਠੀਕ ਹੈ ਤੇ ਇਸ ਤੋਂ ਇਲਾਵਾ ਕੱਪੜਾ ਜੋਗ ਵੀ ਸੀ ਬਹੁਤ ਸਾਰੇ ਕਬੀਲੇ ਪਸ਼ੂ ਪਾਲਣ ਵੀ ਕਰਦੇ ਸੀ ਕਲਾਕੀਮੇ ਦੀ ਸੀ ਮੌਰੀਆ ਕਾਲ ਦੇ ਵਿੱਚ ਜਿਹੜੀ ਕਿ ਕਲਾ ਉਦੁੱਤੀ उन्नति ਹੋਈ ਮੌਰੀਆ ਸ਼ਾਸਕਾਂ ਨੇ ਭਵਨ ਨਿਰਮਾਣ ਕਲਾ ਨਾਲ ਬਹੁਤ ਪਿਆਰ ਸੀ ਪਾਟਲੀਪੁੱਤਰ ਦੇ ਵਿੱਚ ਬੜੇ ਸ਼ਾਹੀ ਮਹਿਲ ਨੂੰ ਦੇਖ ਕੇ ਜਿਹੜੇ ਕਿ ਵਿਦੇਸ਼ੀ ਯਾਤਰੀ ਵੀ ਹੈਰਾਨ ਰਹਿ ਜਾਂਦੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਮਨੁੱਖ ਨੇ ਨਹੀਂ ਬਲਕਿ ਦੇਵਤਿਆਂ ਨੇ ਇਹ ਜਿਹੜੇ ਕਿ ਪਾਟਲੀਪੁੱਤਰ ਬਣਾਇਆ ਮਤਲਬ ਕਿ ਇੰਨਾ ਜ਼ਿਆਦਾ ਸੋਨਾ ਸੀ ਤੇ ਅਸ਼ੋਕ ਨੇ ਭਵਨਾਂ ਦੀ ਮਜ਼ਬੂਤੀ ਲਈ ਲੱਕੜ ਦੀ ਥਾਂ ਤੇ ਪੱਥਰਾਂ ਦੀ ਵਰਤੋਂ ਕੀਤੀ ਸੀ ਤੇ ਅਸ਼ੋਕ ਨੇ ਵੱਡੀ ਗਿਣਤੀ ਵਿੱਚ ਸਤੂਪਾਂ ਦਾ ਨਿਰਮਾਣ ਕਰਵਾਇਆ ਤੇ ਸਾਂਚੀ ਦਾ ਸਤੂਪ ਇਹਨਾਂ ਦੇ ਵਿੱਚ ਸਭ ਤੋਂ ਮਹੱਤਵਪੂਰਨ ਅਤੇ ਮੌਰੀਆ ਕਾਲ ਦੇ ਵਿੱਚ ਗਹਿਣੇ ਬਣਾਉਣ ਦੀ ਕਲਾ ਵੀ ਵਿਕਸਤ ਸੀ ਮੌਰੀਆ ਕਾਲ ਦਾ ਪਤਨ ਕਿ ਹੋ ਗਿਆ ਇਹਦੇ ਲਈ ਕਈ ਕਾਰਨ ਜ਼ਿੰਮੇਵਾਰ ਨੇ ਇੱਕ ਤਾਂ ਅਸ਼ੋਕ ਦੇ ਉੱਤਰਾਧਿਕਾਰੀ ਕਮਜ਼ੋਰ ਨਿਕਲ ਗਏ ਰਾਜ ਮਹਿਲ ਸ਼ਾਜਾਹਾਂ ਦਾ ਅੱਡਾ ਬਣ ਗਿਆ ਤੇ ਰਾਜ ਦੀ ਸਥਿਤੀ ਡਾਵਾ ਡੋਲ ਹੋ ਗਈ ਅਸ਼ੋਕ ਦੀ ਮੌਤ ਤੋਂ ਬਾਅਦ ਮੌਰੀਆ ਸਾਮਰਾਜ ਥਾਂ-ਥਾਂ ਤੇ ਵਿਦਰੋਹ ਹੋਣੇ ਸ਼ੁਰੂ ਹੋ ਗਏ ਆਵਾਜਾਈ ਦੇ ਸਾਧਨਾਂ ਦੀ ਘਾਟ ਹੋਣ ਕਰਕੇ ਇਹਨਾਂ ਨੂੰ ਤਾਂ ਕਾਬੂ ਪਾਉਣਾ ਔਖਾ ਹੋ ਗਿਆ ਰਾਜ ਦਾ ਖਜ਼ਾਨਾ ਖਾਲੀ ਹੋ ਗਿਆ ਤੇ ਪ੍ਰਸ਼ਾਸਨਿਕ ਪ੍ਰਬੰਧ ਢਿੱਲਾ ਪੈ ਗਿਆ ਤੇ ਵਿਦੇਸ਼ੀ ਹਮਲਿਆਂ ਨੇ ਜਿਹੜੇ ਅਗਲਾ ਹੈਗਾ ਚੈਪਟਰ ਗੁਪਤ ਕਾਲ ਹਾਂਜੀ ਸ੍ਰੀ ਗੁਪਤ ਗੁਪਤ ਵੰਸ਼ ਦਾ ਮੋਢੀ ਸੀ ਸ੍ਰੀ ਗੁਪਤ ਸ੍ਰੀ ਸ੍ਰੀ ਗੁਪਤ ਬਾਰੇ ਪੜ੍ਹਤ ਕੋਈ ਖਾਸ ਜਾਣਕਾਰੀ ਨਹੀਂ ਮਿਲਦੀ ਤੇ ਸ੍ਰੀ ਗੁਪਤ ਨੇ 240 ਤੋਂ ਲੈ ਕੇ 280 ਇਸਵੀ ਤੱਕ ਸ਼ਾਸਨ ਕੀਤਾ ਹੁਣ 240 ਤੋਂ ਲੈ ਕੇ 280 ਇਸਵੀ ਤੱਕ ਤੇ ਗੁਪਤ ਵਿਲੇਖਾਂ ਦੇ ਵਿੱਚ ਸ਼੍ਰੀ ਗੁਪਤ ਨੂੰ ਮਹਾਰਾਜ ਦਾ ਖਿਤਾਬ ਦਿੱਤਾ ਗਿਆ ਤੇ ਸਮੁੰਦਰ ਗੁਪਤ ਤੇ ਉਸ ਤੋਂ ਬਾਅਦ ਬਾਅਦ ਦੇ ਸਾਰੇ ਸ਼ਾਸਕਾਂ ਨੇ ਮਹਾਰਾਜ ਦੇ ਰਾਤ ਦਾ ਖਿਤਾਬ ਹਾਸਿਲ ਕੀਤਾ ਬਟ ਸ਼੍ਰੀ ਗੁਪਤ ਨੇ ਮਹਾਰਾਜ ਦਾ ਕੀਤਾ ਸੀ ਠੀਕ ਹੈ ਬਟ ਵਾਸਤਵਿਕ ਗੁਪਤ ਵੰਸ਼ ਦਾ ਜੇ ਆਪਾਂ ਕਹੀਏ ਵੀ ਅਸਲ ਦੇ ਵਿੱਚ ਮੋਢੀ ਕੌਣ ਸੀ ਵਾਸਤਵਿਕ ਮੋਢੀ ਕੌਣ ਸੀ ਤਾਂ ਉਹ ਸੀ ਜੇ ਆਪਾਂ ਕਹਿ ਸਕਦੇ ਨੂੰ ਅਸਲ ਮੋਢੀ ਕੌਣ ਸੀ ਤਾਂ ਅਸਲ ਮੋਢੀ ਜਾਂ ਵਾਸਤਵਿਕ ਮੋਢੀ ਸੀ ਚੰਦਰ ਗੁਪਤ ਪਹਿਲਾ ਠੀਕ ਹੈ ਚੰਦਰ ਗੁਪਤ ਪਹਿਲਾ ਅੱਗੇ ਹੈਗਾ ਘਟੋਤਕੱਚ ਹਾਂਜੀ ਘਟੋਤਕੱਚ ਆ ਜਿਹੜੇ ਕੀ ਪਾ ਕਿਉਂਕਿ ਇਹਨੂੰ ਤਾਂ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਸੁਤੰਤਰ ਨਹੀਂ ਸੀ ਠੀਕ ਹੈ ਅਧੀਨ ਸੀ ਇਹ ਸਮਤਾ ਦੀ ਅੱਗੇ ਹੈਗਾ ਘਟੋਤਕਾਚ ਘਟੋਤਕਾਚ ਦਾ ਦੂਜਾ ਸ਼ਾਸਕ ਸੀ ਘਟੋਤ ਗੁਪਤ ਬਲੇਖਾਂ ਦੇ ਵਿੱਚ ਸ਼੍ਰੀ ਗੁਪਤ ਦਾ ਪੁੱਤਰ ਤੇ ਇਹਨੂੰ ਉੱਤਰਾਧਿਕਾਰੀ ਦੱਸਿਆ ਗਿਆ ਘਟੋਤਕਾਚ ਤੇ ਉਹਦੇ ਸਫਲਤਾਵਾਂ ਦੇ ਸੰਬੰਧੇ ਵਿੱਚ ਵੀ ਕੋਈ ਜਾਣਕਾਰੀ ਨਹੀਂ ਮਿਲਦੀ ਗੁਪਤ ਅਵਿਲੇਖਾਂ ਦੇ ਵਿੱਚ ਸ਼੍ਰੀ ਗੁਪਤ ਨੂੰ ਗੁਪਤ ਵੰਸ਼ ਦਾ ਮੋਢੀ ਦੱਸਿਆ ਗਿਆ ਸੰਭਵ ਹੈ ਕਿ ਘਟੋਤਕਾਚ ਆਪਣੇ ਪਿਤਾ ਸ਼੍ਰੀ ਗੁਪਤ ਨਾਲੋਂ ਜ਼ਿਆਦਾ ਪ੍ਰਭਾਵਸ਼ਾਲੀ ਰਿਹਾ ਹੋਗਾ ਤੇ ਆਪਣੇ ਮਾਨ ਦੇ ਕਾਰਨ ਹੀ ਉਹਨੇ ਆਪਣੇ ਪੁੱਤਰ ਚੰਦਰਗੁਪਤ ਪਹਿਲੇ ਦਾ ਵਿਆਹ ਲਿਛਮੀ लिच्छवी राजकुमारी कुमार देवी ਨਾਲ ਕੀਤਾ ਸੀ ਤੇ 280 ਇਸਵੀ ਪੂਰਵ ਤੋਂ 319 ਇਸਵੀ ਤੱਕ ਉਹਨੇ ਸ਼ਾਸਨ ਕੀਤਾ ਅਗਿਆ ਚੰਦਰਗੁਪਤ ਪਹਿਲਾ ਜਿਸ ਨੂੰ ਅਸਲੀ ਸੰਸਥਾਪਕ ਮੰਨਿਆ ਜਾਂਦਾ ਚੰਦਰਗੁਪਤ ਪਹਿਲਾ 320 ਇਸਵੀ ਦੇ ਵਿੱਚ ਰਾਜਗਦੀ ਤੇ ਬੈਠਿਆ ਤੇ ਉਹਨੇ ਆਪਣੀ ਸੁਤੰਤਰਤਾ ਦਾ ਐਲਾਨ ਕੀਤਾ ਤੇ ਮਹਾਰਾਜਾ ਤੇ ਰਾਜ ਦੀ ਉਪਾਦੀ ਧਾਰਨ ਕੀਤੀ ਤੇ ਉਹਨੇ ਗੁਪਤ ਸੰਮਤ ਚਲਾਇਆ ਠੀਕ ਹੈ ਗੁਪਤ ਸੰਮਤ 320 21 ਇਸਵੀ ਦੇ ਵਿੱਚ ਚੱਲਦਾ ਗੁਪਤ ਸੰਮਤ ਚਲਾਇਆ ਸੀ ਚੰਦਰਗੁਪਤ ਪਹਿਲੇ ਨੇ ਤੇ ਉਹਨੇ ਲਿਛਵੀ ਵੰਸ਼ ਦੀ ਰਾਜਕੁਮਾਰੀ ਕੁਮਾਰ ਦੇਵੀ ਨਾਲ ਵਿਆਹ ਕੀਤਾ ਤੇ ਆਪਣੀ ਸ਼ਕਤੀ ਨੂੰ ਮਜ਼ਬੂਤ ਕੀਤਾ ਉਹਨੇ ਮਗਧ ਤੋਂ ਇਲਾਵਾ ਬੰਗਾਲ, ਬਿਹਾਰ, ਅਵਧ ਤੇ ਇਲਾਵਾ ਦੇ ਇਲਾਕਿਆਂ ਨੂੰ ਆਪਣੇ ਅੰਡਰ ਕੀਤਾ ਤੇ ਇਹਨਾਂ ਕਰਕੇ ਚੰਦਰਗੁਪਤ ਪਹਿਲੇ ਨੂੰ ਗੁਪਤ ਵੰਸ਼ ਦਾ ਅਸਲ ਮੋਢੀ ਮੰਨਿਆ ਜਾਂਦਾ ਅੱਗੇ ਹੈਗਾ ਸਮੁੰਦਰ ਗੁਪਤ ਹਾਂਜੀ ਸਮੁੰਦਰ ਗੁਪਤ ਗੁਪਤ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ ਇਹਨੂੰ ਭਾਰਤੀ ਨਪੋਲੀਅਨ ਵੀ ਕਿਹਾ ਜਾਂਦਾ ਠੀਕ ਹੈ ਤੇ ਇਹਨੇ 335 ਈਸਵੀ ਤੋਂ ਲੈ ਕੇ 375 ਈਸਵੀ ਤੱਕ ਰਾਜ ਕੀਤਾ ਤੇ ਉਹ ਇੱਕ ਮਹਾਨ ਜੇਤੂ ਸੀ ਤੇ ਉਹਨੇ ਉੱਤਰੀ ਭਾਰਤ ਦੇ ਵਿੱਚ 9 ਸ਼ਾਸਕਾਂ ਨੂੰ ਹਰਾਇਆ ਦੱਖਣੀ ਭਾਰਤ ਦੇ ਵਿੱਚ 12 ਸ਼ਾਸਕਾਂ ਨੂੰ ਹਰਾਇਆ ਉਨੇ ਮੱਧ ਭਾਰਤ ਤੇ ਉੜੀਸਾ ਦੇ ਜੰਗਲੀ ਜਾਤੀਆਂ ਤੇ ਵੀ ਜਿੱਤ ਹਾਸਲ ਕੀਤੀ ਤੇ अनेका ਗਨਤੰਤਰ ਜਾਤੀ ਦੇ ਸਰਹੱਦੀ ਸ਼ਾਸਕਾਂ ਨੂੰ ਵੀ ਉਹਨੇ ਅਧੀਨਤਾ ਸੀ ਜਿਹੜੀ ਸਵੀਕਾਰ ਕੀਤੀ ਤੇ ਸ਼ਹਿਨਸ਼ੀਲ ਤੇ ਦਾਨੀ ਸ਼ਾਸਕ ਸੀ ਕਲਾ ਸਾਹਿਤ ਨਾਲ ਉਹਨੂੰ ਬਹੁਤ ਪਿਆਰ ਸੀ ਤੇ ਸਮੁੰਦਰ ਗੁਪਤਰ ਜਿਹੜੇ ਕਿ ਉਹਦੇ ਸ਼ਿੱਕਿਆਂ ਤੇ ਉਹਨੂੰ ਬੀਨਾ ਬੀਨਾ ਵਜਾਉਂਦਾ ਹੋਇਆ ਦਿਖਾਇਆ ਗਿਆ ਜਿਸ ਤੋਂ ਪਤਾ ਲੱਗਦਾ ਕਿ ਉਹਨੂੰ ਸੰਗੀਤ ਦਾ ਵੀ ਕਾਫੀ ਜ਼ਿਆਦਾ ਸ਼ੌਂਕ ਸੀ ਤੇ ਸਮੁੰਦਰ ਗੁਪਤ ਨੂੰ ਭਾਰਤੀ ਨੈਪੋਲੀਅਨ ਤਾਂ ਕਹਿੰਦੇ ਨੇ ਕਿਉਂਕਿ ਉਹ ਜਿਹੜੇ ਕਿ ਫਰਾਂਸ ਦਾ ਸੀ ਨੈਪੋਲੀਅਨ ਉਹਦੀ ਤਰ੍ਹਾਂ ਉਹਨੇ ਜਿਹੜੇ ਕਿ ਕਦੇ ਵੀ ਹਾਰਿਆ ਨਹੀਂ ਸੀ ਸਮੁੰਦਰ ਗੁਪਤ ਜਦਕਿ ਨਪੋਲੀਅਨ ਤਾਂ ਫਿਰ ਵੀ ਹਾਰ ਗਿਆ ਸੀ ਮਤਲਬ ਕਿ ਨਪੋਲੀਅਨ ਨਾਲ ਉਹ ਵੀ ਵੱਧ ਕੇ ਸੀ ਨਪੋਲੀਅਨ ਵਾਟਰਕਲ ਦੀ ਲੜਾਈ ਦੇ ਵਿੱਚ ਹਾਰ ਗਿਆ ਸੀ ਬਟ ਸਮੁੰਦਰ ਗੁਪਤ ਕਦੇ ਨਹੀਂ ਹਾਰਿਆ ਸੀ ਸਮੁੰਦਰ ਗੁਪਤ ਦੇ ਦੱਖਣੀ ਅਜਿੱਤਾਂ ਹਾਂਜੀ ਦੱਖਣ ਦੇ ਵਿੱਚ ਇਹਨਾਂ 12 ਸ਼ਾਸਕਾਂ ਨੂੰ ਹਰਾਇਆ ਸੀ ਇਹਨਾਂ ਦੇ ਵਿੱਚ ਉਹਨੇ ਆਪਣੇ ਜਿਹੜੇ ਕਿ ਬਟ ਸਮੁੰਦਰ ਗੁਪਤ ਨੇ ਇਹਨਾਂ ਦੱਖਣੀ ਰਾਜਾਂ ਨੂੰ ਆਪਣੇ ਸਾਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਸੀ ਬੇਸ਼ੱਕ ਇਹਨਾਂ ਦੇ ਜਿੱਤ ਹਾਸਲ ਕਰ ਲਈ ਸੀ ਹਰਾਇਆ ਸੀ ਬਟ ਇਹਨੂੰ ਆਪਣੇ ਰਾਜ ਦੇ ਵਿੱਚ ਜਿਹੜਾ ਕਿ ਨਹੀਂ ਮਿਲਾ ਸੀ ਤੇ ਉਸਨੇ ਇਹ ਰਾਜ ਜਿਹੜੇ ਕਿ ਸਨਾਨਾ ਟੈਕਸ ਦੇਣ ਦੇ ਬਦਲੇ ਉਹਨਾਂ ਰਾਜੇ ਨੂੰ ਵਾਪਸ ਕਰ ਦਿੱਤਾ ਸੀ ਜਿਸ ਕਰਕੇ ਆਵਾਜੀ ਦੇ ਸਾਧਰਾਂ ਦੀ ਘਾਟ ਕਰਕੇ ਤੇ ਉਹਦਾ ਇਹ ਨਿਯੰਤਰਣ ਕਰਨਾ ਵੀ ਔਖਾ ਸੀ ਜਿਸ ਕਰਕੇ ਉਹਨੇ ਬੜੀ ਜਿਹੜੀ ਕਿ ਕੂਟਨੀਤੀ ਨਾਲ ਕੰਮ ਲਿਆ ਸਮੁੰਦਰ ਗੁਪਤ ਇੱਕ ਮਹਾਨ ਸੰਗੀਤਕਾਰ ਸੀ ਇਹ ਕਿਉਂ ਪਤਾ ਲੱਗਦਾ ਠੀਕ ਹੈ ਤੇ ਇਹਨੂੰ ਸੰਗੀਤਕਾਰ ਨਾਲ ਬਹੁਤ ਪਿਆਰ ਸੀ ਤੇ ਹਰੀ ਸੇਨ ਦੇ ਕਥਨ ਅਨੁਸਾਰ ਉਹਨੇ ਨਾਰਦ ਤੇ ਤੁੰਬਰੂ ਜੋ ਕਿ ਆਪਣੇ ਸੰਗੀਤ ਕਲਾ ਲਈ ਜਾਣੇ ਜਾਂਦੇ ਸੀ ਉਹਨਾਂ ਨੂੰ ਵੀ ਹੈਰਾਨ ਕਰਦਾ ਸੀ ਤੇ ਸਮੁੰਦਰ ਗੁਪਤ ਦੇ ਜਏ ਸ਼ਿੱਕੇ ਮਿਲਣ ਜਿਨ੍ਹਾਂ ਤੇ ਉਹ ਗੱਦੀ 'ਤੇ ਬੈਠਾ ਬੀਨਾ ਵਜਾ ਰਿਹਾ ਜਿਸ ਤੋਂ ਪਤਾ ਲੱਗਦਾ ਕਿ ਉਹ ਉਹਨੂੰ ਕਲਾ ਨਾਲ ਪਿਆਰ ਸੀ ਹਾਂਜੀ ਇਲਾਹਾਵਾਦ ਦਾ ਸਤੰਭ ਲੇਖ ਜਹਰੀ ਸੇਨ ਇਲਾਹਾਵਾਦ ਦਾ ਸਤੰਭ ਲੇਖ ਸਮੁੰਦਰ ਗੁਪਤ ਦੇ ਸ਼ਾਸਨ ਕਾਲ ਨਾਲ ਸੰਬੰਧਿਤ ਜਿਹੜਾ ਸਭ ਤੋਂ ਮਹੱਤਵਪੂਰਨ ਜਾਣਕਾਰੀ ਦੇਣ ਵਾਲਾ ਸੋਮਾ ਤੇ ਇਲਾਹਾਵਾਦ ਦੇ ਸਤੰਭ ਲੇਖ ਨੂੰ ਜਿਹੜਾ ਸਮੁੰਦਰ ਗੁਪਤ ਦਾ ਦਰਬਾਰੀ ਕਵੀ ਸੀ ਹਰੀ ਸੇਨ ਉਹਨੇ ਲਿਖਿਆ ਸੀ ਠੀਕ ਹੈ ਇਲਾਹਾਵਾਦ ਦੇ ਸਤੰਭ ਲੇਖ ਨੂੰ ਹਰੀ ਸੇਨ ਨੇ ਲਿਖਿਆ ਸੀ ਸਮੁੰਦਰ ਗੁਪਤ ਦਾ ਦਰਬਾਰੀ ਕਵੀ ਸੀ ਤੇ ਇਹਦੇ ਵਿੱਚ ਜਿਹੜੇ ਕਿ ਇਹ ਲੇਖ ਲਿਖਿਆ ਗਿਆ 33 ਪੰਕਤੀਆਂ ਨੇ ਇਹਦੇ ਵਿੱਚ 33 ਪੰਕਤੀਆਂ ਨੇ 33 ਪੰਕਤੀਆਂ ਸੰਸਕ੍ਰਿਤ ਭਾਸ਼ਾ ਦੇ ਵਿੱਚ ਨੇ ਤੇ ਇਸ ਉਮੇ ਤੋਂ ਸਾਨੂੰ ਉੱਤਰੀ ਭਾਰਤ ਦੇ ਦੱਖਣੀ ਭਾਰਤ ਦੇ ਜਿੱਤਾਂ ਬਾਰੇ ਜਾਣਕਾਰੀ ਮਿਲਦੀ ਹੈ ਉਹਦੇ ਆਚਰਣ ਬਾਰੇ ਵਿਦੇਸ਼ਾਂ ਨਾਲ ਸਮੁੰਦਰ ਗੁਪਤ ਦੇ ਕਿਵੇਂ ਸਬੰਧ ਸੀ ਉਹਨਾਂ ਬਾਰੇ ਜਾਣਕਾਰੀ ਮਿਲਦੀ ਹੈ ਹਾਂਜੀ ਨਪੋਲੀਅਨ ਕਿਉਂਕਿ ਹੈ ਨਾ ਇਹ ਆਪਾਂ ਨੇ ਹੁਣੇ ਤੁਹਾਨੂੰ ਦੱਸਤਾ ਠੀਕ ਹੈ ਵੀ ਨਪੋਲੀਅਨ ਨਾਲ ਵੀ ਵੱਧ ਕੇ ਸੀ ਠੀਕ ਡਾਕਟਰ ਬੀਏ ਸਮਿਥ ਨੇ ਇਹਦਾ ਜਿਹੜੇ ਕਿ ਨਪੋਲੀਅਨ ਦੀ ਉਪਾਧੀ ਦਿੱਤੀ ਆ ਕਿਉਂਕਿ ਇਹ ਤਾਂ ਨਪੋਲੀਅਨ ਤਾਂ ਵਾਟਰਕਲ ਦੀ ਲੜਾਈ ਦੇ ਵਿੱਚ ਹਾਰ ਗਿਆ ਸੀ ਬਟ ਸਮੁੰਦਰ ਗੁਪਤ ਆਪਣੇ ਜੀਵਨ ਦੇ ਵਿੱਚ ਕਦੇ ਨਹੀਂ ਹਾਰਿਆ ਸੀ ਉਹਨੂੰ ਕਦੇ ਵੀ ਹਾਰ ਦਾ ਮੂੰਹ ਨਹੀਂ ਦੇਖਣਾ ਪਿਆ ਸੀ ਕਿਤੇ ਉਹ ਤੋਂ ਵੱਧ ਕੇ ਅੰਗੇ ਅੱਗੇ ਹੈਗਾ ਚੰਦਰਗੁਪਤ ਦੂਜਾ ਜਿਸ ਨੂੰ ਚੰਦਰਗੁਪਤ ਵਿਕਰਮਦਿੱਤਿਆ ਵੀ ਕਿਹਾ ਜਾਂਦਾ ਚੰਦਰਗੁਪਤ ਦੂਜਾ ਗੁਪਤ ਵੰਸ਼ ਦੇ ਇੱਕ ਮਹਾਨ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਇਹਨੇ 375 ਤੋਂ ਲੈ ਕੇ 415 415 ਈਸਵੀ ਤੱਕ ਰਾਜ ਕੀਤਾ ਤੇ ਉਹਦੀ ਸਭ ਤੋਂ ਮਹੱਤਵਪੂਰਨ ਸਫਲਤਾ ਸ਼ੱਕ ਦਾ ਸ਼ਾਸਕ ਰੂਦਰ ਤੀਜੇ ਨੂੰ ਹਰਾ ਕੇ ਮਾਲਵਾ ਗੁਜਰਾਤ ਤੇ ਕਾਠੀਆਵੜ ਤੇ ਜਿੱਤ ਪ੍ਰਾਪਤ ਕਰਨਾ ਸੀ ਤੇ ਇਹਨੇ ਬੰਗਾਲ ਤੇ ਬਲਖ ਨੂੰ ਵੀ ਆਪਣੇ ਅਧੀਨ ਕੀਤਾ ਤੇ ਇੱਕ ਕੁਸ਼ਲ ਸ਼ਾਸਨ ਪ੍ਰਬੰਧ ਕਾਇਮ ਕੀਤਾ ਤੇ ਉਹਦੇ ਸ਼ਾਸਨ ਕਾਲ ਵਿੱਚ ਕਲਾ ਤੇ ਸਾਇਤ ਦੀ ਵੀ ਉન્નਤੀ ਹੋਈ ਠੀਕ ਹੈ ਤੇ ਉਹਨੇ 우ਜੇਨ ਨੂੰ ਗੁਪਤ ਸਮਰਾਟੇ ਨਵੀਂ ਰਾਜਧਾਨੀ ਬਣਾਸੀ ਹਾਂਜੀ ਸਮੁੰਦਰ ਗੁਪਤ ਦੂਜੇ ਨੇ 우ਜੇਨ ਨੂੰ ਜਿਹੜੀ ਕਿ ਆਪਣੀ ਰਾਜਧਾਨੀ ਬਣਾਇਆ ਸੀ ਤੇ ਚੰਦਰ ਗੁਪਤ ਦੂਜੇ ਦੇ ਸਮੇਂ ਹੀ ਫਾਇਯਾਨ ਭਾਰਤ ਆਇਆ ਸੀ ਚੀਨੀ ਯਾਤਰੀ ਅੱਗੇ ਹੈਗਾ ਫਾਇਯਾਨ ਕੌਣ ਸੀ ਫਾਇਯਾਨ ਇੱਕ ਪ੍ਰਸਿੱਧ ਚੀਨੀ ਯਾਤਰੀ ਸੀ ਜਿਹੜਾ ਕਿ ਚੰਦਰ ਗੁਪਤ ਦੂਜੇ ਦੇ ਸ਼ਾਸਨ ਕਾਲ ਦੇ ਵਿੱਚ ਭਾਰਤ ਆਇਆ ਸੀ ਤੇ ਨੇ 405 ਤੋਂ ਲੈ ਕੇ 411 ਇਸਵੀ ਪੂਰਵ ਤੱਕ ਭਾਰਤ ਦੇ ਵਿੱਚ ਰਿਹਾ ਤੇ ਉਹਨੇ ਆਪਣੀ ਇਸ ਯਾਤਰਾ ਦੇ ਵਿੱਚ ਜਿਹੜੇ ਜੋ ਕੁਝ ਵੀ ਅੱਖੀ ਦੇਖਿਆ ਉਹਨੇ ਪੁਸਤਕ ਲਿਖੀ ਸੀ ਫੋ ਕੋ ਕੀ ਫੋਕੋ ਕੀ ਦੇ ਵਿੱਚ ਜਿਹੜੇ ਕਿ ਆਪਣਾ ਵਰਣਨ ਕੀਤਾ ਸੀ ਠੀਕ ਹੈ ਫਾਈਜਾਨ ਨੇ ਤੇ ਫਾਈਜਾਨ ਜਿਹੜੇ ਕਿ ਤੇ ਉਹਦੀ ਇਸ ਪੁਸਤਕ ਤੋਂ ਉਸ ਸਮੇਂ ਦੇ ਭਾਰਤ ਦੀ ਰਾਜਨੀਤਿਕ ਸਮਾਜਿਕ ਆਰਥਿਕ ਦਸ਼ਾ ਬਾਰੇ ਜਾਣਕਾਰੀ ਮਿਲਦੀ ਹੈ ਬੇਸ਼ੱਕ ਜਿਹੜੇ ਕਿ ਉਹਦਾ ਅਸਲ ਉਦੇਸ਼ ਹੈ ਜੈ ਜਤਰਾ ਦਾ ਬੁੱਧ ਧਰਮ ਸੰਬੰਧੀ ਜਾਣਕਾਰੀ ਇਕੱਠਾ ਕਰਨਾ ਸੀ ਬਟ ਫਿਰ ਵੀ ਉਹਨੇ ਇਸ ਪੁਸਤਕ ਦੇ ਵਿੱਚ ਜਿਹੜੇ ਕਿ ਉਸ ਸਮੇਂ ਦੇ ਸਮਾਜਿਕ ਧਾਰਮਿਕ ਆਰਥਿਕ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਹੈ ਅੱਗੇ ਹੈਗਾ ਹੂਨ ਕੌਣ ਸੀ ਹਾਂਜੀ ਹੂਨ ਮਾਧੇਸ਼ੀਏ ਦੇ ਵਿੱਚ ਇੱਕ ਜਾਤੀ ਸੀ ਜੰਗਲੀ ਲੜਾਕੂ ਤੇ ਜ਼ਾਲਮ ਕਬੀਲਾ ਸੀ ਇਹ ਤੇ ਚੀਨ ਦੇਸ਼ ਦੀ ਸੀਮਾ ਦੇ ਨਿਵਾਸੀ ਸੀ ਇਹ ਚੀਨ ਦੇਸ਼ ਦੀ ਜਿਹੜੇ ਕਿ ਬਾਉਂਡਰੀ ਤੇ ਦੇ ਉਹਦੇ ਨਿਵਾਸੀ ਸੀ ਤੇ ਹੌਲੀ-ਹੌਲੀ ਉਹ ਉਹ ਇਸ ਨਿਵਾਸ ਸਥਾਨ ਨੂੰ ਛੱਡ ਕੇ ਪੱਛਮ ਵੱਲ ਚਲੇ ਗਏ ਠੀਕਾ ਪੱਛਮ ਵੱਲ ਚਲੇ ਗਏ ਤੇ ਇਸ ਸਮੇਂ ਹੂਨ ਫਿਰ ਦੋ ਸ਼ਾਖਾਂ ਦੇ ਵਿੱਚ ਵੰਡੇ ਗਏ ਦੋ ਧਿਰਾਂ ਦੇ ਵਿੱਚ ਵੰਡੇ ਗਏ ਉਹਨਾਂ ਦੀ ਇੱਕ ਸ਼ਾਖਾ ਨੇ ਵੋਲਗਾ ਨਦੀ ਤੋਂ ਹੁੰਦਿਆਂ ਹੋਇਆਂ ਯੂਰਪ ਦੇ ਵਿੱਚ ਪ੍ਰਵੇਸ਼ ਕੀਤਾ ਜਿਨ੍ਹਾਂ ਨੂੰ ਕਾਲੇ ਹੂਨ ਕਿਹਾ ਜਾਂਦਾ ਠੀਕ ਹੈ ਇਹਨਾਂ ਨੂੰ ਕਾਲੇ ਹੂਨ ਕਿਹਾ ਜਾਣ ਲੱਗਾ ਤੇ ਉਹਨਾਂ ਦੀ ਦੂਜੀ ਸ਼ਾਖਾ ਸੀ ਉਕਸਸਤੀ ਘਾਟੀ ਦੇ ਵਿੱਚ ਵਸ ਗਈ ਤੇ ਉਹਨਾਂ ਨੇ ਈਰਾਨ ਤੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਇਸ ਤੋਂ ਬਾਅਦ ਉਹਨਾਂ ਨੇ ਭਾਰਤ ਤੇ ਹਮਲੇ ਕਰਨੇ ਸ਼ੁਰੂ ਕੀਤੇ ਤੇ ਇਹ ਹੂਨ ਸਫੇਦ ਹੂਨ ਅਖਵਾਏ ਅੱਗੇ ਹੈਗਾ ਗੁਪਤ ਸਾਮਰਾਜ ਦਾ ਪਤਨ ਹਾਂਜੀ ਗੁਪਤ ਅਸਕੰਦ ਗੁਪਤ ਦੇ ਉੱਤਰਾਧਿਕਾਰੀ ਜਿਹੜੇ ਕਿ ਅਯੋਗ ਨਿਕਲ ਗਏ ਤੇ ਰਾਜ ਗੱਦੀ ਲਈ ਲੜਾਈ ਝਗੜੇ ਚੱਲਣ ਲੱਗੇ ਠੀਕ ਹੈ ਜਿਸ ਨੇ ਮੌਰੀਆ ਜਿਹੜਾ ਗੁਪਤ ਸਾਮਰਾਜ ਖੋਖਲਾ ਹੋ ਗਿਆ ਆਵਾਜਾਈ ਦੇ ਸਾਧਨਾਂ ਦੀ ਘਾਟ ਕਰਕੇ ਐਡੇ ਵੱਡੇ ਜਿਹੜੇ ਕਿ ਵਿਸ਼ਾਲ ਸਾਮਰਾਜ ਨੂੰ ਨਿਯੰਤਰਣ ਕਰਨ ਔਖਾ ਹੋ ਗਿਆ ਦੇਸ਼ ਦੇ ਅੰਦਰ ਉਨੀ ਬਗਾਵਤਾਂ ਹੋਣ ਲੱਗੀਆਂ ਸੈਨਾ ਵਿੱਚ ਵਿਲਾਸਤਾ ਆ ਗਈ ਆਰਥਿਕ ਸੰਕਟ ਆ ਗਿਆ ਉੱਤਰ ਪੱਛਮੀ ਸੀਮਾ ਦੀ ਸਮੱਸਿਆ ਆ ਗਈ ਤੇ ਗੁਪਤ ਸਾਮਰਾਜ ਦੀ ਜਿਹੜੇ ਕਿ ਇਹਨਾਂ ਨਾਲ ਆ ਜਿਹੜੇ ਕਿ ਸਾਮਰਾਜ ਖਤਮ ਹੋ ਗਿਆ ਤੇ ਹੁਣਾਂ ਦੇ ਹਮਲਿਆਂ ਨੇ ਗੁਪਤ ਸਾਮਰਾਜ ਦਾ ਵਿਨਾਸ਼ ਕਰਤਾ ਅਗੇ ਹੈਗਾ ਗੁਪਤ ਕਾਲ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਇਸ ਤਰ੍ਹਾਂ ਦੇ ਕੁਝ ਪਾਬੰਦੀਆਂ ਜ਼ਰੂਰ ਲਗਾਈਆਂ ਗਏ ਸੀ ਬਟ ਸਮੁੱਚੇ ਰੂਪ ਦੇ ਵਿੱਚ ਇਸ ਤਰ੍ਹਾਂ ਦੀ ਦਸ਼ਾ ਉਹਨਾਂ ਦੇ ਸਮਾਜ ਦੇ ਵਿੱਚ ਚੰਗੀ ਸੀ ਬਾਲ ਵਿਆਹ ਦੀ ਪ੍ਰਥਾ ਸੀ ਭਾਵੇਂ ਸਮਾਜ ਦੇ ਵਿੱਚ ਇੱਕ ਵਿਆਹ ਦੀ ਪ੍ਰਥਾ ਪਰਚਲ ਰਹੀ ਸੀ ਠੀਕ ਹੈ ਪਰ ਉੱਚ ਵਰਗ ਦੇ ਲੋਕੀ ਕੋਤੋਂ ਵੱਧ ਇਸਤਰੀ ਨਾਲ ਵਿਆਹ ਕਰਾਉਂਦੇ ਸੀ ਆਪਾਂ ਕਹਿ ਸਕਦੇ ਵੈਸੇ ਬੇਸ਼ੱਕ ਹੋ ਰਾਇਆ ਸੀ ਬਟ ਫਿਰ ਵੀ ਇਸਤਰੀ ਦਸ਼ਾ ਠੀਕ ਸੀ ਵਿਧਵਾ ਨੂੰ ਦੁਬਾਰਾ ਵਿਆਹ ਕਰਵਾਉਣ ਦੀ ਇਜਾਜ਼ਤ ਸੀ ਤੇ ਸਤੀ ਹੋਣ ਦੇ ਲਈ ਮਜਬੂਰ ਨਹੀਂ ਕੀਤਾ ਜਾਂਦਾ ਸੀ ਕਿ ਗੁਪਤ ਕਾਲ ਦੇ ਵਿੱਚ ਤੇ ਉੱਚ ਵਰਗ ਦੇ ਇਸ ਤਰ੍ਹਾਂ ਨੂੰ ਪੜ੍ਹੇ ਲਿਖਿਆ ਹੁੰਦੇ ਸੀ ਪ੍ਰਸ਼ਾਸਨ ਦੇ ਕੰਮਾਂ ਦੇ ਵਿੱਚ ਭਾਗ ਲੈਂਦੇ ਸੀ ਅੱਗੇ ਹੈਗਾ ਅਜੰਤਾ ਦੀਆਂ ਗੁਫਾਵਾਂ ਮਹਾਰਾਸ਼ਟਰ ਦੇ ਔਰੰਗਾਣਾ ਔਰੰਗਾਬਾਦ ਦੇ ਵਿੱਚ ਜਿਹੜੇ ਕਿ ਅਜੰਤਾ ਮਹਾਰਾਸ਼ਟਰ ਦੇ ਔਰੰਗਾਬਾਦ ਜ਼ਿਲ੍ਹੇ ਦੇ ਨੇੜੇ ਸਥਿਤਤਾ ਤੇ ਇਹਦੇ ਵਿੱਚ 29 ਗੁਫਾਵਾਂ ਮਿਲਦੀਆਂ ਨੇ ਤੇ ਇਹ ਗੁਫਾਵਾਂ ਗੁਪਤ ਕਾਲ ਦੇ ਵਿੱਚ ਜਿਹੜੇ ਕਿ ਕੀਤੀ ਗਏ ਪੇਂਟਿੰਗ ਉਹਦੇ ਨਾਲ ਸੰਬੰਧਿਤ ਨੇ ਤੇ ਇਨ੍ਹਾਂ ਗੁਫਾਵਾਂ ਦੇ ਵਿੱਚ ਹੁਣ ਕੇਵਲ 6 1 2 9 10 16 17 ਗੁਫਾਵਾਂ ਵਿੱਚ ਹੀ ਡਾਇਗਰਾਮਾ ਮਿਲਦੇ ਨੇ ਪੇਂਟਿੰਗਸ ਬਾਕੀ ਗੁਫਾਵਾਂ ਦੇ ਜਿਹੜੇ ਕਿ ਪੇਂਟਿੰਗਸ ਨੇ ਸਮੇਂ ਦੇ ਨਾਲ ਨਸ਼ਟ ਹੋ ਗਈਆਂ ਤੇ ਇਹ ਗੁਫਾ ਦੀਆਂ ਦਿਵਾਰਾਂ ਤੇ ਸ਼ਤਾਂ ਤੇ ਬਣਾਏ ਗਏ ਨੇ ਜਿਹੜੇ ਕਿ ਪੇਂਟਿੰਗ ਆ ਤੇ ਵੇਖਣ ਦੇ ਵਿੱਚ ਬਿਲਕੁਲ ਸਜੀਵ ਲੱਗਦੇ ਨੇ ਠੀਕ ਹੈ ਤੇ ਇਹਨਾਂ ਦੀ ਗਿਣਤੀ ਸੰਸਾਰ ਦੇ ਮਹਾਨ ਪੇਂਟਿੰਗਸ ਦੇ ਵਿੱਚ ਆਉਂਦੀ ਆ ਹਾਂਜੀ ਕਾਲੀਦਾਸ ਕਾਲੀਦਾਸ ਗੁਪਤ ਕਾਲ ਦਾ ਸਭ ਤੋਂ ਮਹਾਨ ਕਵੀ ਤੇ ਨਾਟਕਕਾਰ ਸੀ ਠੀਕ ਹੈ ਤੇ ਉਹਨੇ ਸ਼ਕੁੰਤਲਾ ਮੇਘਦूत ਰਘੁਵੰਸ਼ ਵਿਕਰਮੌਰਵਰਸ਼ੀ ਰਿਤੂਨ ਸਹਾਰ ਇਹ ਗ੍ਰੰਥਾਂ ਦੀ ਰਚਨਾ ਕੀਤੀ ਆ ਤੇ ਕਾਲੀਦਾਸ ਨੇ ਆਪਣੀ ਕਿਰਤ ਤੇ ਕਲਾ ਦੇ ਰਾਹੀਂ ਸੰਸਕ੍ਰਿਤ ਨੂੰ ਜਿਹੜਾ ਕਿ ਚਾਰ ਚੰਦ ਲਗਾਏ ਨੇ ਜਿਸ ਕਰਕੇ ਉਹਦੇ ਕਲਾ ਹੋਣ ਕਰਕੇ ਹੀ ਉਹਦੀ ਜਿਹੜੀ ਕਿ ਤੁਲਨਾ ਭਾਰਤੀ ਸ਼ੇਕਸਪੀਅਰ ਦੇ ਨਾਲ ਨਾ ਨਾਲ ਉਹਨੂੰ ਜਾਣਿਆ ਜਾਂਦਾ ਭਾਵ ਕਿ ਜਿਹੜਾ ਕਿ ਸ਼ੇਕਸਪੀਅਰ ਸੀ ਸ਼ੇਕਸਪੀਅਰ ਇੰਗਲਿਸ਼ ਦਾ ਜਿਹੜਾ ਕਿ ਸੀ রাইਟਰ ਸੀ ਉਹਦੇ ਨਾਲ ਜਿਹੜੇ ਕਿ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਠੀਕ ਹੈ ਕਾਲੀਦਾਸ ਦੀ ਅੱਗੇ ਹੈਗਾ ਆਰੀਆ ਪੱਠ ਹਾਂਜੀ ਆਰੀਆ ਪੱਟਾ ਜਿਹੜੇ ਕਿ ਗੁਪਤ ਕਾਲ ਦਾ ਸਭ ਤੋਂ ਮਹਾਨ ਗਣਿਤ ਸ਼ਾਸਤਰੀ ਕਾਰੀ ਤੇ ਜੋਤਿਸ਼ੀ ਸੀ ਤੇ ਉਹਨੇ ਜਿਹੜੇ ਕਿ ਗ੍ਰੰਥ ਲਿਖਿਆ ਸੀ ਉਹਦਾ ਨਾਮ ਸੀ ਆਰੀਆ ਭੱਟੀਜਮ ਠੀਕ ਆ ਆਰੀਆ ਭੱਟੀਜਮ ਤੇ ਉਹਨੇ ਗਣਿਤ ਬੀਜਗਣਿਤ ਰੇਖਾਚਿਤ ਇਹਨਾਂ ਵਿਸ਼ਿਆਂ ਤੇ ਵੀ ਭਰਪੂਰ ਜਾਣਕਾਰੀ ਦਿੱਤੀ ਆ ਤੇ ਉਹਨੇ ਦਸ਼ਮਲਵ ਦੀ ਕਾਢ ਕੱਢੀ ਆ ਦਸ਼ਮਲਵ ਦੀ ਕਾਢ ਕਾਢ ਕੇ ਗਣਿਤ ਦੇ ਖੇਤਰ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਆ ਤੇ ਪਾਈ ਦੇ ਸਿਧਾਂਤ ਠੀਕ ਆ ਪਾਈ ਜਿਹੜਾ ਫਾਰਮੂਲਾ ਕਰਦੇ ਆ ਤੇ ਪਾਈ ਦੇ ਸਿਧਾਂਤ ਦੀ ਖੋਜ ਵੀ ਕੀਤੀ ਆ ਤੇ ਉਹਨੇ ਇੱਕ ਹੋਰ ਪ੍ਰਸਿੱਧ ਕ੍ਰਿਤ ਸੀ ਸੂਰਜ ਸਨਾਤ ਠੀਕ ਹੈ ਜਿਹਦੇ ਵਿੱਚ ਉਹਨੇ ਸੂਰਜ ਤੇ ਚੰ드ਰਮਾ ਨੂੰ ਗ੍ਰਹਿਣ ਤੇ ਚੰ드ਰਮਾ ਧਰਤੀ ਦੇ ਪਰਛਾਵੇਂ ਦਾ ਕਾਰਨ ਲੱਗਦੇ ਨੇ ਇਹ ਦੱਸਿਆ ਸੀ ਅੱਗੇ ਹੈਗਾ ਵਰਾਮਿਹਰ ਇਹ ਵੀ ਗੁਪਤ ਕਾਲ ਦੇ ਪ੍ਰਸਿੱਧ ਵਿਗਿਆਨੇ ਦੇ ਵਿੱਚੋਂ ਸੀ ਤੇ ਸਭ ਤੋਂ ਪ੍ਰਸਿੱਧ ਕਿਰਤ ਸੀ ਇਹਦੀ ਬ੍ਰਹਤ ਸਹਿਨਤਾ ਜਿਹਦੇ ਵਿੱਚ ਉਹਨੇ ਖਗੋਲ ਵਿਗਿਆਨ ਬਨਸਪਤੀ ਵਿਗਿਆਨ ਗ੍ਰਿਤ ਪੋਤੀ ਕੋ ਗਿਆਨ ਇਹਨਾਂ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ ਠੀਕ ਹੈ ਤੇ ਦੂਸਰੀ ਪ੍ਰਸਿੱਧ ਕਿਰਤ ਦਾ ਨਾਮ ਸੀ ਪੰਚ ਸਿਧਾਂਤਿਕਾ ਜਿਹਦੇ ਵਿੱਚ ਖਗੋਲ ਵਿਗਿਆਨ ਸੰਬੰਧੀ ਜਾਣਕਾਰੀ ਸੀ ਅੱਗੇ ਹੈਗਾ ਬ੍ਰਹਮ ਗੁਪਤ ਕੌਣ ਸੀ ਬ੍ਰਹਮਗੁਪਤ ਗੁਪਤ ਕਾਲ ਦੇ ਇੱਕ ਪ੍ਰਸਿੱਧ ਵਿਗਿਆਨੀ ਸੀ ਉਹਨੇ ਗਣਿਤ ਤੇ ਖਗੋਲ ਸ਼ਾਸਤਰ ਨਾਲ ਸੰਬੰਧਿਤ ਕਈ ਨਵੀਆਂ ਖੋਜਾਂ ਕੀਤੀਆਂ ਤੇ ਸਦੀਆਂ ਪਹਿਲਾਂ ਉਹਨੇ ਨਿਊਟਨ ਦੇ ਸਿਧਾਂਤ ਦੀ ਜਿਹੜੀ ਕਿ ਖੋਜ ਕੀਤੀ ਸੀ ਕਿ ਸਾਰੇ ਚੀਜ਼ਾਂ ਕੁਦਰਤ ਦੇ ਨਿਯਮ ਅਨੁਸਾਰ ਧਰਤੀ ਤੇ ਡਿੱਗਦੀਆਂ ਨੇ ਇਹਨੇ ਖੋਜ ਕੀਤੀ ਸੀ ਪਹਿਲਾਂ ਬ੍ਰਹਮਗੁਪਤ ਨੇ ਠੀਕ ਹੈ ਕਿਉਂਕਿ ਇਸ ਧਰਤੀ ਦੀ ਵਿਸ਼ੇਸ਼ਤਾ ਹੈ ਕਿ ਉਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਤੇ ਉਸ ਦੇ ਦੁਆਰਾ ਲਿਖਿਆ ਗਿਆ ਬ੍ਰਹਮ ਸਿਧਾਂਤ ਦੇ ਨਾਮਕ ਗ੍ਰੰਥ ਨੇ ਉਸ ਦਿਨ ਨੂੰ ਹਮੇਸ਼ਾ ਲਈ ਅਮਰ ਕਰ ਦਿੱਤਾ ਅੱਗੇ ਹੈਗਾ ਅਗਲਾ ਚੈਪਟਰ ਹੋਣਾ ਤੁਹਾਡਾ ਨੰਬਰ 8 ਵਾਲਾ ਹਾਂਜੀ ਵਰਧਨ ਕਾਲ ਦੇ ਵਿੱਚੋਂ ਵਰਧਨ ਰਾਜ ਦੀ ਸਥਾਪਨਾ ਵਰਧਨ ਰਾਜ ਦੀ ਸਥਾਪਨਾ ਜਿਹੜੀ ਕਿ ਥਾਨੇਸਵਰ ਦੇ ਵਿੱਚ ਕੀਤੀ ਸੀ ਨਰਵਰਧਨ ਨੇ 505 ਈਸਵੀ ਦੇ ਵਿੱਚ ਇਸ ਤੋਂ ਪਿੱਛੋਂ ਰਾਜੇ ਵਰਧਨ ਆਏ ਅਦਿੱਤੇ ਵਰਧਨ ਆਏ ਅੱਗੇ ਦੇ ਸ਼ਾਸਕ ਤੇ 580 ਈਸਵੀ ਤੱਕ ਇਹਨਾਂ ਨੇ ਰਾਜ ਕੀਤਾ ਤੇ ਇਹ ਇਹ ਸੁਤੰਤਰ ਰਾਜੇ ਨਹੀਂ ਸੀ ਛੜੇਗਾ ਥਾਨੇਵਰਦੀ ਸਥਾਪਨਾ ਬੇਸ਼ੱਕ ਵਰਧਨ ਜਿਹੜੀ ਕਿ ਵਰਧਨ ਵੰਸ਼ ਦੀ ਆਪਾਂ ਕਹਿ ਸਕਦੇ ਹਾਂ ਸਥਾਪਨਾ ਥਾਨੇਸਵਰ ਦੇ ਵਿੱਚ ਨਰਵਰਧਨ ਨੇ ਕੀਤੀ ਸੀ ਨਰਵਰਧਨ ਤੋਂ ਬਾਅਦ ਰਾਜੇ ਵਰਧਨ ਆਇਆ ਅਦਿੱਤੇ ਵਰਧਨ ਆਏ ਪਰ ਇਹ ਸੁਤੰਤਰ ਨਹੀਂ ਸੀ ਠੀਕ ਹੈ ਇਹ ਆਪਣੇ ਆਪ ਦੇ ਵਿੱਚ ਆਪਾਂ ਕਹਿ ਸਕਦਾ ਹੈ ਕਿ ਇੰਡੀਪੈਂਡੈਂਟ ਨਹੀਂ ਸੀ ਜਿਸ ਕਰਕੇ ਉਸ ਤੋਂ ਬਾਅਦ ਜੜ ਕੇ ਪ੍ਰਭਾ ਕਰਵਰਤਨ ਆਇਆ ਉਹ ਸਤੰਤਰ ਸ਼ਾਸਕ ਸੀ ਠੀਕ ਹੈ ਤੇ ਉਹਨੇ ਮਹਾਰਾਜ ਮਹਾਰਾਜ ਤਿਰਾਂਦ ਦੀ उपाधि धारण ਕੀਤੀ ਤੇ 580 ਤੋਂ ਲੈ ਕੇ 605 ਈਸਵੀ ਤੱਕ ਰਾਜ ਕੀਤਾ ਤੇ ਬਹਾਦਰ ਸ਼ਾਸਕ ਸੀ ਠੀਕ ਹੈ ਤੇ ਆਪਣੇ ਰਾਜ ਦਾ ਵਿਸਥਾਰ ਕੀਤਾ ਤੇ ਉਹਨੇ ਕਨੋਜ ਦੇ ਮੋਖਰੀ ਰਾਜ ਗ੍ਰਹਿ ਵਰਮਨ ਨਾਲ ਆਪਣੀ ਲੜਕੀ ਰਾਜਸ਼ਰੀ ਦਾ ਵਿਆਹ ਕੀਤਾ ਤੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਅੱਗੇ ਹਰਸ਼੍ਰੀਆ ਚੜ੍ਹਾਈਆਂ ਭਾਵ ਕੀ ਹਰਸ਼੍ਰੀਆ ਚੜ੍ਹਾਈਆਂ ਕੀ ਹਰਸ਼ ਰਾਜਾ ਹਰਸ਼ਵਰਧਨ ਵਰਧਨ ਦੀਆਂ ਜਿਹੜੇ ਕਿ ਜਿੱਤਾਂ ਜੇ ਆਪਾਂ ਕਹਿ ਸਕਦੇ ਆ ਪ੍ਰਾਪਤੀਆਂ ਨੇ ਠੀਕ ਆ ਪ੍ਰਾਪਤੀਆਂ ਇੱਕ ਮਹਾਨ ਜੇਤੂ ਸੀ ਉਹਨੇ ਸਭ ਤੋਂ ਪਹਿਲਾਂ ਬੰਗਾਲ ਤੇ ਜਿੱਤ ਪ੍ਰਾਪਤ ਕੀਤੀ ਫਿਰ ਉਸ ਤੋਂ ਬਾਅਦ ਪੰਜ ਪ੍ਰਦੇਸ਼ਾਂ ਨੇ ਜਿੱਤ ਹਾਸਲ ਕੀਤੀ ਬਲਵੀ ਜਿਹੜਾ ਜਿਹੜਾ ਸ਼ਾਸਕ ਸੀ ਧਰੂਪ ਸੈਨ ਉਹਨੂੰ ਹਰਾਇਆ ਤੇ ਉਸ ਤੋਂ ਬਾਅਦ ਹਰਸ਼ਵਰਧਨ ਨੇ ਜਿਹੜੇ ਕਿ ਕਾਮਰੂਪ ਸਿੰਧ ਗੰਜਮ ਨੇਪਾਲ ਕਸ਼ਮੀਰ ਦੇ ਦੇ ਵਿੱਚ ਜਿੱਤ ਹਾਸਲ ਕੀਤੀ ਤੇ ਇਸ ਤਰ੍ਹਾਂ ਉਹਨੇ ਆਪਣੇ ਰਾਜ ਦੇ ਛੋਟੇ ਜਿਹੇ ਸਾਮਰਾਜ ਨੂੰ ਜਿਹੜੇ ਕਿ ਇੱਕ ਛੋਟੇ ਜਿਹੇ ਰਾਜ ਨੂੰ ਸਾਮਰਾਜ ਦੇ ਤੇ ਹਰਸ਼ਵਰਧਨ ਜਿਹੜੇ ਕਿ ਉਹ ਪਲਕੇਸ਼ਨ ਦੂਜੇ ਤੋਂ ਹਾਰ ਗਿਆ ਸੀ ਠੀਕ ਹੈ ਤੇ ਫਿਰ ਪਲਕੇਸ਼ਨ ਦੂਜੇ ਨੂੰ ਜਿਹੜਾ ਕਿ ਪੱਲਵ ਪੱਲਵ ਵੰਸ਼ ਦਾ ਸ਼ਾਸਕ ਸੀ ਨਰਸਿੰਘ ਵਰਮਨ ਉਹਨੇ ਹਰਾਇਆ ਸੀ ਉਹਦੇ ਨਾਲ ਲੜਦਾ ਹੋਇਆ ਜਿਹੜੇ ਕਿ ਮਾਰੇਗਾ ਸੀ ਪਲਕੇਸ਼ਨ ਦੂਜਾ ਜਿਸ ਨੇ ਹਰਸ਼ਵਰਧਨ ਨੂੰ ਵੀ ਹਰਾਤਾ ਸੀ ਪਲਕੇਸ਼ਨ ਦੂਜੇ ਨੇ ਠੀਕ ਹੈ ਤੇ ਜਿਹੜਾ ਚੀਨੀ ਯਾਤਰੀ ਹਿਊਨ ਸੰਗ ਸੀ ਉਹਨੇ ਪਲਕੇਸ਼ਨ ਦੂਜੇ ਦੇ ਰਾਜ ਪ੍ਰਬੰਧ ਬਾਰੇ ਵੀ ਜਿਹੜੇ ਕਿ ਪ੍ਰਸੰਸਾ ਕੀਤੀ ਸੀ ਹਾਂਜੀ ਪਲਕੇਸ਼ਨ ਦੂਜਾ ਚਾਲੁਕਿਆ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਉਹਨੇ 610 ਤੋਂ ਲੈ ਕੇ 600 42ਵੀਂ ਤੱਕ ਰਾਜ ਕੀਤਾ ਸੀ ਤੇ ਹਰਸ਼ਵਰਧਨ ਦਾ ਉਹ ਸਮਕਾਲੀ ਸੀ ਤੇ ਹਰਸ਼ਵਰਧਨ ਨੇ 633ਵੀ ਦੇ ਵਿੱਚ ਵਿਸ਼ਾਲ ਸੈਨਾ ਸਹਿਤ ਚਾਲੁਕਿਆ ਰਾਜ ਤੇ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਜਿਹੜੇ ਕਿ ਪੁਲਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਹਰਾਤਾ ਸੀ ਤੇ ਹਰਸ਼ਵਰਧਨ ਦੀ ਇਹ ਪਹਿਲੀ ਤੇ ਆਖਰੀ ਜਿੱਤ ਸੀ ਠੀਕ ਹੈ ਹਰਸ਼ਵਰਧਨ ਆਪਣੀ ਜ਼ਿੰਦਗੀ ਦੇ ਵਿੱਚ ਜਿਸ ਤੋਂ ਹਾਰਿਆ ਸੀ ਉਹ ਸੀ ਪੁਲਕੇਸ਼ਨ ਦੂਜਾ ਠੀਕ ਹੈ ਤੇ ਫਿਰ ਪੁਲਕੇਸ਼ਨ ਦੂਜੇ ਨੇ ਹਰਸ਼ਵਰਧਨ ਨੂੰ ਹਰਾ ਕੇ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ ਉਹਨੇ ਪਰਮੇਸ਼ਰ ਦੀ ਜਿਹੜੀ ਕਿ ਉਪਾਦੀ ਧਾਰਨ ਕੀਤੀ ਸੀ ਅੱਗੇ ਹੈਗਾ ਹਰਸ਼ਵਰਧਨ ਦੀ ਰਾਜਧਾਨੀ ਜਾਂ ਕਨੋਜ ਦਾ ਉਦੇ ਠੀਕ ਹੈ ਹਰਸ਼ਵਰਧਨ ਨੇ ਆਪਣੀ ਸਾਮਰਾਜ ਦੀ ਧਾਨੀ ਜਿਹੜੀ ਕਿ ਥਾਨੇਸਵਰ ਦੀ ਥਾਂ ਤੇ ਕਨੋਜ ਨੂੰ ਬਣਾਇਆ ਸੀ ਤੇ ਇਹ ਪਹਿਲਾ ਮੋਖਰੀ ਵੰਸ਼ ਦੀ ਰਾਜਧਾਨੀ ਸੀ ਠੀਕ ਹੈ ਇਹ ਪਹਿਲਾ ਮੋਖਰੀ ਵੰਸ਼ ਦੀ ਰਾਜਧਾਨੀ ਸੀ ਕਨੋਜ ਤੇ ਹਰਸ਼ਵਰਧਨ ਦੇ ਸ਼ਾਸਨ ਕਾਲ ਦੇ ਵਿੱਚ ਕਨੋਜ ਭਾਰਤ ਦੇ ਰਾਜਨੀਤਿਕ ਤੇ ਵਪਾਰਿਕ ਸਰਗਰਮੀਆਂ ਦਾ ਕੇਂਦਰ ਬਣ ਗਿਆ ਤੇ ਹਰਸ਼ਵਰਧਨ ਨੇ ਇੱਥੇ ਇੱਕ ਵਿਸ਼ਾਲ ਧਰਮ ਦਾ ਧਰਮ ਸਭਾ ਦਾ ਯੋਜਨ ਕੀਤਾ ਸੀ ਤੇ 180 ਬੋਧ ਵਿਹਾਰ ਤੇ 200 Hindu ਮੰਦਿਰ ਜਿਹੜੇ ਕਿ ਸਥਾਪਿਤ ਕੀਤੇ ਸੀ ਤੇ ਕਨੋਜ਼ ਉੱਤੇ ਕਬਜ਼ਾ ਕਰਨ ਲਈ ਬਾ ਰਾਸ਼ਟ੍ਰ ਕੋ ਤੇ ਪ੍ਰਤੀਹਾਰ ਸ਼ਾਸਕਾਂ ਦੇ ਵਿਚਾਲੇ 8ਵੀਂ ਤੋਂ 10ਵੀਂ ਸਦੀ ਤੱਕ ਜਿਹੜੇ ਕਿ ਸੰਘਰਸ਼ ਚੱਲਿਆ ਸੀ ਠੀਕ ਹੈ ਅੱਗੇ ਹੈਗਾ ਹਰਸ਼ਵਰਧਨ ਦੇ ਰਾਜਨੀਤਿਕ ਸਬੰਧ ਇਹ ਕੋਈ ਨਾ ਇੰਪੋਰਟੈਂਟ ਨਹੀਂ ਹੈ ਇਹ ਦੇਖਦੇ ਹਾਂ ਹਰਸ਼ਵਰਧਨ ਕਤਾਨੀ ਸੀ ਕਿਵੇਂ ਹਰਸ਼ਵਰਧਨ ਆ ਜਿਹੜੇ ਕਿ ਹਿਊਨ ਸੰਗ ਲਿਖਦਾ ਕਿ ਕਤਾਨੀ ਸੀ ਉਹ ਖੁੱਲੇ ਦਿਲਾਂ ਦੇ ਨਾਲ ਆ ਜਿਹੜੇ ਕਿ ਗਰੀਬਾਂ ਨੂੰ ਦਾਨ ਦਿੰਦਾ ਸੀ ਤੇ ਉਹਨੇ 643 ਸੀਵੀ ਦੇ ਵਿੱਚ ਪ੍ਰਯਾਗ ਦੇ ਵਿੱਚ ਸਮੇਲਨ ਕੀਤਾ ਸੀ ਜਿਸ ਦੇ ਵਿੱਚ ਉਹਨੇ ਕਾਫੀ ਜ਼ਿਆਦਾ ਦਾਨ ਦਿੱਤਾ ਸੀ ਤੇ ਇਸ ਮੌਕੇ ਤੇ ਉਹਨੇ ਆਪਣੀ ਭੈਣ ਰਾਜਸ਼੍ਰੀ ਨੂੰ ਗੇਰੂ ਰੰਗ ਦੇ ਵਸਤਰ ਮੰਗ ਕੇ ਜਿਹੜੇ ਕਿ ਪਾਏ ਸੀ ਠੀਕ ਹੈ ਭਾਵ ਕਿ ਉਹਨੇ ਸਭ ਕੁਝ ਦਾਨ ਦਿੱਤਾ ਸੀ ਆਪਣੇ ਵਸਤਰ ਵੀ ਦਾਨ ਦਿੱਤੇ ਸੀ ਫਿਰ ਆਪਣੀ ਸਿਸਟਰ ਤੋਂ ਲੈ ਜਿਹੜੇ ਕਿ ਮੰਗ ਕੇ ਵਸਤਰ ਪਾਏ ਸੀ ਅੱਗੇ ਹੈਗਾ ਹਰਸ਼ਵਰਧਨ ਦੇ ਸਰਪ੍ਰਸਤ ਦੇ ਤੌਰ ਤੇ ਹਰਸ਼ ਦਾ ਧਰਮ ਠੀਕ ਹੈ ਧਰਮ ਦੇ ਸਰਪ੍ਰਸਤ ਦੇ ਤੌਰ ਤੇ ਹਰਸ਼ਵਰਧਨ ਜਿਹੜੀ ਕਿ ਉੱਚ ਧਾਰਮਿਕ ਵਿਚਾਰਾਂ ਵਾਲਾ ਸਾਸਕਤੀ ਤੇ ਉਹ ਬੁੱਧ ਧਰਮ ਦਾ ਪੈਰੋਕਾਰ ਸੀ ਤੇ ਬੁੱਧ ਧਰਮ ਦੇ ਪ੍ਰਚਾਰ ਲਈ ਉਹਨੇ ਅੰਤਕ ਯਤਨ ਕੀਤੇ ਤੇ ਉਹਨੇ ਬੁੱਧ ਧਰਮ ਦੇ ਇਹ ਬੁੱਧ ਧਰਮ ਦੇ ਵਿੱਚ ਲੋਕਾਂ ਨੂੰ ਸ਼ਾਮਲ ਕਰਨ ਲਈ ਕਿਸੇ ਵੀ ਜ਼ਬਰਦਸਤੀ ਤੋਂ ਕੰਮ ਨਹੀਂ ਲਿਆ ਠੀਕ ਹੈ ਭਾਵ ਕਿ ਸ਼ਹਿਨ ਸ਼ਿਲ ਦਾ ਨੀਤੀ ਬਣਾਈ ਬੇਸ਼ੱਕ ਉਹਨੇ ਬੁੱਧ ਧਰਮ ਨੂੰ ਬਣਾਇਆ ਸੀ ਤੇ ਉਹਨੇ ਬੋਧੀ ਭਿਖਸ਼ੂਆਂ ਦੇ ਨਾਲ ਨਾਲ ਬ੍ਰਾਹਮਣਾਂ ਨੂੰ ਵੀ ਜਿਹੜੇ ਕਿ ਦਾਨ ਦਿੱਤਾ ਕਿਸੇ ਵੀ ਤਰੀਕੇ ਦੀ ਕੋਈ ਨਿਪੇਤ ਭਾਵ ਨਹੀਂ ਰੱਖਿਆ ਕਿਸੇ ਬੁੱਧਧਰਮ ਦੇ ਪ੍ਰਚਾਰ ਲਈ ਕੀ ਕੁਝ ਕੀਤਾ ਉਹਨੇ ਸਤੂਪ ਮੰਦਰ ਜਿਹੜੇ ਕਿ ਸਤੂਪ ਤੇ ਮੱਠ ਬਣਵਾਏ ਠੀਕ ਹੈ ਭਿਕਸ਼ੂਆਂ ਦੇ ਲਈ ਹਰ ਸਾਲ ਇੱਕ ਸਭਾ ਬਣਵਾਈ ਜਾਣ ਲੱਗੀ ਤੇ ਉਹਨੇ ਇਹ ਸਾਮਰਾਜ ਦੇ ਵਿੱਚ ਪਸ਼ੂ ਮਾਰਨ ਤੇ ਮਾਸ ਖਾਣ ਦੀ ਪਾਬੰਦੀ ਲਗਾ ਦਿੱਤੀ ਐਵੇਂ ਅਸ਼ੋਕ ਨੇ ਕੀਤੀ ਸੀ ਅੱਗੇ ਹੈਗਾ ਕਨੋਜ ਦੀ ਸਭਾ ਹਾਂਜੀ ਹਰਸ਼ਵਰਧਨ ਨੇ ਜਿਹੜੇ ਕਿ ਮਹਾਜਾਨ శాఖਾ ਦੇ ਸਿਧਾਂਤਾਂ ਦਾ ਪ੍ਰਚਾਰ ਕਰਨ ਲਈ ਉਦੇਸ਼ ਦੇ ਨਾਲ 643 ਈਸਵੀ ਦੇ ਵਿੱਚ ਕਨੋਜ ਦੇ ਵਿੱਚ ਇੱਕ ਮਹਾਂ ਸਭਾ ਦਾ ਆਯੋਜਨ ਕੀਤਾ ਸੀ ਜਿਦੇ ਵਿੱਚ 20 ਰਾਜੇ ਤੇ ਵੱਡੀ ਗਿਣਤੀ ਵਿੱਚ ਬੋਧੂਈ ਭਿਕਸ਼ੂ ਤੇ ਬ੍ਰਾਹਮਣਾਂ ਨੇ ਹਿੱਸਾ ਲਿਆ ਤੇ ਇਸ ਦੀ ਪ੍ਰਧਾਨਗੀ ਕੀਤੀ ਸੀ ਹਿਊਨ ਸੰਗ ਨੇ ਤੇ ਇਹ 23 ਦਿਨਾਂ ਤੱਕ ਚੱਲਦੀ ਰਹੀ ਕਨੋਸ ਦੀ ਸਵਾ ਤੇ ਇਸ ਸਵਾ ਦੇ ਦੌਰਾਨ ਬ੍ਰਾਹਮਣਾਂ ਤੇ ਹੀਨਜਾਨ ਨੇ ਹਿਊਨ ਸੰਗ ਤੇ ਹਰਸ਼ਵਰਧਨ ਨੂੰ ਮਾਰਨ ਦੀ ਇੱਕ ਯੋਜਨਾ ਬਣਾਈ ਪਰ ਉਹ ਅਸਫਲ ਰਹੀ ਅੱਗੇ ਹੈਗਾ ਪ੍ਰਾਗ ਦਾ ਸਮੇਲਨ ਹਾਂਜੀ ਇਹ ਪਹਿਲਾਂ ਹੋਇਆ ਗਿਆ ਠੀਕ ਹੈ ਉਹਨੇ ਦਾਨ ਦਿੱਤਾ ਸੀ ਇਹਦੇ ਵਿੱਚ ਹਰ ਸਾਲ ਪੰਜ ਸਾਲਾਂ ਬਾਅਦ ਜਿਹੜਾ ਕਿ ਪ੍ਰਯਾਗ ਦੇ ਵਿੱਚ ਉਹ ਇੱਕ ਧਰਮ ਸਭਾ ਦਾ ਯੋਜਨ ਕਰਦਾ ਸੀ ਅੱਗੇ ਹਰਸ਼ਧੀਆਂ ਸਭਾਵਾਂ ਠੀਕ ਹੈ ਹਰਸ਼ਵਰਧਨ ਨੇ 643 ਈਸਵੀ ਦੇ ਵਿੱਚ ਕਨੋਜ ਤੇ ਪ੍ਰਯਾਗ ਦੇ ਵਿੱਚ ਧਾਰਮਿਕ ਸਭਾਵਾਂ ਕੀਤੀਆਂ ਤੇ ਇਹਨਾਂ ਦੀ ਪ੍ਰਧਾਨਗੀ ਹਿਊਨ ਸੰਗ ਨੇ ਕੀਤੀ ਤੇ ਇਹਨਾਂ ਤੋਂ ਪਤਾ ਲੱਗਦਾ ਕਿ ਹਰਸ਼ਵਰਧਨ ਇੱਕ ਧਾਰਮਿਕ ਤੇ ਸਹਿਨਸ਼ੀਲ ਤੇ ਬਹੁਤ ਵੱਡਾ ਦਾਨੀ ਸੀ ਸਰਪ੍ਰਸ ਦੇ ਤੌਰ ਤੇ ਹਰਸ਼ਵਰਧਨ ਜਿਹੜੇ ਕਿ ਉੱਚ ਕੋਟੀ ਦਾ ਵਿਦਵਾਨ ਸੀ ਉਹਨੇ ਸੰਸਕ੍ਰਿਤ ਭਾਸ਼ਾ ਦੇ ਵਿੱਚ ਤਿੰਨ ਨਾਟਕ ਲਿਖੇ ਸੀ ਨਾਗਾਨੰਦ ਰਤਨਾਵਲੀ ਪ੍ਰਿਆਦਰਸ਼ਿਕਾ ਤੇ ਉਹਨੇ ਆਪਣੇ ਦਰਬਾਰ ਦੇ ਵਿੱਚ ਕਈ ਵੀ ਦਿਵਾਨਾਂ ਨੂੰ ਵੀ ਰੱਖਿਆ ਹੋਇਆ ਸੀ ਬਾਨਪਟ ਉਹਦੇ ਦਰਬਾਰ ਦਾ ਪ੍ਰਸਿੱਧ ਸੀ ਬਾਨਪਟ ਨੇ ਲਿਖਿਆ ਸੀ ਹਰਸ਼ਚరిత్ర ਇਹ ਤੁਹਾਨੂੰ ਸ਼ਾਰਟ ਕੁਐਸਚਨਾਂ ਚ ਵੀ ਆ ਸਕਦਾ ਕਿ ਹਰਸ਼ਚరిత్ర ਦੀ ਰਚਨਾ ਤੇ ਕੋਦੰਬਰੀ ਦੀ ਰਚਨਾ ਕਿਹਨੇ ਕੀਤੀ ਸੀ ਬਾਨਪਟ ਨੇ ਤੇ ਬਾਨਪਟ ਹਰਸ਼ਵਰਧਨ ਦੇ ਦਰਬਾਰ ਦਾ ਪ੍ਰਸਿੱਧ ਕਵੀ ਸੀ ਤੇ ਜੈਸੇਨ ਦਿਵਕਰ ਭਰਤਰੀ ਹਰਿ ਉਹਦੇ ਉੱਚ ਕੋਟੀ ਦੇ ਹੋਰ ਵਿਦਵਾਨ ਸੀ ਠੀਕ ਹੈ ਤੇ ਹਰਸ਼ਵਰਧਨ ਵੀ ਵਿਦਵਾਨਾਂ ਨਾਲ ਇੰਨਾ ਪਿਆਰ ਸੀ ਕਿ ਉਹ ਆਪਣੇ ਰਾਜ ਦਾ آمدਨ ਦਾ 1/4 ਹਿੱਸਾ ਇਹਨਾਂ ਨੂੰ ਇਨਾਮ ਵਜੋਂ ਦਿੰਦਾ ਸੀ ਅੱਗੇ ਹੈਗਾ ਹਰਸ਼ਵਰਧਨ ਦੇ ਸਰਪ੍ਰਸਤ ਦੇ ਸਿੱਖਿਆ ਸਰਪ੍ਰਸਤ ਦੇ ਤੌਰ ਤੇ ਤਾਂ ਸਿੱਖਿਆ ਸਰਪ੍ਰਸਤ ਦੇ ਤੌਰ ਤੇ ਜਿਹੜੇ ਕਿ ਉਹਨੇ ਨਲੰਦਾ ਯੂਨੀਵਰਸਿਟੀ ਜਿਹੜੀ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਸੀ ਉਹਦੇ ਵਿੱਚ ਕਾਫੀ ਜ਼ਾਰੇ ਜਿਹੜੇ ਕਿ ਜਿੱਥੇ ਸਿੱਖਿਆ حاصل ਕਰਨ ਲਈ ਲੋਕ ਆਉਂਦੇ ਸੀ ਬੱਚੇ ਉਹਦੇ ਲਈ ਉਹਨੇ 200 ਪਿੰਡਾਂ ਦੀ ਜਿਹੜੇ ਕਿ ਜ਼ਮੀਨ ਉਹਦੇ ਨਾਲ ਕਰਤੀ ਸੀ ਅੱਗੇ ਆਇਆ ਗਿਆ ਕੁਐਸਚਨ ਨਲੰਦਾ ਯੂਨੀਵਰਸਿਟੀ ਸੰਸਾਰ ਭਰ ਦੇ ਵਿੱਚ ਪ੍ਰਸਿੱਧ ਸੀ ਇਸ ਯੂਨੀਵਰਸਿਟੀ ਦੇ ਵਿੱਚ ਸਿੱਖਿਆ ਪ੍ਰਾਪਤ ਕਰਨ ਲਈ ਸਾਰੇ ਵਿਦੇਸ਼ਾਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿ ਵਿਦਿਆਰਥੀ ਆਉਂਦੇ ਸੀ ਤੇ ਹਿਉਨ ਸੰਗ ਨੇ ਵੀ ਇੱਥੇ 5 ਸਾਲ ਸਿੱਖਿਆ ਹਾਸਲ ਕੀਤੀ ਸੀ ਤੇ ਇਸ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਿ 10000 ਵਿਦਿਆਰਥੀ ਪੜ੍ਹਦੇ ਸੀ ਤੇ 1500 10 ਜਿਹੜੇ ਕਿ ਅਧਿਆਪਕ ਸੀ ਤੇ ਵਿਦਿਆਰਥੀ ਤੋਂ ਕੋਈ ਫੀਸ ਨਹੀਂ ਲਈ ਜਾਂਦੀ ਸੀ ਤੇ ਪੜ੍ਹਜਣ ਦੇ ਰਹਿਣ ਸਹਿਣ ਦਾ ਮੁਕਤ ਪ੍ਰਬੰਧ ਸੀ ਫ੍ਰੀ ਦੇ ਵਿੱਚ ਤੇ ਵੈਦਿਕ ਸਾਹਿਤ ਵਿਆਕਰਨ ਜੋਤਿਸ਼ ਸ਼ਾਸਤਰ ਗਣਿਤ ਚਿਕਿਤਸਾ ਇਹਨਾਂ ਦੇ ਵਿਸ਼ੇ ਪੜ੍ਹਾਏ ਜਾਂਦੇ ਸੀ ਤੇ ਯੂਨੀਵਰਸਿਟੀ ਦੇ ਖਰਚ ਲਈ ਹਰਸ਼ਵਰਧਨ ਨੇ 200 ਪਿੰਡਾਂ ਦੀ ਜ਼ਮੀਨ ਨਾ ਜਿਹੜੇ ਕਿ দান ਦਿੱਤੀ ਸੀ ਹਾਂਜੀ ਅੱਗੇ ਹੈਗਾ ਹਿਉਨ ਸੰਗ ਜਾਂ ਸੀ ਯੂ ਕੀ ਹਿਉਨ ਸੰਗ ਇੱਕ ਚਿੰਨੇ ਯਾਤਰੀ ਸੀ ਜਿਹੜਾ ਕਿ ਬੁੱਧ ਧਰਮ ਦੇ ਅਧਿਐਨ ਕਰਨ ਦੇ ਲਈ ਐਮੀ ਹੀ ਫਾਇਨ ਵੀ ਬੁੱਧ ਧਰਮ ਦੇ ਲਈ ਆਇਆ ਸੀ ਠੀਕ ਹੈ ਸਿੱਖਿਆ ਹਾਸਲ ਕਰਨ ਲਈ ਆਪਾਂ ਕਿ ਬੁੱਧ ਧਰਮ ਦੇ ਲਈ ਜਾਣਾਂ ਦੇ ਲਈ ਇਹ ਵੀ ਬੁੱਧ ਧਰਮ ਨੂੰ ਜਾਣਾਂ ਦੇ ਲਈ ਆਇਆ ਸੀ ਤੇ ਇਹ 630 ਤੋਂ ਲੈ ਕੇ 644 ਈਸਵੀ ਤੱਕ ਭਾਰਤ ਦੇ ਵਿੱਚ ਰਿਹਾ ਤੇ 8 ਵਰੇ ਜਿਹੜਾ ਕਿ 8 ਸਾਲ ਹਰਸ਼ਵਰਧਨ ਦੇ ਦਰਬਾਰ ਦੇ ਵਿੱਚ ਰਿਹਾ ਹੈ ਤੇ ਇਹਨੇ ਇਸ ਯਾਤਰਾ ਦੇ ਦੌਰਾਨ ਜਿਹੜੇ ਕਿ ਇੱਕ ਪੁਸਤਕ ਲਿਖੀ ਸੀ ਸੀ ਯੂ ਕੀ ਜਿਹਨੂੰ ਪੱਛਮੀ ਜੱਤ ਦਾ ਵਿਰਤਾਂਤ ਕਿਹਾ ਜਾਂਦਾ ਤੇ ਇਸ ਤੋਂ 7ਵੀਂ ਸਦੀ ਦੇ ਭਾਰਤ ਦੀ ਰਾਜਨੀਤਿਕ ਸਮਾਜਿਕ ਧਾਰਮਿਕ ਦਸ਼ਾ ਬਾਰੇ ਜਾਣਕਾਰੀ ਮਿਲਦੀ ਹੈ ਤੇ ਹਰਸ਼ਵਰਧਨ ਦੇ ਸ਼ਾਸਨ ਕਾਲ ਬਾਰੇ ਜਾਣਨ ਲਈ ਇਸ ਬਹੁਮੁੱਲਾ ਜਿਹੜੇ ਕਿ ਸੋਮਾ ਨੈਕਸਟ ਕੁਐਸਚਨ ਹੈਗਾ ਬਾਣਪੱਟ ਕੌਣ ਸੀ ਹਾਂਜੀ ਕੁਐਸਚਨ ਆਇਆ ਗਿਆ ਬਾਣਪੱਟ ਹਰਸ਼ਵਰਧਨ ਦੇ ਦਰਬਾਰ ਦਾ ਪ੍ਰਸਿੱਧ ਕਵੀ ਸੀ ਉਹਨੇ ਹਰਸ਼ ਚరిత్ర ਕਦੰਬਰੀ ਨਾਂ ਦਾ ਗ੍ਰੰਥ ਲਿਖਿਆ ਸੀ ਸੰਸਕ੍ਰਿਤ ਭਾਸ਼ਾ ਦੇ ਵਿੱਚ ਠੀਕ ਹੈ ਤੇ ਹਰਸ਼ ਚరిత్ర ਦੇ ਵਿੱਚ ਬਾਣਪੱਟ ਨੇ ਹਰਸ਼ ਵਰਧਨ ਦੀ ਹਰਸ਼ਵਰਧਨ ਦੀ ਜਿਹੜੇ ਕਿ ਸ਼ਖਸ਼ੀਅਤ ਤੇ ਉਹਦੇ ਕਾਰਨਾਮੇ ਭਾਵ ਕੀ ਜਿੱਤਾਂ ਦਾ ਵਰਣਨ ਕੀਤਾ ਠੀਕ ਹੈ ਤੇ ਇਤਿਹਾਸਿਕ ਪਤਖ ਪੱਖ ਤੋਂ ਹੀ ਜਾਣਕਾਰੀ ਵਾਲਾ 소ਮਾ ਤੇ ਕਦੰਬਰੀ ਕੁਝ ਕੋਟੀ ਦੀ ਕਾਵ ਰਚਨਾ ਤੇ ਇਸ ਦੇ ਧਿਆਨ ਤੋਂ ਸਮਕਾਲੀ ਹਰਤਾਂ ਬਾਰੇ ਪਤਾ ਲੱਗਦਾ ਅਗਲਾ ਹੈਗਾ ਦੱਖਣ ਦੇ ਰਾਜਵੰਸ਼ ਇਹਦੇ ਵਿੱਚੋਂ ਦੰਤੀ ਦੁਰਗੇ ਨੂੰ ਇੱਕ ਵਾਰ ਰੇਡ ਕਰ ਲੈਣਾ ਦੰਤੀ ਦੁਰਗ ਰਾਜਕੋਟ ਵੰਸ਼ ਦਾ ਸੀ ਠੀਕ ਹੈ ਤੇ ਇੱਕ ਸੁਤੰਤਰ ਸ਼ਾਸਕ ਸੀ ਵੀਰ ਜੋਦਾ ਸੀ ਤੇ ਉਹਨੇ ਸਭ ਤੋਂ ਮਹੱਤਵਪੂਰਨ ਕੰਮ ਕੀ ਸੀ ਕਿ ਚਾਲੁਕਿਆ ਸ਼ਾਸਕ ਕੀਰਤੀ ਵਰਮਨ ਦੂਜੇ ਨੂੰ ਹਰਾ ਕੇ ਆਪਣੀ ਸੁਤੰਤਰਤਾ ਦਾ ਐਲਾਨ ਕੀਤਾ ਸੀ ਠੀਕ ਹੈ ਉਹਨੇ ਮਾਨਿਆ ਖੇਤ ਜਾਂ ਮਾਲ ਖੇਤ ਨੂੰ ਆਪਣੀ ਜਾਤ ਨਹੀਂ ਬਣਾਇਆ ਸੀ। ਕ੍ਰਿਸ਼ਨ ਪਹਿਲਾ ਇਹ ਰਾਸ਼ਟ੍ਰਕੁਟ ਵੰਸ਼ ਦੇ ਦੰਤੀ ਦੁਰਗ ਦਾ ਚਾਚਾ ਸੀ। ਠੀਕ ਹੈ ਉਹਨੇ 758 ਤੋਂ ਲੈ ਕੇ 773ਵੀਂ ਸਦੀ ਤੱਕ ਸ਼ਾਸਨ ਕੀਤਾ ਸੀ ਤੇ ਮਹਾਨ ਜੇਤੂ ਸੀ ਤੇ ਸਮਰਾਜ ਨਿਰਮਾਤਾ ਸੀ। ਠੀਕ ਹੈ ਅੱਗੇ ਹੈਗਾ ਗੋਵਿੰਦ ਤੀਜੇ ਨੂੰ ਰਾਸ਼ਟ੍ਰਕੁਟ ਵੰਸ਼ ਦਾ ਇੱਕ ਮਹਾਨ ਸ਼ਾਸਕ ਕਿਹਾ ਜਾਂਦਾ। ਕਿਉਂਕਿ ਜਦੋਂ ਇਹ ਰਾਜਗਦੀ ਤੇ ਬੈਠਾ ਉਸ ਸਮੇਂ ਉਹਨੇ ਆਪਣੇ ਵੱਡੇ ਭਰਾ ਸਤੰਭ ਦੇ ਇੱਕ ਭਿਆੰਕਰ ਵਿਦਰੋਹ ਦਾ ਸਾਹਮਣਾ ਕੀਤਾ ਸੀ। ਤੇ ਉਹਨੇ ਆਪਣੀ ਯੋਗਤਾ ਵੀਰਤਾ ਨਾਲ ਗੱਠਜੋੜ ਨੂੰ ਬਣਾਈ ਰੱਖਿਆ ਤੇ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਜਿਸ ਕਰਕੇ ਉਹਨੂੰ ਜਿਹੜੇ ਕਿ ਕਿਹਾ ਜਾਂਦਾ ਅੱਗੇ ਇਹਨਾਂ ਦੇ ਵਿੱਚ ਕੋਈ ਖਾਸ ਨਹੀਂ ਹੈਗੇ ਬਸ ਇੱਕ ਵਾਰ ਜਸਟ ਰੀਡ ਕਰ ਲੈਣਾ ਅੱਗੇ ਦੇਖਦਾ ਰਾਸ਼ਟਕੂਟ ਵੰਸ਼ ਦਾ ਮਹੱਤਵ ਹਾਂਜੀ ਦੱਖਣੀ ਭਾਰਤ ਦੇ ਇਤਿਹਾਸ ਦੇ ਵਿੱਚ ਰਾਸ਼ਟਕੂਟ ਵੰਸ਼ ਦਾ ਬੇਸ਼ੇਸ਼ ਮਹੱਤਵ ਹੈ ਇਸ ਵੰਸ਼ ਦੇ ਦੱਖਣ ਦੇ ਵਿੱਚ ਵਿਸ਼ਾਲ ਤੇ ਸ਼ਾਨਦਾਰ ਹੈ ਜਿਹੜੇ ਕਿ ਸਫਲਤਾ ਪ੍ਰਾਪਤ ਕੀਤੀ ਹੈ ਤੇ ਉਹਨੇ ਉੱਚ ਕੋਟੀ ਦੇ ਸ਼ਾਸਨ ਪਰਉੰਦੀ ਸਥਾਪਨਾ ਕੀਤੀ ਹੈ ਤੇ ਸਾਰੇ ਧਰਮਾਂ ਪ੍ਰਤੀ ਸਹਿਨਸ਼ਿਲ ਨੀਤੀ ਬਣਾਈ ਹੈ ਕਲਾ ਸਾਹਿਤ ਦੇ ਮਹਾਨ ਸਰਪ੍ਰਸਤ ਸੀ ਤੇ ਇਹਨਾਂ ਨੇ ਹਰ ਖੇਤਰ ਦੇ ਵਿੱਚ ਜਿਹੜੇ ਕਿ ਰਾਸ਼ਟਕੋਟ ਵੰਸ਼ ਨੇ ਆਪਣੇ ਉਦੁੱਤੀ ਜਿਹੜੇ ਕਿ ਦੇਨ ਦਿੱਤੀ ਹੈ ਚਾਲੁਕਿਆ ਹਾਂਜੀ ਚਾਲੁਕਿਆ ਵੰਸ਼ ਦੱਖਣੀ ਭਾਰਤ ਦਾ ਇੱਕ ਪ੍ਰਸਿੱਧ ਵੰਸ਼ ਸੀ ਤੇ ਇਹਦੀ ਸਥਾਪਨਾ 6ਵੀਂ ਸਦੀ ਦੇ ਵਿੱਚ ਜੈ ਸਿੰਘ ਤੇ ਰਣਰਾਜ ਨੇ ਕੀਤੀ ਸੀ ਤੇ ਇਸ ਵੰਸ਼ ਦੇ ਫਿਰ ਅੱਗੇ ਤਿੰਨ ਸ਼ਖਾਵਾਂ ਬਣ ਗਈਆਂ ਇੱਕ ਬਦਾਮੀ ਵੇਂਗੀ ਤੇ ਕਲਿਆਣੀ ਠੀਕ ਹੈ ਚਾਲੁਕੇ ਵੰਸ਼ ਦਾ ਸਭ ਤੋਂ ਪ੍ਰਸਿੱਧ ਤੇ ਉਚਕੋਟੀ ਦਾ ਸ਼ਾਸਕ ਸੀ ਪੁਲਕੇਸ਼ੀਨ ਦੂਜਾ ਜਿਸ ਨੇ ਹਰਸ਼ਵਰਧਨ ਨੂੰ ਵੀ ਹਰਾਤਾ ਸੀ ਠੀਕ ਹੈ ਫਿਰ ਉਹਨੇ ਪਰਮੇਸ਼ਰ ਦੀ ਉਪਾਦੀ ਧਾਰਨ ਕੀਤੀ ਸੀ ਅਗਲਾ ਹੈਗਾ ਕੁਐਸਚਨ ਤੁਹਾਡਾ ਪੁਲਕੇਸ਼ੀਨ ਦੂਜਾ ਆਇਆ ਗਿਆ ਦੁਬਾਰਾ ਰਿਪੀਟ ਹੋ ਗਿਆ ਠੀਕ ਹੈ ਆਪਾਂ ਨੇ ਪਹਿਲਾਂ ਕਰ ਲਿਆ ਬਟ ਪੁਲਕੇਸ਼ੀਨ ਦੂਜਾ ਫਿਰ ਕਿਹ ਤੋਂ ਹਾਰਿਆ ਸੀ ਪੁਲਕੇਸ਼ੀਨ ਦੂਜਾ ਜਿਹੜੇ ਕਿ ਉਹ ਹਾਰਿਆ ਸੀ ਫਿਰ ਪੱਲਵ ਸ਼ਾਸਕ ਸੀ ਨਰਸਿੰਘ ਵਰਮਨ ਉਹਦੇ ਨਾਲ ਲੜਦਾ ਹੋ ਗਿਆ ਲੜਦਾ ਹੋਇਆ ਜਿਹੜੇ ਕਿ ਉਹ ਮਾਰਿਆ ਗਿਆ ਸੀ ਪੁਲਕੇਸ਼ੀਨ ਦੂਜਾ ਵੈਸੇ ਇਹਨੇ ਹਰਸ਼ਵਰਧਨ ਵੀ ਹਰਾਤਾ ਸੀ ਅੱਗੇ ਹੈਗਾ ਤੇਲ ਦੂਜਾ ਇਹਨੂੰ ਵੀ ਇੱਕ ਵਾਰ ਰੀਡ ਕਰ ਲੈਣਾ ਵਿਕਰਮਦਿੱਤਿਆ ਦੂਜਾ ਜਸਟ ਇੱਕ ਵਾਰ ਇਹਨੂੰ ਪੜ੍ਹ ਲੈਣਾ ਅੱਗੇ ਹੈਗਾ ਚਾਲੁਕੇ ਰਾਜੇਦੋ ਮੁੱਖ ਲੱਛਣ ਕੀ ਸੀ ਕਿ ਚਾਲੁਕੇ ਪ੍ਰਸ਼ਾਸਨ ਵਿੱਚ ਰਾਜਾ ਸਰਵਉੱਚ ਅਧਿਕਾਰੀ ਹੁੰਦਾ ਸੀ ਉਸ ਤੋਂ ਮਗਰੋਂ ਦਾ ਜੇਠਾ ਪੁੱਤਰ ਉੱਤ ਅਧਿਕਾਰੀ ਬਣਦਾ ਸੀ ਤੇ ਚਾਲੁਕੇ ਪ੍ਰਸ਼ਾਸਨ ਦੇ ਵਿੱਚ ਰਾਣੀਆਂ ਨੂੰ ਮਹੱਤਵਪੂਰਨ ਸਥਾਨ ਸੀ ਚਾਲੁਕੇ ਸ਼ਾਸਕਾਂ ਨੇ ਸ਼ਾਸਨ ਪ੍ਰਬੰਧ ਤੇ ਵਧੀਆ ਪ੍ਰਬੰਧਲੀ ਸਾਮਰਾਜ ਨੂੰ ਪ੍ਰਾਂਤਾਂ ਦੇਸ਼ਾਂ ਨਗਰਾਂ ਦੇ ਪਿੰਡਾਂ ਵਿੱਚ ਵੰਡਿਆ ਹੋਇਆ ਸੀ ਨੈਕਸਟ ਆਏਗਾ ਚੋਲ ਹਾਂਜੀ ਚੋਲ ਵੰਸ਼ ਚੋਲ ਵੰਸ਼ ਦੱਖਣੀ ਭਾਰਤ ਦਾ ਇੱਕ ਪ੍ਰਸਿੱਧ ਵੰਸ਼ ਸੀ ਤੇ ਇਸ ਵੰਸ਼ ਦਾ ਇਤਿਹਾਸ ਬਹੁਤ ਪੁਰਾਣਾ 9ਵੀਂ ਸਦੀ ਦੇ ਵਿੱਚ ਜਿਹੜੇ ਕਿ ਵਿਜਯਾਲਿਆ ਵਿਜਯਾਲਿਆ ਨੇ ਇਸ ਦੀ ਜੇ ਆਪਾਂ ਕਹਿ ਸਕਦੇ ਮੁਰ ਆਪਣੇ ਗੌਰਵ ਨੂੰ ਜਿਹੜੇ ਕਿ ਮੁਰ ਸਥਾਪਿਤ ਕੀਤਾ ਸੀ ਤੇ ਪਰਾਜਾ ਰਾਜ ਪਹਿਲਾ ਤੇ ਰਜਿੰਦਰ ਪਹਿਲਾ ਚੋਲ ਵੰਸ਼ ਦੇ ਸਭ ਤੋਂ ਮਹਾਨ ਜਿਹੜੇ ਕਿ ਸ਼ਾਸਕ ਸੀ ਤੇ ਇਹ ਚੋਲ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸੀ ਤੇ ਇਹਨੇ ਜਿਹੜੇ ਕਿ ਚੋਲਵੰਸ਼ ਨਾ ਕੇਵਲ ਵਿਸਥਾਰੀ ਹੋ ਸਕੋ ਚੰਗੇ ਤਰੀਕੇ ਨਾਲ ਸੰਗਠਿਤ ਵੀ ਕੀਤਾ ਅੱਗੇ ਰਾਜਾ ਰਾਜ ਪਹਿਲਾ ਇਹਨੇ 900 ਹਾਂਜੀ ਰਾਜਾ ਰਾਜ ਪਹਿਲਾ ਜਿਹੜੇ ਕਿ 985 ਤੋਂ ਲੈ ਕੇ 1400 1014 ਤੱਕ ਇਹਨੇ ਰਾਜ ਕੀਤਾ ਇਹ ਕਲਰ 14 ਤੱਕ ਤੇ ਚੋਲ ਵੰਸ਼ ਦਾ ਸਭ ਤੋਂ ਮਹਾਨ ਸ਼ਾਸਕ ਸਿੱਧ ਹੋਇਆ ਤੇ ਉਹਨੇ ਪਾਂਡਯਾ ਚੇਰ ਸ਼ਾਸਕਾਂ ਨੂੰ ਹਰਾਇਆ ਸ਼੍ਰੀਲੰਕਾ ਦਾ ਜਿਹੜਾ ਮਹਿੰਦਰ ਸੀ ਉਹਨੇ ਪੰਜਵੇਂ ਨੂੰ ਹਰਾਇਆ ਉਹਨੇ ਤੇ ਗੰਗਾ ਪ੍ਰਦੇਸ਼ਾਂ ਨੂੰ ਗੰਗ ਪ੍ਰਦੇਸ਼ਾਂ ਨੂੰ ਵੀ ਆਪਣੇ ਅਧੀਨ ਕੀਤਾ ਤੇ ਕੁਸ਼ਲ ਰਾਜਪੁਰਾਂ ਦੀ ਸਥਾਪਨਾ ਕੀਤੀ ਤੇ ਤੰਜੌਰ ਦੇ ਵਿੱਚ ਰਾਜੇਸ਼ਵਰ ਨਾਂ ਦਾ ਜਿਹੜੇ ਕਿ ਪ੍ਰਸਿੱਧ ਮੰਦਿਰ ਬਣਾਇਆ ਸੀ ਰਾਜਾ ਰਾਜ ਪਹਿਲੇ ਨੇ ਤੇ ਅੱਗੇ ਚੋਲ ਰਾਜਾਂ ਦੀ ਜਿਹੜੇ ਕਿ ਇਹਨਾਂ ਦੀ ਰਾਜਾ ਰਾਜ ਪਹਿਲੇ ਦੀਆਂ ਜਿੱਤਾਂ ਪਾਂਡੇ ਰਾਜੇ ਚਿੱਤ ਤੇ ਸ਼੍ਰੀਲੰਕਾ ਦੇ ਜਿੱਤ ਰਾਜ ਚਾ ਚੌਲ ਜਿਹੜੇ ਕੀ ਸਿੰਘਾਂ ਸੰਦ ਤੇ ਬੈਠਣ ਤੋਂ ਬਾਅਦ ਪਾਂਡੇ ਰਾਜਵਾਲ ਆਪਣਾ ਰਾਜ ਵਧਾਉਣਾ ਸ਼ੁਰੂ ਕੀਤਾ ਤੇ ਉਹਨੇ ਪਾਂਡੇਆ ਸ਼ਾਸਕ ਅਮਰਪੁਜੰਗ ਨੂੰ ਹਰਾਇਆ ਤੇ ਸ਼੍ਰੀਲੰਕਾ ਦੇ ਵਿੱਚੋਂ ਨੇ ਮਹਿੰਦਰ ਪੰਜਵੇਂ ਨੂੰ ਹਰਾਇਆ ਸੀ ਤੇ ਸ਼੍ਰੀਲੰਕਾ ਦਾ ਨਾਮ ਬਦਲ ਕੇ ਫਿਰ ਇਹਨੇ ਮੁੰਮਦਈ ਚੌਲ ਮੰਡਲਮ ਰੱਖ ਦਿੱਤਾ ਸੀ ਅੱਗੇ ਹੈਗਾ ਰਜਿੰਦਰ ਰਜਿੰਦਰ ਚੌਲ ਹਾਂਜੀ ਰਜਿੰਦਰ ਪਹਿਲਾ ਜਾ ਰਜਿੰਦਰ ਪਹਿਲਾਂ ਵੀ ਲਿਖਿਆ ਜਾ ਸਕਦਾ ਇਹਨੂੰ ਠੀਕ ਆ ਚੋਲ ਵੰਸ਼ ਦਾ ਮਹਾਨ ਸ਼ਾਸਕ ਸੀ ਉਹਨੇ 1014 ਤੋਂ ਲੈ ਕੇ 1044 ਤੱਕ ਰਾਜ ਕੀਤਾ ਉਹਨੇ ਪਾਂਡਯਾ ਸ਼੍ਰੀਲੰਕਾ ਕੇਰਲ ਪੱਛਮੀ ਚਾਲੁਕਯਾ ਗੰਗ ਤੇ ਸ਼੍ਰੀ ਵਿਜੇ ਸ਼ਾਸਕਾਂ ਨੂੰ ਹਰਾ ਕੇ ਚੋਲ ਸਾਮਰਾਜ ਦਾ ਵਿਸਾਰ ਕੀਤਾ ਤੇ ਉਹਨੇ ਗੰਗਨਟਈ ਗੰਗਈ ਕੋਡ ਚੋਲਪੁਰਮ ਨਾਂ ਦੀ ਜਿਹੜੀ ਕਿ ਨਵੀਂ ਰਾਜਧਾਨੀ ਬਣਾਈ ਤੇ ਉੱਚ ਕੋਟੀ ਦਾ ਸ਼ਾਸਨ ਪ੍ਰਵਾਂਦ ਲਾਗੂ ਕੀਤਾ ਸਾਰੇ ਧਰਮਾਂ ਪ੍ਰਤੀ ਸਹਿਨਸ਼ਲ ਨੀਤੀ ਬਣਾਈ ਅੱਗੇ ਹੈਗਾ ਮੰਡਲਮ ਟੌਲ ਸ਼ਾਸਕ ਨੇ ਸ਼ਾਸਨਪੰਦ ਨੂੰ ਠੀਕ ਢੰਗ ਨਾਲ ਚਲਾਉਣ ਲਈ ਆਪਣੇ ਸਾਮਰਾਜ ਨੂੰ 6 ਪ੍ਰਾਂਤਾਂ ਵਿੱਚ ਵੰਡਿਆ ਠੀਕ ਹੈ ਇਹਨਾਂ ਪ੍ਰਾਂਤਾਂ ਨੂੰ ਕੀ ਕਹਿੰਦੇ ਸੀ ਮੰਡਲਮ ਤੇ ਇਹ ਪ੍ਰਾਂਤਾਂ ਦੇ ਮੁਖੀ ਨੂੰ ਕਹਿੰਦੇ ਸੀ ਵਾਇਸਰਾਏ ਤੇ ਇਸ ਅਹੁਦੇ ਤੇ ਰਾਜਕੁਮਾਰ ਜਾਂ ਸ਼ਾਹੀ ਪਰਿਵਾਰ ਨਾਲ ਸੰਬੰਧਿਤ ਕਿਸੇ ਵੀ ਵਿਅਕਤੀ ਨੂੰ ਰਾਜ ਵੱਲੋਂ ਨਿਯੁਕਤ ਕੀਤਾ ਜਾਂਦਾ ਸੀ ਤੇ ਉਹਦਾ ਕੰਮ ਸੀ ਆਪਣੇ ਅਧੀਨ ਮੰਡਲਮ ਵਿੱਚ ਸ਼ਾਂਤੀ ਤੇ ਕਾਨੂੰਨ ਕਾਇਮ ਰੱਖਣਾ ਤੇ ਕੇਂਦਰੀ ਸਰਕਾਰ ਤੋਂ ਪ੍ਰਾਪਤ ਸਹਾਇਤਾ ਲਈਨੇਕਾ ਕਰਮਚਾਰੀ ਨਿਯੁਕਤ ਕੀਤੇ ਜਾਂਦੇ ਸੀ ਅਗੇ ਹੈਗਾ ਕੋਟਮ ਨਾਡੂ ਤੇ ਕੁਰਮ ਇਹ ਉਹਨਾਂ ਦੇ ਸ਼ਾਸਨਪੰਦ ਦੇ ਵਿੱਚੋਂ ਹੀ ਨੇ ਚੋਲ ਸ਼ਾਸਕਾਂ ਨੇ ਆਪਣੇ ਪ੍ਰਾਂਤ ਨੂੰ ਕਈ ਜ਼ਿਲਾਂ ਵਿੱਚ ਵੰਡਿਆ ਉਹ ਸਮੇਂ ਜ਼ਿਲ੍ਹੇ ਨੂੰ ਕਹਿੰਦੇ ਸੀ 나ਡੂ ਤੇ 나ਡੂ ਅੱਗੇ ਤਹਿਸੀਲਾਂ ਦੇ ਵਿੱਚ ਪਹਿਲਾਂ ਪ੍ਰਾਂਤ ਠੀਕ ਹੈ ਪ੍ਰਾਂਤਾਂ ਨੂੰ ਜ਼ਿਲ੍ਹੇ ਜ਼ਿਲ੍ਹਿਆਂ ਨੂੰ ਅੱਗੇ 나 ਅੱਗੇ ਵੰਡਿਆ ਜਾਂਦਾ ਸੀ ਉਹਨਾਂ ਨੂੰ ਕਹਿੰਦੇ ਸੀ ਤਹਿਸੀਲਾਂ ਤਹਿਸੀਲਾਂ ਨੂੰ ਕੀ ਕਹਿੰਦੇ ਸੀ ਕੁਰਮਜਾ ਕੋਟਮ 나ਡੂ ਅੱਗੇ ਕਿਹਨਾਂ ਵਿੱਚ ਵੰਡੇ ਗਏ ਤਹਿਸੀਲਾਂ ਚ ਠੀਕ ਹੈ ਜਿਨ੍ਹਾਂ ਨੂੰ ਕੁਰਮਜਾ ਕੋਟਮ ਕਿਹਾ ਜਾਂਦਾ ਸੀ ਤੇ ਜ਼ਿਲ੍ਹਿਆਂ ਨੂੰ 나ਡੂ ਕਹਿੰਦੇ ਸੀ ਤੇ ਪ੍ਰਸ਼ਾਸਨ ਕਾਇਜੂ ਬਹੁਤ ਯੋਗ ਤੇ ਇਮਾਨਦਾਰ ਕਰਮਚਾਰੀ ਸੀ ਤੇ ਸਾਰੇ ਕਰਮਚਾਰੀ ਸ਼ਾਂਤੀ ਵਿਵਸਥਾ ਸਥਾਪਨ ਕਰਦੇ ਸੀ ਤੇ 카ਟੈਕਸ ਇਕੱਠਾ ਕਰਦੇ ਸੀ ਅੱਗੇ ਚੋਲ ਸ਼ਾਸਕਾਂ ਦਾ ਸ਼ਾਸਨ ਪੰਧ ਚੋਲ ਸ਼ਾਸਨ ਦਾ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਉੱਤਮ ਸਥਾਨਿਕ ਪ੍ਰਬੰਧ ਸੀ ਤਾਂ ਮਹਾ ਪਿੰਡਾਂ ਪਿੰਡ ਆਪਣੇ ਸ਼ਾਸਨਪੰਦ ਦੀ ਪੂਰੀ ਤਰ੍ਹਾਂ ਖੁਦਮੁਖਤਿਆਰ ਸੀ ਇੰਡੀਪੈਂਡੈਂਟ ਸੀ ਪਿੰਡ ਸ਼ਾਸਨਪੰਦ ਪਿੰਡਾਂ ਦਾ ਸ਼ਾਸਨਪੰਦ ਮਹਾਸਭਾ ਦੇ ਹੱਥਾਂ ਦੇ ਵਿੱਚ ਸੀ ਤੇ ਉਹਦਾ ਮੁੱਖ ਕੰਮ ਸੀ ਪਿੰਡਾਂ ਦੇ ਵਿੱਚ ਅਮਨ ਤੇ ਕਾਨੂੰਨ ਨੂੰ ਬਣਾ ਕੇ ਰੱਖਣਾ ਸਕੂਲਾਂ ਮੰਦਰਾਂ ਹਸਪੀਟਲਾਂ ਸੜਕਾਂ ਦਾ ਪਿੰਡਾਂ ਦੇ ਵਿੱਚ ਨਿਰਮਾਣ ਕਰਵਾਉਣਾ ਟੈਕਸ ਇਕੱਠੇ ਕਰਨੇ ਸਰਕਾਰੀ ਖਜ਼ਾਨੇ ਵਿੱਚ জমা ਕਰਵਾਉਣੇ ਕਿਸੇ ਕੁਦਰਤੀ ਆਫਤ ਦੇ ਸਮੇਂ ਤੇ ਟੈਕਸ ਨੂੰ ਮਾਫ ਕਰਨਾ ਸਿੰਚਾਈ ਸਹੂਲਤਾਂ ਦਾ ਪ੍ਰਬੰਧ ਕਰਨਾ ਪਿੰਡਾਂ ਨੇ ਦਿਵਾਨੀ ਤੇ ਫੌਜ਼ਾਈ ਮਕਦਮੇ ਨਾ ਫੈਸਲਾ ਕਰਨਾ ਅਪਰਾਧੀਆਂ ਨੂੰ ਸਿਰਫ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਨਹੀਂ ਦੇ ਸਕਦੇ ਸੀ ਠੀਕ ਹੈ ਪਿੰਡਾਂ ਦੇ ਪ੍ਰਬੰਧ ਦੇ ਕੋਲ ਬਾਕੀ ਸਾਰੀਆਂ ਰਾਈਟ ਸੀ ਪਿੰਡਾਂ ਨੂੰ ਤੇ ਪਿੰਡਾਂ ਦਾ ਪ੍ਰਬੰਧ ਦੇਖ ਰੇ ਲਈ ਮਹਾਸਭਾ ਵੱਲੋਂ ਅੱਠ ਕਮੇਟੀਆਂ ਬਣਾਈਆਂ ਜਾਂਗੀਆਂ ਜਿਸ ਦੀ ਸਥਿਤੀ ਊਰ ਪਿੰਡ ਦੀ ਕਮੇਟੀ ਸੀ ਪਿੰਡ ਦੀ ਜਿਹੜੀ ਕਮੇਟੀ ਸੀ ਉਹਨੂੰ ਕਹਿੰਦੇ ਸੀ ਊਰ ਠੀਕ ਹੈ ਊਰ ਅੱਗੇ ਹੈਗਾ ਚੌਲ ਕਲਾ ਜੋ ਚੋਲਾਂ ਦੇ ਜਿਹੜੇ ਕਿ ਮੰਦਰ ਨਿਰਮਾਣ ਕਲਾ ਚੋਲ ਸ਼ਾਸਕਾਂ ਨੇ ਜਿਹੜੇ ਕਿ ਕਲਾ ਦੇ ਵਿੱਚ ਮਹਾਨ ਸੀ ਇਹ ਤੇ ਇਹਨਾਂ ਨੇ ਵਧੀਆ ਸ਼ਾਨਦਾਰ ਮੰਦਰ ਬਣਾਏ ਨੇ ਜਿਨ੍ਹਾਂ ਜਿਹੜੇ ਮੰਦਰਾਂ ਦਾ ਨਿਰਮਾਣ ਕਰਵਾਇਆ ਉਹ ਦੀ ਸ਼ੈਲੀ ਸੀ ਦਰਾਵੀਡ ਸ਼ੈਲੀ ਤੇ ਆਪਣੇ ਸਿਖਰ ਤੇ ਪਹੁੰਚ ਗਈ ਸੀ ਦਰਾਵੀਡ ਸ਼ੈਲੀ ਤੇ ਵਿਸ਼ੇਸ਼ਤਾ ਇਹ ਸੀ ਕਿ ਮੁੱਖ ਜਿਹੜੀ ਪ੍ਰਤੀਮਾ ਭਾਗ ਆ ਉਹ ਤਾਂ ਜਿਹਨੂੰ ਗਰਭ ਗ੍ਰਹਿ ਕਿਹਾ ਜਾਂਦਾ ਉਹਤੇ ਇੱਕ ਵਿਸ਼ੇਸ਼ ਸ਼ੈਲੀ ਨਾਲ ਜਿਹੜੇ ਕਿ ਸਿਖਰ ਦੀ ਉਸਾਰੀ ਕਰਵਾਈ ਸੀ ਵਿਮਾਨ ਠੀਕ ਹੈ ਇਹਦਾ ਆਕਾਰ ਉਚਾਈ ਦੇ ਨਾਲੋਂ ਘਟ ਹੁੰਦਾ ਸੀ ਭਾਵ ਕਿ ਇਹਦਾ ਆਕਾਰ ਹੈ ਜਿਹੜੇ ਕਿ ਉਚਾਈ ਦੇ ਨਾਲੋਂ ਜਿਹੜੇ ਕਿ ਘਟ ਹੁੰਦਾ ਸੀ ਤੇ ਵਿਮਾਨ ਦੇ ਉੱਪਰ ਸਤੂਪਿਕਾ ਸਥਾਪਿਤ ਕੀਤੀ ਜਾਂਦੀ ਸੀ ਚੋਲ ਮੰਦਰਾ ਦੇ ਕਰਬ ਕਰਾਇਆ ਨੇਕਾ ਨੇ ਇੱਕ ਵਿਸ਼ਾਲ ਹਾਲ ਹੁੰਦਾ ਸੀ ਜਿਹਨੂੰ ਮੰਡਪ ਕਿਹਾ ਜਾਂਦਾ ਸੀ ਤੇ ਜਿਹਦੇ ਵਿੱਚ अनेका ਸਤੰਭ ਹੁੰਦੇ ਸੀ ਤੇ ਅੱਗੇ ਹੈਗਾ ਰਾਜੇਸ਼ਵਰ ਮੰਦਿਰ ਤੰਜੌਰ ਦਾ ਹਾਂਜੀ ਰਾਜਾ ਰਾਜ ਪਹਿਲੇ ਨੇ ਜਿਹੜੇ ਮੰਦਰਾ ਦੀ ਉਸਾਰੀ ਕਰਵਾਈ ਉਹਨਾਂ ਦੇ ਵਿੱਚ ਬ੍ਰਹਦੇਸ਼ਵਰ ਮੰਦਿਰ ਸਭ ਤੋਂ ਵੱਧ ਪ੍ਰਸਿੱਧ ਸੀ ਬ੍ਰਹਦੇਸ਼ਵਰ ਮੰਦਿਰ ਜਿਹਨੂੰ ਰਾਜੇਸ਼ਵਰ ਮੰਦਿਰ ਵੀ ਕਿਹਾ ਜਾਂਦਾ ਪਾਵਕੀ ਰਾਜਾ ਰਜੇਸ਼ਵਰ ਮੰਦਿਰ ਦੀ ਸਥਾਪਨਾ ਰਾਜਾ ਰਾਜ ਪਹਿਲੇ ਨੇ ਕੀਤੀ ਸੀ ਠੀਕ ਹੈ ਤੇ ਇਹਨੂੰ ਪਹਿਲਾਂ ਕਹਿੰਦੇ ਸੀ ਬਰਹਦੇਸ਼ਵਰ ਮੰਦਿਰ ਤੇ ਇਹ ਭਾਰਤ ਦੇ ਵਿਹੱਦ ਵਿਸ਼ਾਲ ਉੱਚ ਉੱਚੇ ਤੇ ਸ੍ਰੇਸ਼ਟ ਮੰਦਿਰਾਂ ਦੇ ਵਿੱਚੋਂ ਤੇ ਇਹਦੇ ਵਿੱਚ 1000 ਸਾਲ ਪੁਰਾਤੇ ਵਿੱਚ ਬਣਾਇਆ ਗਿਆ ਸੀ ਤੇ ਇਹ ਸ਼ਿਵ ਦੇਵਤੇ ਨੂੰ ਸਮਰਪਿਤ ਆ ਤੇ ਇਹਦੇ ਇਸ ਮੰਦਿਰ ਦੇ ਵਿੱਚ ਜਿਹੜੇ ਕਿ ਉਚਾਈ ਥੋੜਾਈ ਜਿਆਦਾ ਰੱਖਣੀ ਤਾਂ ਕਰ ਸਕਦੇ ਨਹੀਂ ਛੱਡ ਵੀ ਸਕਦੇ ਤੇ ਇਹਦੇ ਮੰਦਿਰ ਦੇ ਚਾਰ ਭਾਗ ਸੀ ਗਰਭਗ੍ਰਹਿ ਉੱਪਰ ਵਿਮਾਨ ਠੀਕ ਆ ਅਰਧ ਮੰਡਪ ਤੇ ਸਾਹਮਣੇ ਦਾ ਕਮਰਾ ਮਹਾ ਮੰਡਪ ਮੁੱਖ ਮੰਤਰੀ ਦੇ ਸਾਹਮਣੇ ਜਿਹੜਾ ਵਿਸ਼ਾਲ ਭਵਨ ਸੀ ਤੇ ਨੰਦੀ ਮੰਡਪ ਤੇ ਸਮੰਦਰ ਦੀ ਉਚਾਈ ਇਹਦੀ ਮਹੱਤਵਪੂਰਨ ਵਿਸ਼ੇਸ਼ਤਾ ਇਹਦੇ ਖੂਬਸੂਰਤੀ ਸੀ ਇਸ ਸਮੰਦਰ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਜਿਹੜੀ ਕਿ ਇਹਦਾ ਖੂਬਸੂਰਤ ਵਿਮਾਨ ਸੀ ਜਿਹੜਾ ਕਿ 58 ਮੀਟਰ ਉੱਚਾ ਸੀ ਅੱਗੇ ਅਗਰ ਰਾਜਪੂਤ ਕਾਲ ਰਾਜਪੂਤਾਂ ਦੀ ਉਤਪਤੀ ਸੰਬੰਧੀ ਅਲੱਗ-ਅਲੱਗ رائے ਨੇ ਕਰਨਲ ਟਾਡ ਦੇ ਅਨੁਸਾਰ ਰਾਜਪੂਤਾਂ ਜਿਹੜੇ ਕਿ ਸ਼ੱਕੋ ਕੁਸ਼ਾਨ ਹੋਣ ਜਾਂਤੀਆਂ ਦੇ ਵਿੱਚੋਂ ਸੀ ਤੇ ਵੇਦਵਿਆਸ ਸ਼੍ਰੀ ਸੀਵੀ ਵੈਦਿਆ ਇਹਨਾਂ ਦਾ ਕਹਿੰਦਾ ਕਿ ਖਛਤਰੀ Rajput ਖਛਤਰੀ ਜਾਤੀ ਦੇ ਸੂਰਜ ਵੰਸ਼ੀ ਤੇ ਚੰਦਰ ਵੰਸ਼ੀ ਵੰਸ਼ਾ ਨਾਲ ਸੰਬੰਧ ਸੀ ਤੇ ਚਾਂਦਵਰਦਈ ਕਹਿੰਦਾ ਕਿ Rajputਾਂ ਦੀ ਉਤਪਤੀ ਅਗਨੀਕੁੱਲ ਦੇ ਵਿੱਚੋਂ ਹੋਈ ਆ ਤੇ ਡਾਕਟਰ ਵੀਐਸ ਮਿੱਥ ਕੀ ਕਹਿੰਦਾ ਕਿ Rajput ਭਾਰਤੀ ਤੇ ਵਿਦੇਸ਼ੀ ਜਾਤੀਆਂ ਦੇ ਮਿਸ਼ਰਣ ਨਾਲ ਪੈਦਾ ਹੋਏ ਨੇ ਅਗਨੀਕੁੱਲ ਸਿਧਾਂਤ ਦੇ ਵਿੱਚ ਕੀ ਆ ਜਿਹਨੂੰ ਜਿਹੜਾ ਕਿ ਪਿਰਥਵੀ ਰਾਜ ਰਸੋ ਨੇ ਕਿਹਾ ਚਾਂਦਵਰਦਈ ਠੀਕ ਹੈ ਚਾਂਦਵਰਦਈ ਦੇ ਵਿੱਚ ਦੱਸਿਆ ਨੇ ਇਦੇ ਵਿੱਚ ਰਾਜਪੁੱਤਾਂ ਦੇ ਚਾਰ ਵੰਸ਼ਾਂ ਦੇ ਵਿੱਚੋਂ ਚਾਂਦਵਰਦਈ ਜਿਹੜਾ ਕਿ ਪਿਰਥਵੀ ਰਾਜ ਚੋਹਾਨ ਦਾ ਰਾਜਕਵੀ ਸੀ ਚਾਂਦਵਰਦਈ ਤੇ ਉਹਨੇ ਪੁਸਤਕ ਲਿਖੀ ਸੀ ਪਿਰਥਵੀ ਰਾਜ ਰਾਸੋ ਠੀਕ ਹੈ ਜਿਹਦੇ ਵਿੱਚ ਉਹਨੇ ਰਾਜਪੁੱਤਾਂ ਦੀ ਉਤਪਤੀ ਬਾਰੇ ਕਿਹਾ ਕਿ ਇਹ ਅਗਨੀਕੁੰਡ ਦੇ ਵਿੱਚੋਂ ਪੈਦਾ ਹੋਏ ਨੇ ਇਹਦੇ ਅਨੁਸਾਰ ਹੈ ਜਿਹੜੇ ਕਿ ਪਰਸ਼ੂਰਾਮ ਨੇ ਜਦਕ ਛਤਰੀਆਂ ਦਾ ਨਾਸ਼ ਕੀਤਾ ਤਾਂ ਬ੍ਰਾਹਮਣਾਂ ਨੂੰ ਆਪਣੀ ਰੱਖਿਆ ਲਈ ਕਿਸੇ ਬਲਵਾਨ ਜਾਤੀ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਬਹੁਤ ਸਾਰੇ ਫਿਰ ਬ੍ਰਾਹਮਣਾਂ ਨੇ ਇਕੱਠੇ ਹੋ ਕੇ ਆਬੂ ਪਰਬਤ ਰਾਜਸਥਾਨ ਦੇ ਵਿੱਚ 40 ਦਿਨਾਂ ਤੱਕ ਜਿਹੜੇ ਕਿ ਮਹਾਨ ਜੱਗ ਕੀਤਾ ਜਦੋਂ ਇਹ ਜੱਗ ਸਫਲ ਹੋ ਗਿਆ ਫਿਰ ਪਵਿੱਤਰ ਅਗਨੀ ਦੇ ਵਿੱਚੋਂ ਜਿਹੜੇ ਕਿ ਚਾਰ ਜੋਦਾ ਪੈਦਾ ਹੋਏ ਤੇ ਜਿਨ੍ਹਾਂ ਦੇ ਇਹਨਾਂ ਦੇ ਵਿੱਚੋਂ ਹੀ ਇਹ ਰਾਜਪੂਤਾਂ ਦੇ ਵੰਸ਼ ਬਣ ਗਏ ਪਰਮਾਰ ਵੰਸ਼ ਪ੍ਰਿਹਾਰ ਵੰਸ਼ ਚੋਹਾਨ ਵੰਸ਼ ਤੇ ਚਾਲੂ ਗਿਆ ਵੰਸ਼ ਅੱਗੇ ਹੈਗਾ ਰਾਜਪੂਤਾਂ ਦੀ ਉਤਪਤੀ ਦਾ ਵਿਦੇਸ਼ੀ ਸਿਧਾਂਤ ਕੀ ਸੀ ਕਿ ਕਰਨਲ ਟਾਟਰੀ ਨੇ ਦਿੱਤਾ ਕੀ ਵਿਦੇਸ਼ੀ ਜਾਤੀਆਂ ਦੀ ਸੰਤਾਨ ਦੇ ਵਿੱਚੋਂ ਵੀ ਸ਼ਕੋਖੁਸ਼ਾਨ ਹੋਣ ਕਈ ਵਿਦੇਸ਼ੀ ਜਾਤੀਆਂ ਦੇ ਲੋਕ ਭਾਰਤ ਦੇ ਵਿੱਚ ਸਥਾਈ ਤੌਰ ਤੇ ਵਸ ਗਏ ਫਿਰ ਉਹਨਾਂ ਨੇ ਇੱਥੇ ਵਿਆਹ ਕਰਵਾ ਲੈ ਦਿੱਤੀ ਰਿਵਾਜ ਨੂੰ ਅਪਣਾ ਲਿਆ ਤੇ ਇਹਨਾਂ ਜਾਤੀਆਂ ਦੇ ਮਿਸ਼ਰਣ ਨਾਲ ਜਿਹੜੀ ਜਾਤੀ ਸੰਤਾਨ ਉਤਪਤਨ ਹੋਈ ਉਹ ਹੋ ਗਈ ਰਾਜਪੂਤ ਤੇ ਰਾਜਪੂਤਾਂ ਦੇ ਵਿੱਚ ਸੂਰਜ ਪੂਜਾ ਅਗਨੀ ਪੂਜਾ ਸਮੇਤ ਜਾਗਰ ਵਿਦੇਸ਼ੀ ਜਾਤੀਆਂ ਤੋਂ ਲੈ ਕੇ ਨੇ ਠੀਕ ਹੈ ਅੱਗੇ ਮਿਸ਼ਰਤ ਸਿਧਾਂਤ ਕੀ ਹੈ ਡਾਕਟਰ ਵੀ ਐਸ ਮਿਥ ਨੇ ਦਿੱਤਾ ਇਹਨਾਂ ਨੇ ਕੀ ਕਿਹਾ ਵੀ ਇਹ ਦੋਹਾਂ ਦੇ ਮਿਸ਼ਰਣ ਨਾਲ ਪੈਦਾ ਹੋਏ ਨੇ ਭਾਰਤੀ ਤੇ ਨਾ ਹੀ ਵਿਦੇਸ਼ੀ ਨੇ ਕਾਬਕੀ ਭਾਰਤੀਆਂ ਦੇ ਨਾਲ ਉਹਨਾਂ ਨੇ ਵਿਆਹ ਸੰਬੰਧ ਕੰਮ ਕਰ ਲਏ ਉਸ ਤੋਂ ਬਾਅਦ ਚੋਹਾਨ ਪਰਮਾਰ ਪ੍ਰਤੀਹਾਰ ਸੇ ਸੋਧਿਆ ਰਾਜਪੂਤ ਵੰਸ਼ ਦੀ ਸਥਾਪਨਾ ਹੋਈ ਤੇ ਚੰਦੇਲ ਰਠੌਰ ਕਲਚੂਰੀ ਰਾਜਪੂਤ ਵੰਸ਼ ਦੀ ਉਤਪਤੀ ਠੀਕ ਹੈ ਅੱਗੇ ਜਿਹੜੇ ਕਿ ਜਾਤੀਆਂ ਦੇ ਮੇਲ ਦੇ ਨਾਲ ਹੋਈ ਹੈ ਨੈਕਸਟ ਹੈਗਾ ਅੱਗੇ ਕਨੋਜ ਦਾ ਪ੍ਰਤੀਹਾਰ ਹਾਂਜੀ ਪ੍ਰਤੀਹਾਰ ਕਨੋਜ ਦੀ 725 ਈਸਵੀ ਦੇ ਵਿੱਚ ਅਵੰਤੀ ਦੇ ਵਿੱਚ 나ਗਪਟ ਪਹਿਲੇ ਨੇ ਕੀਤੀ ਹੈ ਤੇ ਪ੍ਰਤੀਹਾਰ ਰਾਜਸਥਾਨ ਦੀ ਗੁਰਜਰ ਜਾਤੀ ਨਾਲ ਸੰਬੰਧਿਤ ਸੀ ਤੇ ਇਲੀ ਇਹਨੂੰ ਗੁਰਜਰ ਪ੍ਰਤੀਹਾਰ ਵੀ ਕਿਹਾ ਜਾਂਦਾ ਤੇ ਨਗਪਟ ਦੂਜੇ ਦੇ ਦੂਜੇ ਨੇ ਚੱਕਰ ਜੁੱਧ ਨੂੰ ਹਰਾ ਕੇ ਕਨੋਜ ਨੂੰ ਆਪਣੇ ਅੰਦਰ ਕੀਤਾ ਤੇ ਆਪਣੇ ਰਾਜ ਦੀ ਰਾਜਧਾਨੀ ਕੋਸ਼ਟ ਕੀਤਾ ਤੇ ਇਸ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਸੀ ਪ੍ਰਤੀਹਾਰ ਵੰਸ਼ ਦਾ ਮਹਿਰਪੋਜ ਠੀਕ ਹੈ ਤੇ ਇਸ ਪ੍ਰਤੀਹਾਰ ਰਾਜਵੰਸ਼ ਆਪਣੀ ਉન્નਤੀ ਦੇ ਸਿਖਰਾਂ ਤੇ ਪਹੁੰਚਿਆ ਤੇ ਉਹਨੇ ਮਹਿੰਦਰਪਾਲ ਨੂੰ ਵੀ ਕਾਫੀ ਪ੍ਰਸਿੱਧ ਹੋਇਆ ਠੀਕ ਹੈ ਇਸ ਵੰਸ਼ ਦਾ ਤੇ ਉਹਨੇ ਕੇਵਲ ਜੇਤੂ ਹੀ ਨਹੀਂ ਸੀ ਬਲਕਿ ਕਲਾ ਤੇ ਸਾਹਿਤ ਦਾ ਵੀ ਪ੍ਰੇਮੀ ਸੀ ਅੱਗੇ ਮਹਿਰਪੋਜ ਵਾਰ ਤੁਸੀਂ ਇਹਨੂੰ ਰੀਡ ਕਰ ਲੈਣਾ ਮਾਲਵਾ ਪਰਮਾਰ ਇਹਨਾਂ ਨੂੰ ਇੱਕ ਵਾਰ ਰੀਡ ਕਰ ਲੈਣਾ ਪਿਰਥੀਰਾਜ ਚੋਹਾਨ ਚੋਹਾਨ ਵੰਸ਼ ਦਾ ਸੀ ਠੀਕ ਹੈ ਉਹਨੇ ਹਾਂਜੀ ਪਿਰਥੀਰਾਜ ਚੋਹਾਨ ਜਿਹੜੇ ਕਿ ਚੋਹਾਨ ਵੰਸ਼ ਦਾ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਇਹਨੇ ਜਿਹੜੇ ਕਿ ਇਹਨੇ ਰਠੌਰ ਵੰਸ਼ ਦੇ ਸ਼ਾਸਕ ਜੈ ਚੰਦ ਦੀ ਲੜਕੀ ਸੰਯੋਗਤਾ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਸੀ ਜਿਸ ਕਰਕੇ ਦੋਹਾਂ ਦੀ ਦੁਸ਼ਮਣੀ ਜਿਹੜੀ ਕਿ ਹੋ ਗਈ ਸੀ ਰਠੌਰ ਵੰਸ਼ ਦਾ ਸ਼ਾਸਕ ਸੀ ਜੈ ਚੰਦ ਉਹਦੀ ਲੜਕੀ ਦੇ ਨਾਲ ਤੇ ਪਿਰਥੀਰਾਜ ਚੋਹਾਂ ਦੀ ਜਿਹੜੀ ਕਿ 1191 ਤੇ 92 ਦੇ ਵਿੱਚ ਜਿਹੜੀ ਕਿ ਦੋ ਲੜਾਈਆਂ ਹੋਈਆਂ ਸੀ ਤਰਾਇਨ ਦੇ ਸਥਾਨ ਤੇ ਮੁਹੰਮਦ ਗੋਰੀ ਦੇ ਨਾਲ ਪਹਿਲੀ ਦੇ ਲੜਾਈ ਦੇ ਵਿੱਚ ਤਾਂ ਪਿਰਥੀਰਾਜ ਚੋਹਾਂ ਜਿੱਤ ਗਿਆ ਸੀ ਬਟ ਦੂਜੀ ਦੇ ਵਿੱਚ ਹਾਰ ਗਿਆ ਸੀ ਤਾਂ ਫਿਰ ਮੁਹੰਮਦ ਗੋਰੀ ਨੇ ਜਿਹੜੀ ਕਿ ਚੋਹਾਂ ਵੰਸ਼ ਦਾ ਅੰਤ ਕਰਤਾ ਸੀ ਅੱਗੇ ਹੈਗਾ ਜੈ ਚੰਦਰ ਰਠੌਰ ਠੀਕ ਹੈ ਜੈ ਚੰਦਰ ਰਠੌਰ ਸ਼ਕਤੀਸ਼ਾਲੀ ਸ਼ਾਸਕ ਸੀ ਤੇ ਇਹਦੇ ਪਿਰਥੀਰਾਜ ਚੋਹਾਂ ਦਾ ਕੱਟੜ ਦੋਸ਼ਮਣ ਸੀ ਕਿਉਂਕਿ ਇਹਦੀ ਪੁੱਤਰੀ ਦੀ ਸੰਯੋਗਤਾ ਨਾਲ ਉਹਨੇ ਜ਼ਬਰਦਸਤੀ ਵਿਆਹ ਕਰਵਾ ਲਿਆ ਸੀ ਕਨੋਜ ਲਈ ਸੰਘਰਸ਼ ਹੋਇਆ ਸੀ 200 ਸਾਲਾਂ ਤੱਕ ਚੱਲਿਆ ਪਾਲ ਰਾਸ਼ਟ੍ਰਕੂਟ ਪ੍ਰਤੀਹਾਰਾਂ ਦੇ ਵਿਚਕਾਰ ਠੀਕ ਹੈ ਤਾਂ ਇਹਦੇ ਵਿੱਚ ਕਾਫੀ ਜ਼ਿਆਦਾ ਵੰਸ਼ਾ ਜਿਹੜੇ ਕਿ ਇਹਦੇ ਵਿੱਚ ਵਿਨਾਸ਼ ਹੋ ਗਏ ਸੀ ਇਸ ਨੂੰ ਜਿੱਤਣ ਦੇ ਲਈ ਠੀਕ ਹੈ ਅੱਗੇ ਹੈਗਾ ਸਮਤਵਾਦ ਹਾਂਜੀ ਸਮਤਵਾਦ ਜਾਂ ਸਮਤਵਾਦੀ ਵਿਸ਼ੇਸ਼ਤਾਵਾਂ ਰਾਜਪੂਤਕਾਲ ਦੇ ਵਿੱਚ ਸਮਤਵਾਦੀ ਵਿਵਸਥਾ ਆਪਣੀ ਸਿਖਰਾਂ ਤੇ ਸੀ ਤੇ ਇਸ ਵਿਵਸਥਾ ਵਿੱਚ ਮਹਾਰਾਜਾ ਜਿਹੜੇ ਕਿ ਸਾਰੀ ਜ਼ਮੀਨ ਦਾ ਮਾਲਕ ਹੁੰਦਾ ਸੀ ਖੁਦ ਮਹਾਰਾਜਾ ਤੇ ਇਹਦੇ ਵਿੱਚ ਉਹ ਕੁਝ ਜ਼ਮੀਨ ਜਿਹੜੇ ਕਿ ਸਮਤਾਂ ਨੂੰ ਵੰਡ ਦਿੰਦਾ ਸੀ ਤੇ ਇਨ੍ਹਾਂ ਸਮਤਾਂ ਦੇ ਅਧੀਨ ਖੇਤਰਾਂ ਦੇ ਵਿੱਚ ਕਈ ਦਰਜੇ ਸੀ ਤੇ ਇਹ ਸਾਰੇ ਮਹਾਰਾਜੇ ਦੀ ਅਧਿਰਾਜਗੀ ਭਾਵ ਕੀ ਜਿਹੜੇ ਸਮਤ ਸੀ ਇਹ ਸਾਰੇ ਮਹਾਰਾਜੇ ਦੇ ਫੈਸਲੇ ਨੂੰ ਮੰਨਦੇ ਸੀ ਵੀ ਜੋ ਵੀ ਮਹਾਰਾਜਾ ਨੇ ਕਹਿਣਾ ਉਹ ਨੂੰ ਅਕੋਰਡਿੰਗ ਚੱਲਦੇ ਸੀ ਤੇ ਆਪਣੇ ਅਧੀਨ ਇਲਾਕਿਆਂ ਦਾ ਸ਼ਾਸਨ ਪ੍ਰਬੰਧ ਚਲਾਉਂਦੇ ਸੀ ਇਹ ਸਮਤ ਠੀਕ ਹੈ ਮਾਤੇ ਇਹ ਵਸਤਾ ਸਮੁੱਚੇ ਤੌਰ ਤੇ ਵਿਨਾਸ਼ਕਾਰੀ ਸਿਤ ਹੋਈ ਕਿਉਂਕਿ ਬਾਦੀ ਵਿੱਚ ਜਿਹੜੇ ਕਿ ਸਮਤ ਵਿਰੁੱਧ ਹੋ ਜਾਂਦੇ ਨੇ ਹਾਂਜੀ ਜ ਰਾਜਪੂਤਾਂ ਵਿੱਚ ਜਾਤੀ ਪ੍ਰਥਾ ਜਿਹੜੀ ਕਿ ਕਾਫੀ ਜ਼ਿਆਦਾ ਜ਼ੋਰ ਪੜ ਗਈ ਫੜ ਗਈ ਸੀ ਤੇ ਉਹਨਾਂ ਵਿੱਚ ਕੇਵਲ ਚਾਰ ਜਾਤਾਂ ਨਹੀਂ ਸੀ ਬਲਕਿ ਹੋਰ ਵੀ ਕਈ ਉਪ ਜਾਤਾ ਬਣ ਗਏ ਸੀ ਬ੍ਰਾਹਮਣ ਖਸ਼ਤਰੀ ਲਾਵ ਇਹਨਾਂ ਤੋਂ ਇਲਾਵਾ ਸਮਾਜ ਵਿੱਚ ਬ੍ਰਾਹਮਣਾਂ ਸਤਕਾਰ ਕੀਤਾ ਜਾਂਦਾ ਸੀ ਸਮਾਜ ਦੇ ਵਿੱਚ ਸ਼ੁਦਰਾਂ ਨਾਲ ਮਾੜਾ ਵਿਵਹਾਰ ਹੁੰਦਾ ਸੀ ਰਾਜਪੂਤ ਕਾਲ ਦੇ ਵਿੱਚ ਸ਼ੂਤ ਸਾਤ ਬਹੁਤ ਜ਼ਿਆਦਾ ਜਟਿਲਤਾ ਸੀ ਰਾਜਪੂਤ ਆਪਣੀ ਉੱਚ ਜਾਤੀ ਦੇ ਬਹੁਤ ਮਾਣ ਕਰਦੇ ਸੀ ਉਹ ਜਿਹੜੇ ਆਪਣੀਆਂ ਲੜਕੀਆਂ ਦਾ ਵਿਆਹ ਛੋਟੀ ਜਾਤੀ ਦੇ ਲੋਕਾਂ ਨਾਲ ਨਹੀਂ ਕਰਦੇ ਸੀ ਤੇ ਰਾਜਪੂਤ ਲਈ ਇਹ ਜਾਤੀ ਪ੍ਰਥਾ ਹਾਨੀਕਾਰਕ ਸਿੱਧ ਹੋਈ ਇਸ ਤਰ੍ਹਾਂ ਦੀ ਸਥਿਤੀ ਹਾਂ ਦੀ ਰਾਜਪੂਤ ਕਾਲ ਦੇ ਵਿੱਚ ਇਸ ਤਰ੍ਹਾਂ ਦਾ ਬਹੁਤ ਜ਼ਿਆਦਾ ਆਦਰ ਕੀਤਾ ਜਾਂਦਾ ਸੀ ਪੜ੍ਹੇ ਲਿਖਿਆ ਹੁੰਦੇ ਸੀ ਸਮਾਜਿਕ ਤੇ ਧਾਰਮਿਕ ਜੀਵਨ ਵਿੱਚ ਮਹੱਤਵਪੂਰਨ ਭਾਗ ਲੈਂਦੇ ਸੀ ਬਹਾਦਰ ਸੀ ਤੇ ਲੋੜ ਪੈਣ ਤੇ ਮਰਦਾਂ ਦੇ ਤਰ੍ਹਾਂ ਜੁੱਧੇ ਦੇ ਵਿੱਚ ਵੀ ਜਿਹੜੇ ਕਿ ਮੁਕਾਬਲਾ ਕਰਦੇ ਸੀ ਤੇ ਆਪਣੀ ਵਰ ਚੁਣਨ ਲਈ ਪੂਰੀ ਆਜ਼ਾਦੀ ਸੀ ਉਹਨਾਂ ਨੂੰ ਤੇ ਰਾਜਪੂਤ ਰਾਜੇ ਆਪਣੀਆਂ ਲੜਕੀਆਂ ਦੇ ਵਿਆਹ ਲਈ ਸੁਬੰਬਰ ਕਰਦੇ ਸੀ ਤੇ ਆਮ ਕਰਕੇ ਵਿਆਹ ਦਾ ਰਿਵਾਜ ਸੀ ਠੀਕ ਹੈ ਰਾਜੇ ਤੇ ਸਮਮਤੀ ਕੋ ਤੋਂ ਵੱਧ ਵਿਆ ਕਰਵਾਉਂਦੇ ਸੀ Rajput ਇਸ ਤਰ੍ਹਾਂ ਦੇ ਚਰਿੱਤਰ ਜਿਹੜੇ ਕਿ ਉੱਚਾ ਸੀ ਜੋਹਰ ਦੀ ਪ੍ਰਥਾ ਹਾਂਜੀ ਜੋਹਰ Rajputਾਂ ਦੇ ਵਿੱਚ ਪ੍ਰਚਲਿਤ ਸੀ ਇਸ ਪ੍ਰਥਾ ਦੇ ਅਨੁਸਾਰ ਜਦੋਂ ਕੋਈ Rajput ਇਸਤਰੀ ਨੂੰ ਇਸ ਗੱਲ ਦਾ ਵਿਸ਼ਵਾਸ ਹੋ ਜਾਂਦਾ ਸੀ ਕਿ ਦੁਸ਼ਮਣ ਦਾ ਉਦੇਸ਼ ਆ ਜਿਹੜੇ ਕਿ ਦੁਸ਼ਮਣ ਦਾ ਉਹਨਾਂ ਦੇ ਪ੍ਰਦੇਸ਼ਾਂ ਦੇ ਕਬਜ਼ਾ ਹੋਣ ਦੇ ਨਾਲ ਜਿਹੜੇ ਕਿ ਉਹਨਾਂ ਦੀ ਇੱਜ਼ਤ ਦੀ ਮਤਲਬ ਕਿ ਉਹਨਾਂ ਦੀ ਇੱਜ਼ਤ ਨੂੰ ਕੋਈ ਨੁਕਸਾਨ ਹੋਊਗਾ ਜਿਸ ਕਰਕੇ ਉਹ ਜਿਹੜੇ ਕਿ ਆਪਣੀ ਵਿਸ਼ਾਲ ਚੀਖਾ ਜਲਾ ਕੇ ਉਹਦੇ ਵਿੱਚ ਜਿਹੜੇ ਕਿ ਛਾਲ ਮਾਰ ਕੇ ਆਪਣੇ ਆਪ ਨੂੰ ਜਿੰਦਾ ਸਾੜ ਲੈਂਦੇ ਸੀ ਆਪਣੀ ਇੱਜ਼ਤ ਦੇ ਲਈ ਧਾਰਮਿਕ ਜੀਵਨ ਕਿਵੇਂ ਦਾ ਸੀ ਹਿੰਦੂ ਧਰਮ ਦੇ ਵਿੱਚ ਵਿਸ਼ਵਾਸ ਰੱਖਦੇ ਸੀ ਇਹਨਾਂ ਇਹ ਕ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸੀ ਸ਼ਿਵ ਜੀ ਅਤੇ ਕਾਲੀ ਦੇਵੀ ਦੀ ਸਭ ਤੋਂ ਵੱਧ ਪੂਜਾ ਕਰਦੇ ਸੀ ਤੇ ਰਾਮ ਤੇ ਕ੍ਰਿਸ਼ਨ ਦੀ ਵੀ ਪੂਜਾ ਕਰਦੇ ਸੀ ਤੇ ਰਾਜਪੁੱਤ ਰਾਜੇ ਨੇ ਇਹਨਾਂ ਦੇਵੀ ਦੇਵਤਿਆਂ ਦੇ ਜਾਤ ਵਿੱਚ ਕਈ ਮੰਦਰ ਬਣਵਾਏ ਸੀ ਰਾਜਪੁੱਤਾਂ ਨੇ ਤੇ ਤੀਰਥ ਸਥਾਨਾਂ ਦੀ ਵੀ ਯਾਤਰਾ ਕਰਨ ਤੇ ਵਰਤ ਰੱਖਣ ਨੂੰ ਪਵਿੱਤਰ ਮੰਨਦੇ ਸੀ ਇਹ ਤੇ ਬ੍ਰਾਹਮਣਾਂ ਸਤਿਕਾਰ ਕਰਦੇ ਸੀ ਤੇ ਬਲੀਆਂ ਦਿੰਦੇ ਸੀ ਤੇ ਅੱਗੇ ਇਹਨਾਂ ਦੀ ਕਲਾ ਕਿਵੇਂ ਦੀ ਸੀ ਵੀ ਕਿੱਥੇ ਕਿੱਥੇ ਇਹਨਾਂ ਨੇ ਜਿਵੇਂ ਰਚਤੋੜ ਰਣਥੋਰ ਜੋਧਪੁਰ ਦੇ ਵਿੱਚ ਕਿਲੇ ਬਣਾਏ ਗਵਾਲੀਅਰ Jaipur Udaipur ਮਹਿਲ ਬਣਾਏ ਠੀਕ ਹੈ ਇਹ ਸਾਰੇ ਇਹ ਰੇਕ ਕਰ ਲੈਣ ਸੋ ਇਹ ਸੀ ਤੁਹਾਡੇ ਸ਼ਾਰਟ ਕੁਐਸ਼ਨਸ ਥੈਂਕਸ